ਸ਼ਿਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ, ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:13 ਹੋ ਗਏ, 8 January ਹੈ, ਵਰ੍ਹਾ 2021 ਦਾ ਹੈ, ਸ਼ੁੱਕਰਵਾਰ ਹੈ। 2600 ਨਾਨਕ ਸ਼ਹਿਦ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਸਾਡੇ ਚੁਬਾਰੇ ਦੇ ਮੱਥੇ ਗੱਡੀਆਂ ਦੋ ਖੜੀਆਂ, ਬੱਤੀਆਂ ਲਾ ਕੇ। ਐਲੈਕਸ ਫਰੇਜ਼ਰ ਥੋੜ੍ਹਾ ਜਿਹਾ ਸਲੋਅ ਆ 91 ਤੋਂ, ਸੰਭਲ ਕੇ ਚੱਲਿਓ। ਅੱਜ ਤੁਹਾਡੇ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਦੇ ਇਸ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਸ਼ਾਮਿਲ ਹੋਣਗੇ। ਕੁਝ ਖਬਰਾਂ ਵਾਸ਼ਿੰਗਟਨ DC ਦੀਆਂ, ਕੀ ਹੋ ਰਿਹਾ, ਸਰਪੰਚ ਦੀ ਗੱਲ ਕੀ ਹੈ, ਅਤੇ ਹੁਣੇ ਪ੍ਰਧਾਨ ਮੰਤਰੀ ਟਰੂਡੋ ਬੋਲ ਕੇ ਗਏ ਨੇ, ਸੁਨੇਹਾ ਜਿਹਾ ਉਹਨਾਂ ਨੇ ਥੋੜ੍ਹਾ ਜਿਹਾ ਦਿੱਤਾ ਹੈ। ਲੱਗਦਾ ਕਿਤੇ ਵਿਸਾਖੀ ਦੇ ਨੇੜੇ ਵੋਟਾਂ ਨਾ ਆ ਜਾਣ, ਔਰ ਇਦੋਂ ਸਮਾਂ ਵੀ ਵਧੀਆ ਹੈ ਨਹੀਂ, ਕਿਉਂਕਿ ਤਾਜ਼ੇ ਤਾਜ਼ੇ ਨੋਟ ਵੰਡੇ ਹੋਏ ਨੇ ਹਰ ਇੱਕ ਘਰ 'ਚ। $5,000-7,000 ਡਿੱਗਿਆ ਮਹੀਨੇ ਦਾ, 5-6 ਮਹੀਨੇ ਹੁਣ ਗੁੱਡੀ ਚੜ੍ਹੀ ਹੋਈ ਆ। ਤੁਹਾਡੇ ਪੈਸੇ ਨੇ, ਤੁਹਾਨੂੰ ਹੀ ਦੇ ਕੇ, ਅਤੇ ਹੁਣ ਸਮਾਂ ਵੀ ਹੈ। ਔਖਾ ਇਹ ਹੋ ਗਿਆ ਕਿ 60,000 ਦੇ ਕਰੀਬ ਨੌਕਰੀਆਂ ਦਸੰਬਰ ਦੇ ਵਿੱਚ ਕੈਨੇਡਾ ਨੇ ਦੇ ਵਿੱਚੋਂ ਖੋਈਆਂ ਨੇ, ਅਤੇ ਹੋ ਸਕਦਾ ਕਿ ਵੋਟਾਂ ਪੈ ਜਾਣ ਅਪ੍ਰੈਲ ਦੇ ਵਿੱਚ। ਪਹਿਲਾਂ ਵੀ ਕਈ ਨੀਤੀ ਘਾੜਿਆਂ ਨੇ ਕਿਹਾ ਵੀ ਅਪ੍ਰੈਲ ਦੇ ਵਿੱਚ ਵੋਟਾਂ ਪੈ ਜਾਣੀਆਂ ਨੇ, ਸਨੈਪ ਇਲੈਕਸ਼ਨ ਹੋ ਸਕਦੀ ਹੈ। ਚਲੋ ਸ਼ੁਕਰ ਹੈ, ਚੱਕਵੇਂ ਚੁੱਲ੍ਹੇ ਵਾਲਿਆਂ ਨੂੰ ਮੌਜ ਲੱਗ ਜਾਂਦੀ ਹੈ। 18 ਦੇ ਵਿੱਚ ਸ਼ਹਿਰ ਦੀਆਂ ਸਰੀ ਦੀਆਂ ਵੋਟਾਂ ਪੈ ਗਈਆਂ, 19 'ਚ ਫੈਡਰਲ ਪੈ ਗਈਆਂ, 20 'ਚ ਪ੍ਰੋਵਿੰਸ਼ੀਅਲ ਪੈ ਗਈਆਂ, ਅਤੇ 21 'ਚ ਆਹ ਪੈ ਜਾਣੀਆਂ, 22 ਦੇ ਵਿੱਚ ਫੇਰ ਸ਼ਰੀ ਦੀਆਂ ਪੈ ਜਾਣੀਆਂ। ਖਰਚਾ ਪੱਤਾ ਚੱਲਦਾ ਰਹਿੰਦਾ, MLA ਬਣਾਈ ਮੰਗ ਤਾਂ ਨਹੀਂ ਆਉਂਦੀ। ਸ਼ੇਰੇ ਪੰਜਾਬ radio.ca 'ਤੇ ਸਿੱਧਾ ਤੁਸੀਂ ਪ੍ਰਸਾਰਣ ਸੁਣ ਸਕਦੇ ਹੋ। ਐਪ ਹਲੇ ਆਇਆ ਨਹੀਂ, ਜਿੱਦਣ ਆਇਆ ਦੱਸ ਦੂੰ। ਤੁਸੀਂ ਹਰ ਰੋਜ਼ ਪੁੱਛਦੇ ਹੋ, ਪਰ ਬਹੁਤ ਸੁਣਨ ਵਾਲੇ ਸਿੰਪਲ ਰੇਡੀਓ ਐਪ 'ਤੇ ਇਸ ਨੂੰ ਸੁਣ ਰਹੇ ਨੇ। ਜਦ ਸਾਡਾ ਐਪ ਆ ਗਿਆ ਤੁਹਾਨੂੰ ਦੱਸ ਦਾਂਗੇ, ਉਹਦੇ 'ਚ ਖੂਬੀਆਂ ਬੜੀਆਂ ਹੋਣੀਆਂ ਨੇ, ਪਰ ਆ ਨਹੀਂ ਰਿਹਾ ਹਲੇ, ਪਤਾ ਨਹੀਂ ਕਿੱਥੇ ਚਲੇ ਗਿਆ, ਆ ਨਹੀਂ ਰਿਹਾ। ਦੇਖਦੇ ਹਾਂ ਜਦ ਆਉਂਦਾ ਉਸ ਦਿਨ ਦੱਸਾਂਗੇ, ਆਉਣਾ ਚਾਹੀਦਾ, ਹੁਣ ਆਲਮੋਸਟ 3 ਮਹੀਨੇ ਹੋ ਗਏ। 204-204-0600 'ਤੇ ਔਨ ਏਅਰ ਤੁਸੀਂ ਜਦ ਗੱਲਬਾਤ ਕਰਨੀ ਆ, 604-242-4890, 604-204-0600, 604-729-1224 ਵਟਸਐਪ 'ਤੇ ਟੈਕਸਟ ਲਈ, ਟੈਕਸਟ ਵਾਲਾ ਨੰਬਰ ਹੈ ਤੁਹਾਡੇ ਲਈ, ਵਟਸਐਪ ਵਾਲਾ ਨੰਬਰ ਹੈ। ਮੇਰਾ ਸੈੱਲ ਨੰਬਰ ਹੈ 6047291224। ਨਵਾਂ ਕੋਈ ਵਪਾਰ ਖੋਲ੍ਹਿਆ, ਪਹਿਲਾ ਵਪਾਰ ਖੋਲ੍ਹਿਆ, ਚੱਲ ਨਹੀਂ ਰਿਹਾ, ਮਰ ਜਾ ਦਿਓ ਤਾਂ ਸ਼ੇਰੇ ਪੰਜਾਬ ਵਾਲੇ ਪਾਸੇ ਨੂੰ ਐਡਵਰਟਾਈਜ਼ਮੈਂਟ ਵੇਖਿਓ ਚੱਲਦਾ ਕਿਵੇਂ ਆ। ਮਨ ਦੀ ਬੌਰੀ ਬਦਲੀ ਲਈ ਮੋਕਲਾ ਅੰਬਰ ਬਣੀ, ਮਨ ਦੀ ਬੌਰੀ ਬਦਲੀ ਲਈ ਮੋਕਲਾ ਅੰਬਰ ਬਣੀ, ਹੋ ਸਕੇ ਤਾਂ ਤੂੰ ਮੇਰੀ ਪਰਵਾਜ਼ ਦੇ ਲਈ ਪਰ ਬਣੀ, ਬਲਦਿਆਂ ਸਫਿਆਂ 'ਤੇ ਜਦ ਮੈਂ ਨੱਚਣਾ ਚਾਹਾਂ ਕਦੇ, ਤਾਂ ਮੇਰੇ ਹਰ ਗੀਤ ਦੇ ਪੈਰਾਂ ਦੀ ਤੂੰ ਝਾਂਜਰ ਬਣੀ, ਜ਼ਿੰਦਗੀ ਦੀ ਖਲਜਗਣ ਜਦ ਖੋ ਲਵੇ ਦਿਲ ਦਾ ਸਕੂਨ, ਤਾਂ ਮੇਰੀ ਮੁਕਤੀ ਲਈ ਦਰਗਾਹ ਦੇ ਵਰਗਾ ਦਰ ਬਣੀ, ਪਿਆਸ ਦੀ ਸ਼ਿੱਦਤ ਨੇ ਇੱਕ ਦਿਨ ਤੜਫ ਕੇ ਮੈਨੂੰ ਕਿਹਾ, ਜਾਂ ਤਾਂ ਮਾਰੂਥਲ ਰਹੀਂ ਅਤੇ ਜਾਂ ਤੂੰ ਸਮੁੰਦਰ ਬਣੀ। ਇਸ਼ਕ ਦੇ ਪੰਨੇ 'ਤੇ ਖੁਣ ਜਾਣਗੇ, ਇਸ਼ਕ ਦੇ ਪੰਨੇ 'ਤੇ ਖੁਣ ਜਾਣਗੇ ਇਬਾਰਤ ਵਾਂਗਰਾਂ, ਮੈਂ ਬਣਾਂਗੀ ਅਰਥ ਅਤੇ ਤੂੰ ਪਿਆਰ ਦਾ ਅੱਖਰ ਬਣੀ, ਮੈਂ ਬਣਾਂਗੀ ਅਰਥ ਅਤੇ ਤੂੰ ਪਿਆਰ ਦਾ ਅੱਖਰ ਬਣੀ। ਸਿਮਰਨਜੋਤ ਮਾਨ ਲਿਖਦੀ ਹੈ, 24 ਘੰਟੇ ਖੜਕਦਾ ਖੜਕਦਾ ਸ਼ੇਰੇ ਪੰਜਾਬ, ਘੜਿਆਲ ਲੰਘੂ ਜ਼ਿੰਦਾਬਾਦ। ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। 11 ਵਜੇ ਨੇ ਤੇ ਪੋਹ ਦੀਆਂ ਰਾਤਾਂ ਨੇ, ਪੰਜਾਬ ਦੇ ਪਿੰਡਾਂ 'ਚ 7 ਵਜੇ ਸੌਂ ਜਾਈਦਾ, ਜ਼ਿਆਦਾ ਇੱਥੋਂ ਜਾਈਦਾ, ਅਤੇ ਧੰਨਵਾਦ, ਤੁਸੀਂ ਹਰ ਰੋਜ਼ ਪੰਜਾਬ ਦੀ ਸਾਂਝ ਪਾਉਂਦੇ ਹੋ। ਅੱਛਾ, ਮੀਟਿੰਗ 'ਤੇ ਮੀਟਿੰਗ ਖੜਕਦੀ ਹੈ, ਖੂਹ ਦੀਆਂ ਟਿੰਡਾਂ ਵਾਂਗੂ ਬਣੀ ਨਹੀਂ ਗੱਲ ਫੇਰ ਜੀ। ਗੱਲ ਸਾਹਿਬ, ਜਿਵੇਂ ਪਹਿਲਾਂ ਹੀ ਆਸ ਉਮੀਦ ਪ੍ਰਗਟਾਈ ਜਾ ਰਹੀ ਸੀ, ਇਹ ਮੀਟਿੰਗ ਵੀ ਬੇਸਿੱਟਾ ਰਹੀ ਆ। ਮੀਟਿੰਗ ਦੇ ਵਿੱਚ ਮਸਲੇ ਦਾ ਕੋਈ ਹੱਲ ਆ ਜਿਹੜਾ ਉਹ ਨਹੀਂ ਨਿਕਲਿਆ। ਦਰਅਸਲ ਇਉਂ ਲੱਗਦਾ ਗਾ ਕਿ ਸਰਕਾਰ ਕਾਗਜ਼ਾਂ ਦਾ ਢਿੱਡ ਭਰਨ ਲੱਗੀ ਹੋਈ ਹੈ। ਸਰਕਾਰ ਅਸਲ ਦੇ ਵਿੱਚ ਕਾਗਜ਼ੀ ਕਾਰਵਾਈਆਂ 'ਚ ਦਰਸਾਉਣਾ ਚਾਹੁੰਦੀ ਆ ਪੂਰੀ ਦੁਨੀਆਂ ਨੂੰ ਕਿ ਅਸੀਂ ਮੀਟਿੰਗਾਂ ਕਰ ਰਹੇ ਹਾਂ ਕਿਸਾਨਾਂ ਨਾਲ, ਅਸੀਂ ਕਿਸਾਨਾਂ ਦੇ ਮਸਲੇ ਪ੍ਰਤੀ ਸੰਜੀਦਾ। ਸੁਪਰੀਮ ਕੋਰਟ ਦੇ ਵਿੱਚ ਕਾਗਜ਼ੀ ਕਾਰਵਾਈ ਪੂਰੀ ਕਰਨੀ ਚਾਹੁੰਦੀ ਆ ਕਿ ਅਸੀਂ ਮੀਟਿੰਗ ਕਰ ਲਈ ਜੀ, ਹੁਣ ਇਹ ਤੋਂ ਬਾਅਦ ਅਗਲੀ ਕਰਨ ਜਾ ਰਹੇ ਹਾਂ। ਲੇਕਿਨ ਉਹਨਾਂ ਮੀਟਿੰਗਾਂ ਦੇ ਵਿੱਚ ਸਰਕਾਰ ਦੀ ਜਿਹੜੀ ਮਨਸ਼ਾ ਹੈਗੀ ਉਹ ਮਸਲਾ ਹੱਲ ਕਰਨ ਦੀ ਘੱਟ ਹੈ, ਮਸਲੇ ਨੂੰ ਤਾਰ ਪੀਡੋ ਕਰਨ ਦੀ ਵੱਧ ਹੈ। ਅੱਜ ਗਿੱਲ ਸਾਹਿਬ, ਮੀਟਿੰਗ ਤੋਂ ਪਹਿਲਾਂ ਹੀ ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ, ਉਹ ਅਮਿਤ ਸ਼ਾਹ ਨੂੰ ਮਿਲ ਕੇ ਆਏ। ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਉਹਨਾਂ ਦਾ ਰਵੱਈਆ ਬਦਲਿਆ ਹੋਇਆ ਸੀ।
ਜਿਵੇਂ ਪਿਛਲੇ ਦਿਨਾਂ ਦੇ ਵਿੱਚ ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਜਦੋਂ ਗਏ ਨਾ ਮਿਲਣ ਨਰਿੰਦਰ ਮੋਦੀ ਹੋਰਾਂ ਨੂੰ ਜੀ, ਤੇ ਉਦੋਂ ਜਾਂਦੇ ਹੋਏ ਪੱਤਰਕਾਰਾਂ ਨਾਲ ਜਿਹੜੇ ਲਹਿਜੇ ਚ ਗੱਲ ਕਰਦੇ ਸੀ ਉਹ ਗੱਲ ਤਾਂ ਲਹਿਜਾ ਹੋਰ ਸੀ, ਜਦੋਂ ਬਾਹਰ ਆ ਕੇ ਗੱਲ ਕਰਨ ਲੱਗ ਗਏ ਉਹ ਲਹਿਜਾ ਹੀ ਬਦਲ ਗਿਆ ਗਿੱਲ ਸਾਹਿਬ। ਤੇ ਇਹੀ ਗੱਲ ਜਿਹੜੀ ਉਹ ਨਰਿੰਦਰ ਤੋਮਰ ਦੀ ਅੱਜ ਦੇਖਣ ਨੂੰ ਮਿਲੀ ਵੀ ਲਹਿਜਾ ਹੀ ਬਦਲ ਗਿਆ, ਪਤਾ ਨੀ ਕੀ ਗਿੱਦੜ ਸਿੰਘੀ ਸੰਘਾਉਂਦੇ ਨੇ। ਔਰ ਉਹ ਆਉਣ ਸਾਰ ਜਿਹੜਾ ਕਿਸਾਨਾਂ ਨੂੰ ਇਸ ਗੱਲ ਦੇ ਉੱਤੇ ਬਹਿ ਗਏ ਵੀ ਤੁਸੀਂ ਕੋਈ ਸੁਝਾਅ ਦੇਣਾ ਦੇ ਸਕਦੇ ਹੋ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ, ਰੀਪੀਲ ਤੋਂ ਬਿਨਾਂ ਤੁਸੀਂ ਹੋਰ ਕਿਹੜੀ ਗੱਲ ਕਹਿਣੀ ਆ, ਕਹਿ ਸਕਦੇ ਹੋ। ਲੇਕਿਨ ਕਿਸਾਨ ਆਗੂਆਂ ਨੇ ਠੋਕ ਕੇ ਕਹਿਤਾ ਵੀ ਅਸੀਂ ਤਾਂ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਉਰੇ ਕੋਈ ਗੱਲ ਹੀ ਨਹੀਂ ਕਰਨੀ। ਈਵਨ ਗਿੱਲ ਸਾਹਿਬ ਇਹ ਮੀਟਿੰਗ ਦੇ ਵਿੱਚ ਕਾਫੀ ਜ਼ਿਆਦਾ ਆਪਸ ਦੇ ਵਿੱਚ ਜਿਹੜੀ ਕੜੱਤਣ ਦਾ ਮਾਹੌਲ ਬਣਿਆ ਰਿਹਾ। ਬਲਵੀਰ ਸਿੰਘ ਰਾਜੇਵਾਲ ਨੇ ਠੋਕ ਕੇ ਕਹਿਤਾ ਵੀ ਅਸੀਂ ਤਾਂ ਜੀ ਰੱਦ ਕਰਾਉਣ ਆਏ ਹਾਂ ਔਰ ਤੁਹਾਡੀ ਮਨਸ਼ਾ ਸਾਨੂੰ ਸਰਕਾਰ ਦੀ ਸਹੀ ਨਹੀਂ ਲੱਗਦੀ। ਇਸ ਤੋਂ ਇਲਾਵਾ ਹਰਿਆਣੇ ਵਾਲੇ ਗੁਰਨਾਮ ਸਿੰਘ ਚਡੂਨੀ ਜੀ ਨੇ ਕਹਿਤਾ ਠੋਕ ਕੇ ਵੀ ਖੇਤੀ ਕਾਨੂੰਨ ਰੱਦ ਕਰਨ ਤੋਂ ਉਰੇ ਸਾਡੇ ਨਾਲ ਕੋਈ ਗੱਲ ਨਾ ਕਰੋ। ਡਾਕਟਰ ਦਰਸ਼ਨਪਾਲ ਨੇ ਕਹਿਤਾ, ਜਿੰਨੇ ਵੀ ਆਗੂ ਇਹਨਾਂ ਦੇ ਗੱਲ ਕਰਨ ਵਾਲੇ ਨੇ ਉਹਨਾਂ ਨੇ ਠੋਕ ਕੇ ਕੇਂਦਰ ਸਰਕਾਰ ਨੂੰ ਇਸ ਵਿਸ਼ੇ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਉਰੇ ਕੋਈ ਨਹੀਂ ਖੜਦੇ। ਤਾਂ ਵਿੱਚ ਦੀ ਗੱਲ ਸਾਹਿਬ ਜਿਵੇਂ ਇਹ ਬ੍ਰੇਕ ਪਾਉਣ ਲੱਗ ਜਾਂਦੇ ਨੇ, ਵੈਸੇ ਤਾਂ 2 ਵਜੇ ਦਾ ਸਮਾਂ ਮੀਟਿੰਗ ਦਾ ਰੱਖਦੇ ਨੇ, ਸਮਾਂ ਬੜਾ ਥੋੜਾ ਹੁੰਦਾ, ਉਹ 'ਚ ਬ੍ਰੇਕ ਪਾਉਣ ਦੀ ਕੋਈ ਏਡੀ ਗੱਲ ਨਹੀਂ ਲੱਗਦੀ ਸੀ। ਕਿਸਾਨਾਂ ਨੇ ਉੱਠ ਕੇ ਨਹੀਂ ਗਏ, ਮੰਤਰੀ ਮੀਟਿੰਗ ਛੱਡ ਕੇ ਆਪਦੀ ਅਫਸਰ ਸਾਹਿਬ 17-18 IAS ਅਫਸਰ ਬਹਾਉਂਦਾ ਨਾਲ ਉਹਨਾਂ ਨੂੰ ਲੈ ਕੇ ਹੇਠਾਂ ਚਲਿਆ ਗਿਆ, ਔਰ ਲੇਕਿਨ ਕਿਸਾਨ ਆਗੂ ਉੱਥੇ ਬੈਠੇ ਰਹੇ। ਉਸ ਤੋਂ ਬਾਅਦ ਆਏ ਆ ਕੇ ਕਹਿੰਦੇ ਵੀ 15 ਜਨਵਰੀ ਨੂੰ, ਹੁਣ ਇਹ ਤੋਂ ਬਾਅਦ ਆਪਾਂ ਗੱਲਬਾਤ ਆ ਜਿਹੜੀ ਉਹ ਕਰਾਂਗੇ, 15 ਜਨਵਰੀ ਨੂੰ ਮੀਟਿੰਗ ਕਰਾਂਗੇ। ਲੇਕਿਨ 15 ਜਨਵਰੀ ਨੂੰ ਮੀਟਿੰਗ ਕਰਨੀ ਆ ਜਾਂ ਨਹੀਂ ਕਰਨੀ ਇਹਦੇ ਬਾਰੇ ਕਿਸਾਨ ਡਿਸਾਈਡ ਕਰਨਗੇ। ਪਰ ਇੱਕ ਗੱਲ ਕਿਸਾਨਾਂ ਨੇ ਜ਼ਰੂਰ ਕਹੀ ਹੋਈ ਆ ਕਿ ਅਸੀਂ ਇਹ ਗੱਲ ਨਹੀਂ ਜਾਣ ਦਿੰਦੇ ਕਿ ਕਿਸਾਨ ਗੱਲਬਾਤ ਤੋਂ ਜਿਹੜਾ ਉਹ ਭੱਜ ਰਹੇ ਨੇ। ਸੋ ਇਸ ਕਰਕੇ ਉਹ ਕਹਿੰਦੇ ਅਸੀਂ ਗੱਲਬਾਤ ਦੇ ਬਾਰੇ ਦੇ ਵਿੱਚ ਜਿਹੜਾ ਉਹ ਸੋਚਾਂਗੇ। ਅੱਜ ਫਿਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸੀ, ਪਿਊਸ਼ ਗੋਇਲ ਸੀ ਉਹਨਾਂ ਦੇ ਨਾਲ, ਔਰ ਵਿਗਿਆਨ ਭਵਨ ਦੇ ਵਿੱਚ ਇਹ ਮੀਟਿੰਗ ਆ ਜਿਹੜੀ ਉਹ ਹੋਈ ਹੈਗੀ। ਕਿਸਾਨਾਂ ਨੇ ਗੱਲਬਾਤ ਆ ਜਿਹੜੀ ਬਕਾਇਦਾ ਤੌਰ ਦੇ ਉੱਤੇ ਠੋਕ ਕੇ ਰੱਖੀ ਆ, ਲੇਕਿਨ ਮੀਟਿੰਗ ਬੇਸਿੱਟਾ ਰਹਿਣ ਦਾ ਗਿੱਲ ਸਾਹਿਬ ਜਿਹੜਾ ਕਾਰਨ ਹੈ ਉਹ ਕਾਰਨ ਦਾ ਅਜੇ ਮਨਸ਼ਾ ਨਹੀਂ ਹੈ ਮਸਲਾ ਹੱਲ ਕਰਨ ਦੀ। ਸਰਕਾਰ 2-3 ਚੀਜ਼ਾਂ ਦੇ ਉੱਤੇ ਇਸ ਵਕਤ ਜਿਹੜਾ ਧਿਆਨ ਦੇ ਰਹੀ ਹੈ। ਇੱਕ ਤਾਂ ਜਿਵੇਂ ਨਾਨਕਸਰ ਠਾਠ ਦੇ ਮੁਖੀ ਬਾਬਾ ਲੱਖਾ ਸਿੰਘ ਜੀ, ਉਹਨਾਂ ਨੂੰ ਲੈ ਕੇ ਆਉਂਦਾ, ਕਿਸਾਨਾਂ ਨੇ ਰਿਜੈਕਟ ਕਰਤੀ ਉਹ ਗੱਲ। ਉਹ ਕਹਿੰਦੇ ਅਸੀਂ ਗੱਲ ਕਰਾਂਗੇ, ਸਿੱਧੀ ਕਰਾਂਗੇ, ਬਾਬਾ ਲੱਖਾ ਸਿੰਘ ਜੀ ਨੂੰ ਜਿਹੜਾ ਲੈ ਕੇ ਆਉਂਦਾ ਉਹਦੀ ਮਨਸ਼ਾ ਦੇ ਉੱਤੇ ਵੀ ਉਹਨਾਂ ਨੇ ਸਵਾਲ ਉਠਾਤੇ ਵੀ ਇਹ ਪਹਿਲਾਂ ਇਹਨਾਂ ਦੇ ਬਾਦਲਾਂ ਦੇ ਨਾਲ ਵੀ ਚੰਗਾ ਸੰਬੰਧ ਰਿਹਾ। ਔਰ ਸੁਰਜੀਤ ਸਿੰਘ ਫੂਲ ਗੱਲ ਕਰ ਰਹੇ ਸੀ, ਉਹ ਕਹਿੰਦੇ ਜਿਹੜਾ ਗਿੱਲ ਸਾਹਿਬ ਭੂਮੀ ਪੂਜਨ ਕੀਤਾ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਤੇ RSS ਨੇ, ਉਹਦਾ ਸੱਦਾ ਪੱਤਰ ਵੀ ਬਾਬਾ ਜੀ ਨੂੰ ਕਹਿੰਦੇ ਪਹੁੰਚਿਆ ਹੋਇਆ ਸੀ, ਸਾਨੂੰ ਇਹ ਵੀ ਪਤਾ ਲੱਗਿਆ ਕਹਿੰਦੇ। ਤਾਂ ਇਸ ਗੱਲ ਦੇ ਉੱਤੇ ਉਹਨਾਂ ਦੇ ਉੱਤੇ ਵੀ ਸਵਾਲ ਜਿਹੜੇ ਉੱਠੇ, ਤਾਂ ਉਹ ਪੱਤਾ ਵੀ ਜਿਹੜਾ ਸਰਕਾਰ ਦਾ ਨਹੀਂ ਚੱਲਿਆ। ਉਸ ਤੋਂ ਬਾਅਦ ਸਰਕਾਰ ਇਸ ਮਸਲੇ ਨੂੰ ਹੁਣ ਲੱਗਦਾ ਸੁਪਰੀਮ ਕੋਰਟ ਰਾਹੀਂ ਜਿਹੜਾ ਉਹ ਹੱਲ ਕਰਨ ਵਾਲੇ ਪਾਸੇ ਨੂੰ ਜਾਊਗੀ। ਕਹਿ ਵੀ ਦਿੱਤਾ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਕਿ ਹੁਣ ਫਿਰ ਜੇ ਤੁਸੀਂ ਨਹੀਂ ਮੰਨਦੇ ਸੁਪਰੀਮ ਕੋਰਟ ਰਾਹੀਂ ਗੱਲ ਕਰ ਲਾਂਗੇ। ਤਾਂ ਹੁਣ 11 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਡੇਟ ਪਈ ਹੋਈ ਹੈ, ਔਰ 11 ਜਨਵਰੀ ਨੂੰ ਸੁਪਰੀਮ ਕੋਰਟ ਆ ਜਿਹੜੀ ਉਹ ਕੋਈ ਇਸ ਵਿਸ਼ੇ ਦੇ ਉੱਤੇ, ਕਿਉਂਕਿ ਜਿਹੜੀ ਹੁਣ ਮੀਟਿੰਗ ਵੀ ਸਰਕਾਰ ਨੇ ਰੱਖੀ ਆ 8 ਤੋਂ ਬਾਅਦ ਸਿੱਧੀ 15 ਜਨਵਰੀ ਦੇ ਉੱਤੇ ਲੈ ਗਏ, ਹਫ਼ਤੇ ਦਾ ਵਕਫਾ ਪਾਤਾ, ਤਾਂ ਉਹਦੇ ਚੋਂ ਕਿਤੇ ਨਾ ਕਿਤੇ ਗੱਲ ਸਾਹਿਬ ਇਹ ਲੱਗਦਾ ਗਾ ਕਿ ਸਰਕਾਰ ਸੁਪਰੀਮ ਕੋਰਟ ਰਾਹੀਂ ਹੁਣ ਇੱਕ ਹਰਬਾ ਗਾ ਜਿਹੜਾ ਉਹ ਵਰਤ ਕੇ ਦੇਖੂ। ਪਰ ਕਿਸਾਨਾਂ ਨੇ ਸਾਫ਼ ਤੇ ਸਪਸ਼ਟ ਕਹਿਤਾ ਕਿ ਅਸੀਂ ਇੱਥੋਂ ਨਹੀਂ ਹੁਣ ਪਿੱਛੇ ਮੁੜਦੇ। ਜੀ ਅੱਛਾ, ਇੱਕ ਜੌਨ ਡੀਅਰ ਦੀ ਫੋਟੋ ਭੇਜੀ ਹੈ। ਜੌਨ ਡੀਅਰ ਜਿਵੇਂ ਨਿਹੰਗ ਸਿੰਘ ਸੰਜੋਆਂ ਦੇ ਵਿੱਚ ਆਪਣੇ ਆਪ ਨੂੰ ਮੜ ਲੈਂਦੇ ਹੈ ਜਦ ਪੂਰੇ ਜਾਹੋ ਜਲਾਲ 'ਚ ਆਉਂਦੇ ਹੈ, ਟਰੈਕਟ ਇੱਕ ਉਹਦੇ ਮੂਹਰਿਓਂ ਰੌੜਾ ਪਾ ਪਾ ਕੇ ਇੰਨਾ ਲੁਕੋਇਆ ਪਿਆ ਕਿ ਵੀ ਕਿਤੇ ਮੂਹਰਲੀ ਤਿਆਰੀ ਵੀ ਕਿਤੇ 26 ਨੂੰ ਮੱਥਾ ਉਹਦੇ ਨਾਲ ਲਾਉਣਾ ਪਵੇ, ਇਉਂ ਟਰੈਕਟ ਦੀ ਤਿਆਰੀ ਕੀਤੀ ਹੋਈ ਹੈ। ਦੂਜਾ ਇਹਦੇ ਨਾਲ ਹੀ ਦੱਸਿਓ ਕਿ ਮੈਨੂੰ ਰਾਜੇਵਾਲ ਉਹਨਾਂ ਦੀ ਸਿਹਤ ਬੜੀ ਮਾੜੀ ਲੱਗਦੀ ਹੈ, ਉਮਰ ਖਾਸੀ ਹੋ ਗਈ, ਰੰਗ ਕਾਲਾ ਹੋ ਗਿਆ, ਸਾਹ ਚੜ੍ਹਦਾ ਗੱਲ ਕਰਨ ਨੂੰ, ਉਹਦਾ ਸਿਹਤ ਠੀਕ ਹੈ ਉਹਨਾਂ ਦੀ? ਜੀ ਗੱਲ ਸਾਹਿਬ, ਦੇਖੋ ਇੱਕ ਤਾਂ ਜਿਹੜਾ ਟਰੈਕਟਰ ਨੂੰ ਵਾਕਈ ਏਦਾਂ ਸ਼ਿੰਗਾਰਿਆ ਗਿਆ, ਬੜਾ ਸੋਹਣਾ ਉਹ ਟਰੈਕਟਰ ਸ਼ਿੰਗਾਰਿਆ ਗਿਆ, ਉਹਦੇ ਮੂਹਰੇ ਜਿਹੜੀਆਂ ਇਸ ਹਿਸਾਬ ਨਾਲ ਟਰੈਕਟਰ ਨੂੰ ਬਣਾਇਆ ਗਿਆ ਵੀ ਬੈਰੀਗੇਟ ਆ ਜਿਹੜੇ ਉਹ ਸਿੱਧਾ ਧੱਕ ਕੇ ਲੈ ਜਾਏ, ਡਰਾਈਵਰ ਨੂੰ ਕੋਈ ਨੁਕਸਾਨ ਨਾ ਪਹੁੰਚੇ ਚਾਹੇ ਡਾਂਗਾ ਪਈ ਜਾਣ। ਸੋ ਇਹ ਇੱਕ ਬੜੀ ਕਮਾਲ ਦੀ ਪੇਸ਼ਕਾਰੀ ਜਿਹੜੀ ਪੰਜਾਬੀਆਂ ਨੇ ਉਹ ਦਿਖਾਈ ਹੈ। ਟਰੈਕਟਰ ਦੇ ਟਾਇਰ ਵੀ ਇਸ ਰੂਪ ਦੇ ਪਾਏ ਹੋਏ ਨੇ ਵੀ ਟਰੈਕਟਰ 4x4 ਗੱਡੀ ਵਾਂਗੂ ਰੁਕਣਾ ਰੁਕੇ ਹੀ ਨਾ, ਗੁੱਡੀਆਂ ਵਾਲੇ ਟਾਇਰ ਮੂਹਰੇ ਵੀ ਵੱਡੀਆਂ ਵਾਲੇ। ਤਾਂ ਇਹ ਮਤਲਬ ਜਿਹੜੀ ਤਿਆਰੀ ਕੀਤੀ ਹੈਗੀ 26 ਜਨਵਰੀ ਦੀ, ਉਹ ਅਸਲ ਦੇ ਵਿੱਚ ਟ੍ਰੇਲਰ ਦਿਖਾਤਾ ਕਿਸਾਨਾਂ ਨੇ ਤਿਆਰੀ ਤੋਂ ਬਾਅਦ। ਹੁਣ ਜਿਹੜੀ ਸਥਿਤੀ ਆ ਉਹ ਸਥਿਤੀ ਇਹੀ ਹੈਗੀ ਕਿ
आर पार की लड़ाई है जिड़ी किसान वो लड़नगे। अज भी गिल साहब जो मीटिंग चल रही थी एक किसान आगू ने कापी के उत्ते पेन के नाल लिख के मंत्री दिखाता कि असी जां तां कानून वापस करावांगे जां मरांगे। तां हुण किसान आगू इस गल दे लई विजित ने भी आर पार की लड़ाई है जिहड़ी वो लड़ांगे। दूसरी गल वाकई पिछले दिनों दे विच बलबीर सिंह राजेवाल बीमार हो गए थी, वो एक मीटिंग दे विच भी नहीं सी सरकार वाली च बैठ सके, हॉस्पिटल दाखिल भी रहे थे वो दो तीन दिन बीमार ने, वो काफी ज्यादा सेहत उन्हां दी बीमार है। डॉक्टर दर्शनपाल भी काफी बीमार ने, उन्हां दा भी इलाज आ जिहड़ा उत्थे चल रहा, गोलियां लैके उसे रूप दे विच वो लगे हुए ने। जगमोहन सिंह जिहड़े तीजे आगू ने वो भी बीमार है, वो भी उन्हां नूं टाइफाइड हो गया सी, वो भी हफ्ता घरे ला के आए ने। सो काफी किसान आगू ने जिहड़े वो बीमार नजर आ रहे ने। एक तां गिल साहब इन्हां दी उम्र काफी हो गई सारयां नूं, 30-40 साल हो गए लग्यां नूं संघर्ष दे विच। सो सारे ही वब 70 ने जिहड़े किसान आगू जिन्हें भी मुख्य रूप के गलबात है जी कर रहे हैं। सो इस करके सेहत है जी, बाकी मौसम भी खराब है, मौसम को बहुता साजगार है जोड़ा वो नजर नहीं आ रहा, ठंड काफी ज्यादा है। तो बजुर्गों इना ठंड के जोड़ा वो सड़कों के उत्ते सरकार है जी रोल रही है जी। अच्छा कंगना रनौत ने जी माता जी 100-100 रुपये की गल की थी, बेबे कहती आ जा तेन नरमा चगइए तेन 500 दो, ਉਹ ਕੇਸ ਹੋ ਗਿਆ। ਵਕੀਲ ਸਾਹਿਬ ਨਾਲ ਕੋਸ਼ਿਸ਼ ਕਰ ਰਹੇ ਸੀ ਗੱਲ ਕਰਨ ਦੀ ਪਰ 11 ਜਨਵਰੀ ਦੀ ਸੁਣਵਾਈ ਆ, ਉਹਦੇ ਬਾਰੇ ਦੱਸੋ ਜੀ। ਗੱਲ ਸਾਹਿਬ ਬਠਿੰਡੇ ਦੇ ਵਿੱਚ ਬਠਿੰਡੇ ਦੀ ਅਦਾਲਤ ਦੇ ਵਿੱਚ ਇਹ ਕੇਸ ਆ ਜਿਹੜਾ ਉਹ ਮਾਨਹਾਨੀ ਦਾ ਕੀਤਾ ਗਾ। ਬੇਬੇ ਮਹਿੰਦਰ ਕੌਰ ਕਾਫੀ ਫੇਮਸ ਹੋ ਗਈ, ਉਹਨੂੰ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਆਪਣੇ ਪ੍ਰਵਾਸੀ ਭਾਰਤੀਆਂ ਨੇ। ਸੋ ਉਸ ਨੂੰ ਕੰਗਨਾ ਰਨੌਤ ਨੇ ਟਵੀਟ ਕੀਤਾ ਸੀ ਇੱਕ ਗ੍ਰੈਂਡ ਮਦਰ ਦਾ ਨਾਂ ਲੈ ਕੇ, ਕਿਉਂਕਿ ਜਿਹੜਾ ਸ਼ਹੀਨ ਬਾਗ ਮੋਰਚਾ ਲੱਗਿਆ ਸੀ ਗੱਲ ਸਾਹਿਬ ਉਹਦੇ ਵਿੱਚ ਇੱਕ ਦਾਦੀ ਜਿਹੜੀ ਉਹ ਚਰਚਾ ਦਾ ਵਿਸ਼ਾ ਬਣੀ ਸੀ। ਉਹ ਦਾਦੀ ਆਉਣਾ ਚਾਹੁੰਦੀ ਸੀ ਇਸ ਐਜੂਕੇਸ਼ਨ ਦੇ ਵਿੱਚ ਵੀ, ਲੇਕਿਨ ਉਹਨੂੰ ਪੁਲਿਸ ਨੇ ਆਉਣ ਨਹੀਂ ਦਿੱਤਾ। ਉਹਨੂੰ ਪੁਲਿਸ ਨੇ ਜਦੋਂ ਐਜੂਕੇਸ਼ਨ ਦੇ ਵਿੱਚ ਆਉਣ ਲੱਗੀ, ਦੂਜੇ ਦਿਨ ਹੀ ਆਉਣ ਲੱਗੀ ਸੀ ਉਹ 28 ਨਵੰਬਰ ਨੂੰ, ਉਹਨੂੰ ਪੁਲਿਸ ਨੇ ਉੱਥੋਂ ਹਿਰਾਸਤ ਦੇ ਵਿੱਚ ਲਿਆ, ਉਹਦੇ ਘਰੇ ਛੱਡਿਆ ਜੀ, ਔਰ ਪੁਲਿਸ ਕਹਿੰਦੀ ਵੀ ਤੂੰ ਕਿਸਾਨ ਐਜੂਕੇਸ਼ਨ 'ਚ ਨਹੀਂ ਆ ਸਕਦੀ। ਉਹ ਜਿਹੜੀ ਬੇਬੇ ਸੀਗੀ ਗ੍ਰੈਂਡ ਮਦਰ ਦੇ ਤੌਰ ਦੇ ਉੱਤੇ ਫੇਮਸ ਹੋਈ ਹੈ ਪੂਰੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਰਸਾਲਿਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਉਸ ਬੇਬੇ ਦਾ ਜ਼ਿਕਰ ਹੋਇਆ ਗਾ, ਸ਼ਹੀਨ ਬਾਗ ਵਾਲੀ ਬੇਬੇ ਦਾ। ਉਹ ਇਸ ਆਪਣੀ ਜਿਹੜੀ ਪੰਜਾਬ ਵਾਲੀ ਬੇਬੇ ਮਹਿੰਦਰ ਕੌਰ ਹੈ ਇਹਦੇ ਵਾਂਗੂ ਤੁਰਦੀ ਸੀ। ਕੰਗਨਾ ਰਨੌਤ ਨੇ ਟਵੀਟ ਕੀਤਾ, ਉਹ ਕਹਿੰਦੀ ਉਦੋਂ ਵੀ 100-100 ਰੁਪਏ ਦੇ ਵਿੱਚ ਦਿਹਾੜੀ ਦੇ ਉੱਤੇ ਜਿਹੜੀਆਂ ਮਾਈਆਂ ਲਿਆਂਦੀਆਂ ਜਾਂਦੀਆਂ ਸੀ, ਔਰ ਹੁਣ ਵੀ ਕਹਿੰਦੀ 100-100 ਰੁਪਇਆ ਦੇ ਕੇ ਮਹਿਲਾਵਾਂ ਨੇ ਜਿਹੜੀਆਂ ਉਹ ਧਰਨੇ ਦੇ ਉੱਤੇ ਲਿਆਂਦੀਆਂ ਜਾਂਦੀਆਂ। ਉਹਨੇ ਬੀਬੀ ਮਹਿੰਦਰ ਕੌਰ ਦੀ ਫੋਟੋ ਆ ਜਿਹੜੀ ਉਹ ਵਾਇਰਲ ਕਰ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ। ਗਿੱਲ ਸਾਹਿਬ ਇਹ ਮਹਿੰਦਰ ਕੌਰ ਦਾ ਜਿਹੜਾ ਪਰਿਵਾਰ ਹੈ 73 ਸਾਲਾਂ ਦੀ ਬੇਬੇ ਦੀ ਉਮਰ ਹੈਗੀ, ਔਰ ਇਹਦਾ ਪਰਿਵਾਰ ਪਿੰਡ ਦਾ ਪੁੱਜਦਾ ਇੱਕ ਪਰਿਵਾਰ ਹੈ, ਨੰਬਰਦਾਰ ਇਹ ਹੈਗੇ ਨੇ। ਉਹ ਬੇਬੇ ਨੇ ਕਿਹਾ ਸੀ ਵੀ ਕੋਈ ਗੱਲ ਨੀ ਤੂੰ ਆ ਜਾ ਤੈਨੂੰ 500 ਰੁਪਇਆ ਦੇ ਦਿੰਦੀ ਆ। ਉਸ ਤੋਂ ਬਾਅਦ ਬੇਬੇ ਲਗਾਤਾਰ ਜਾ ਵੀ ਰਹੀ ਹੈ ਮਹਿੰਦਰ ਕੌਰ ਸੰਘਰਸ਼ ਦੇ ਵਿੱਚ। ਹੁਣ ਇਹਨਾਂ ਨੇ ਅਦਾਲਤ ਦੇ ਵਿੱਚ ਵਕੀਲ ਦੇ ਰਾਹੀਂ ਮਾਨਹਾਨੀ ਦਾ ਕੇਸ ਆ ਜਿਹੜਾ ਉਹ ਕੰਗਨਾ ਰਨੌਤ ਦੇ ਉੱਤੇ ਕੀਤਾ ਗਾ ਕਿ ਕੰਗਨਾ ਰਨੌਤ ਨੇ ਸਾਨੂੰ ਜਿਹੜਾ ਉਹ ਬੇਇੱਜ਼ਤ ਕੀਤਾ ਗਾ, ਇਹਨੇ ਸਾਡੀ ਤਸਵੀਰ ਵਾਇਰਲ ਕਰਕੇ 100-100 ਰੁਪਏ ਵਾਲੀ ਗੱਲ ਕਰਕੇ ਸਾਨੂੰ ਸਮਾਜ ਦੇ ਵਿੱਚ ਨੀਵਾਂ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਹੈ। ਔਰ ਮਹਿੰਦਰ ਕੌਰ ਨੇ ਜਿਹੜਾ ਅਦਾਲਤ ਦਾ ਰੁੱਖ ਬੇਬੇ ਨੇ ਕੀਤਾ, ਧਾਰਾ 500 ਤੇ 499 ਤਹਿਤ ਕਾਰਵਾਈ ਦੀ ਮੰਗ ਆ ਜਿਹੜੀ ਕੀਤੀ ਹੈ। 11 ਜਨਵਰੀ ਨੂੰ ਹੁਣ ਸੁਣਵਾਈ ਆ ਜਿਹੜੀ ਇਸ ਕੇਸ ਦੀ ਹੋਣੀ ਹੈ ਜੀ। ਅੱਛਾ ਬੇਅੰਤ ਸਿੰਘ ਕਤਲ ਦੇ ਵਿੱਚ ਸਜ਼ਾ ਕੱਟ ਰਹੇ ਭਾਈ ਰਾਜੋਆਣਾ ਦੀ ਸਜ਼ਾ ਦੇ ਬਾਰੇ ਕੁਛ ਜਿਹੜੇ ਨੇ ਇੰਸਟਰਕਸ਼ਨਸ ਹੋਈਆਂ ਨੇ ਉਹ ਕੀ ਨੇ ਜੀ? ਗਿੱਲ ਸਾਹਿਬ ਦੇਖੋ ਸੁਪਰੀਮ ਕੋਰਟ ਨੇ ਅੱਜ ਕਿਹਾ ਗਾ, ਕੇਂਦਰ ਸਰਕਾਰ ਨੂੰ ਕਿਹਾ ਗਾ ਕਿ ਉਹ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਅਰਜ਼ੀ ਹੈ ਉਹਦੇ ਬਾਰੇ 26 ਜਨਵਰੀ ਤੱਕ ਫੈਸਲਾ ਕਰਨ, ਕਿਉਂਕਿ ਭਾਈ ਰਾਜੋਆਣਾ ਨੇ ਖੁਦ ਤਾਂ ਪਹਿਲਾਂ ਅਰਜ਼ੀ ਨਹੀਂ ਦਿੱਤੀ ਸੀਗੀ, ਲੇਕਿਨ ਕੁਛ ਸੰਸਥਾਵਾਂ ਨੇ ਅਰਜ਼ੀ ਦਿੱਤੀ ਸੀਗੀ ਉਹਨਾਂ ਦੀ ਸਜ਼ਾ ਜਿਹੜੀ ਉਹ ਘਟਾਉਣ ਦੇ ਲਈ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਵਾਅਦਾ ਵੀ ਕੀਤਾ ਸੀ ਇਸ ਮਸਲੇ ਦੇ ਵਿੱਚ, ਅਕਾਲੀ ਦਲ ਵੀ ਗਿੱਲ ਸਾਹਿਬ ਘਿਰਦਾ ਨਜ਼ਰ ਆਉਂਦਾ ਵੀ ਉਹ ਹੁਣ ਤੱਕ ਉਹਨਾਂ ਦੀ ਸਰਕਾਰ ਰਹੀ, ਹੁਣ ਤਾਂ ਉਹ ਕਹਿ ਦੇਣਗੇ ਵੀ ਅਸੀਂ ਸਰਕਾਰ ਦੇ ਵਿੱਚ ਨਹੀਂ ਹੈਗੇ ਜੀ, ਪਰ ਉਹਨਾਂ ਨੇ 6 ਸਾਲ ਦੇ ਲਗਭਗ ਕੇਂਦਰ ਦੇ ਵਿੱਚ ਵਜ਼ਾਰਤ ਦਾ ਨਿੱਘ ਮਾਣਿਆ, ਲੇਕਿਨ ਉਹ ਭਾਈ ਰਾਜੋਆਣਾ ਦੀ ਜਿਹੜੀ ਮੌਤ ਦੀ ਸਜ਼ਾ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਨਹੀਂ ਕਰਵਾ ਸਕੇ। ਪੰਜਾਬ ਦੇ ਲੋਕਾਂ ਨਾਲ ਵਾਅਦਾ ਵੀ ਕੀਤਾ, ਇਲੈਕਸ਼ਨਾਂ ਦੇ ਸਮੇਂ ਵੀ ਇਹ ਵੱਡਾ ਮੁੱਦਾ ਬਣਿਆ ਸੀਗਾ, ਲੇਕਿਨ ਹੁਣ ਤਾਂ ਇਹ ਬਾਹਰ ਆ ਗਏ। ਹੁਣ ਸੁਪਰੀਮ ਕੋਰਟ ਨੇ ਜਿਹੜਾ ਕੇਂਦਰ ਸਰਕਾਰ ਨੂੰ ਕਿਹਾ ਕਿ 26 ਜਨਵਰੀ ਤੱਕ ਫੈਸਲਾ ਗਾ ਜਿਹੜਾ ਇਸ ਵਿਸ਼ੇ ਦੇ ਉੱਤੇ ਲਿਆ ਜਾਵੇ,
और सजा घटाउण दी मंग दे विच तुसी अपने तौर दे उत्ते सानू दो टप गल आ जिहड़ी उह कहो। सुप्रीम कोर्ट ने कहा गया कि असी तुहानू दो तों तीन हफ्तियां दा समां जिहड़ा दे रहे हां केंद्र सरकार नूं और तुसी जिहड़ी पूरी प्रक्रिया 26 जनवरी तक मुकम्मल करो, 26 जनवरी एक चंगा दिन है और यह उचित होवेगा कि तुसी उस तों पहला फैसला करो। तो आ सा गल साहब लगता गा कि शायद किसान संघर्ष का भी एक दबा इस गल दे उत्ते नजर आऊगा कि 26 जनवरी तक उन्हां दी जिहड़ी सजा उम्र कैद दे विच तब्दील कर सकती है सरकार। दूसरी गल इह है कि वाकई इह एजेंडा गा जिहड़ा अंतरराष्ट्रीय पद्धर दे उत्ते भी इह मनुखी अधिकारां दा एजेंडा बणदा गा कि जिहड़ा भी व्यक्ति सजा पूरी कर चुक्या उहदी रिहाई होनी बणदी है, लेकिन इत्थे भारत दे विच कानूनी प्रक्रिया अजिही है कि एक बन्ने तां सजा पूरी होण दे बावजूद भी लोक जेलां दे विच सड़ रहे ने, दूजे बन्ने जिहड़े लोक जेलां दे विच होने चाहिए ने समेत सिंह सैनी वर्गे वह जेलों तो बाहर तुरे फिरते हैं और इत्थे एक बन्ने सलमान खान वर्गे संजय दत्त वर्गे वह वकीलों की फौज खड़ी करके अदालतों के विचों अपनियां चोर मोरियां दे राही बाहर निकले आउंदे ने, ते दूजे बन्ने सजा पूरी होण दे बावजूद भी खास करके धार्मिक घट गिणतियां जम्मू कश्मीर दीआं जेलां भरियां पईआं गल साहब अंडर ट्रायल कैदियां दे नाल अंकड़े दसदे ने कि भारत दीआं जेलां दे विच धार्मिक घट गिणती आदिवासी ਇਹ ਸਭ ਤੋਂ ਵੱਧ ਜਿਹੜੇ ਉਹ ਹੈਗੇ ਨੇ, ਇਸ ਤੋਂ ਇਲਾਵਾ ਦਲਿਤ ਉਹਨਾਂ ਦੀ ਗਿਣਤੀ ਕਾਫੀ ਹੈਗੀ। ਸੋ ਇਹ ਜਿਹੜਾ ਪੂਰੇ ਦਾ ਪੂਰਾ ਸਿਨੈਰੀਓ ਜੇਲ੍ਹਾਂ ਦਾ ਦੱਸਦਾ ਗਾ ਕਿ ਇਸ ਮਸਲੇ ਦੇ ਵਿੱਚ ਡੈਮੋਕ੍ਰੈਟਿਕ ਰਾਈਟਸ ਦੀ ਜਿਹੜੀ ਉਲੰਘਣਾ ਉਹ ਹੋ ਰਹੀ ਹੈ। ਸੋ ਭਾਈ ਰਾਜਵਾਣਾ ਦੀ ਸਜ਼ਾ ਜਿਹੜੀ ਉਹ ਫੌਰੀ ਤੌਰ ਦੇ ਉੱਤੇ ਘਟਾਉਣੀ ਬਣਦੀ ਹੈ ਜੀ। ਨਾਲੇ ਸਵਾਲ ਕੱਲ ਕਹੇ ਸੀ ਆਪਾਂ ਸੁਣਨ ਵਾਲਿਆਂ ਨੂੰ ਵੀ ਕਦੇ ਪੁੱਛ ਲਿਆ ਕਰੋ, ਇੱਕ ਸਵਾਲ ਆਇਆ ਕਿ ਜਿਹੜਾ ਇੱਕ ਖਬਰ ਫਿਰਦੀ ਹੈ ਕਿ ਫੌਜੀ ਹਥਿਆਰਾਂ ਸਮੇਤ ਬਾਰਡਰ ਤੇ ਆ ਗਏ ਸੰਘਰਸ਼ ਦੇ ਵਿੱਚ, ਇਹ ਸੱਚ ਆ? ਮੈਨੂੰ ਇਹ ਲੱਗਦਾ ਨਹੀਂ ਇਹ ਪੋਸੀਬਲ ਹੋਵੇ ਜੀ। ਗੱਲ ਸਾਹਿਬ ਇਹ ਲੱਗਦਾ ਨਹੀਂ ਹੈ, ਇਹ ਅਸਲ ਦੇ ਵਿੱਚ ਖੈਰ ਉਂਜ ਤਾਂ ਹੌਸਲਾ ਵਧਾਉਣ ਵਾਲੀ ਗੱਲ ਹੈ ਪਰ ਏਦਾਂ ਮਤਲਬ ਨਜ਼ਰ ਨਹੀਂ ਆ ਰਿਹਾ ਕਿ ਸੰਘਰਸ਼ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਫੌਜ ਆ ਉਹ ਆਵੇ, ਕਿਉਂਕਿ ਇਹ ਸਰਕਾਰ ਹੁਣ ਕਾਫੀ ਜ਼ਿਆਦਾ ਇਹਨਾਂ ਮਸਲਿਆਂ ਦੇ ਵਿੱਚ 1984 ਤੋਂ ਬਾਅਦ ਖਾਸ ਕਰਕੇ ਫੌਜ ਦੇ ਵਿੱਚ ਡਿਸਿਪਲਿਨ ਆ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਉਹ ਮੇਨਟੇਨ ਕਰਕੇ ਰੱਖਦੇ ਨੇ। ਸੋ ਇੱਦਾਂ ਦੀ ਕੋਈ ਖਬਰ ਜਿਹੜੀ ਉਹ ਪੁਖਤਾ ਤੌਰ ਦੇ ਉੱਤੇ ਅਜੇ ਤੱਕ ਸਾਹਮਣੇ ਨਹੀਂ ਆਈ ਜੀ। ਸੰਤ ਜਰਨੈਲ ਸਿੰਘ ਜੀ, ਖਾਲਸਾ ਭਿੰਡਰਾਂ ਵਾਲਿਆਂ ਦੇ ਪਿੰਡ ਰੋਡੇ 'ਚ ਰਿਲਾਇੰਸ ਦਾ ਟਾਵਰ ਸਾੜਤਾ ਜੀ? ਜੀ ਗੱਲ ਸਾਹਿਬ ਦੇਖੋ ਇਹ ਕੱਲ ਹਰਿਆਣੇ ਦੇ ਵਿੱਚ ਵੀ ਹੋਇਆ ਕਿ ਹਰਿਆਣੇ ਦੇ ਵਿੱਚ ਵੀ ਇੱਕ ਦੋ ਥਾਂ ਟਾਵਰ ਨੇ ਜਿਹੜੇ ਉਹਨਾਂ ਨੂੰ ਅੱਗ ਲਾਈ ਗਈ ਹੈ। ਸੋ ਰੋਡੇ ਪਿੰਡ ਦੇ ਵਿੱਚ ਵੀ ਗੁੱਸੇ ਦੇ ਵਿੱਚ ਆਏ ਹੋਏ ਕੁਛ ਪਿੰਡ ਵਾਸੀਆਂ ਨੇ ਕਹਿ ਸਕਦੇ ਹਾਂ ਜਾਂ ਬਾਹਰਲੇ ਵੀ ਕਹਿ ਸਕਦੇ ਆ, ਕਿਉਂਕਿ ਅਣਪਛਾਤੇ ਨੇ ਵਿਅਕਤੀ ਉਹਨਾਂ ਨੇ ਰਾਤ ਨੂੰ ਜਿਹੜਾ ਟਾਵਰ ਦੀ ਭੰਨ ਤੋੜ ਕੀਤੀ ਔਰ ਅੱਗ ਦੇ ਹਵਾਲੇ ਜਿਹੜਾ ਟਾਵਰ ਆ ਉਹ ਕਰ ਦਿੱਤਾ, ਜਿਸ ਕਰਕੇ ਕਾਫੀ ਉਪਕਰਨ ਨੇ ਜਿਹੜੇ ਉਹਦੇ ਸੜ ਚੁੱਕੇ ਨੇ ਔਰ ਪੁਲਿਸ ਅਧਿਕਾਰੀਆਂ ਨੇ ਅਣਪਛਾਤਿਆਂ ਦੇ ਖਿਲਾਫ਼ ਕੇਸ ਵੀ ਦਰਜ ਕਰ ਦਿੱਤਾ ਹੈ ਔਰ ਪਤਾ ਇਹ ਲੱਗਿਆ ਕਿ ਅਣਪਛਾਤੇ ਵਿਅਕਤੀਆਂ ਨੇ ਕਾਰਵਾਈ ਨੂੰ ਅੰਜਾਮ ਆ ਜਿਹੜਾ ਉਹ ਦਿੱਤਾ ਹੈਗਾ। ਸੋ ਇਹ ਮੈਨੂੰ ਲੱਗਦਾ ਕਿ ਸਰਕਾਰ ਨੂੰ ਅਜੇ ਵੀ ਕੰਧ ਦੇ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਹਾਲਾਤ ਖਰਾਬ ਹੋਣ ਵਾਲੇ ਪਾਸੇ ਨੂੰ ਜਾ ਰਹੇ ਨੇ ਔਰ ਇਹਦੇ ਲਈ ਜ਼ਿੰਮੇਵਾਰ ਸਿੱਧੇ ਤੌਰ ਦੇ ਉੱਤੇ ਸਰਕਾਰ ਆ ਗਈ, ਕਿਉਂਕਿ ਸਬਰ ਦਾ ਇਮਤਿਹਾਨ ਲੈ ਰਹੇ ਆ ਉਹ, ਬਹੁਤ ਟਾਈਮ ਹੋ ਗਿਆ, ਹੁਣ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਮਸਲੇ ਨੇ ਜਿਹੜੇ ਉਹ ਮੰਨ ਲੈਣੇ ਚਾਹੀਦੇ ਨੇ ਜੀ। ਅੱਛਾ, ਬਰਡ ਫਲੂ ਦਾ ਕੀ ਇਸ਼ੂ ਹੈ? ਵਾਕਈ ਇਹ ਹੋ ਗਿਆ, ਪਹਿਲਾਂ ਤਾਂ ਪੰਜਾਬ 'ਚ ਕਦੇ ਨਹੀਂ ਸੀ ਹੋਇਆ, ਬਰਡ ਫਲੂ ਦੀ ਕੀ ਗੱਲ ਚੱਲ ਰਹੀ ਹੈ ਜੀ? ਜੀ ਗੱਲ ਸਾਹਿਬ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਹੈਗਾ ਬਰਡ ਫਲੂ ਦਾ ਮਸਲਾ ਹੈਗਾ ਕਿ ਇੱਥੇ ਲਗਾਤਾਰ ਜਿਹੜੀਆਂ ਕੁਛ ਪੰਛੀਆਂ ਦੀਆਂ ਮੌਤਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ। ਇਹ ਵੀ ਪਤਾ ਲੱਗਿਆ ਹੈਗਾ ਕਿ ਕੇਰਲਾ ਦੇ ਵਿੱਚ ਵੱਧ ਇਹ ਬਿਮਾਰੀ ਆ ਜਿਹੜੀ ਉਹ ਫੈਲੀ ਹੋਈ ਹੈਗੀ ਔਰ ਕੇਰਲਾ ਦੇ ਵਿੱਚ ਕਾਫੀ ਮੁਰਗੀਆਂ ਨੇ ਜਿਹੜੀਆਂ ਉਹਨਾਂ ਦੀ ਮੌਤ ਹੋਈ ਹੈ, ਆਪਣੇ ਚੰਡੀਗੜ੍ਹ ਦੇ ਆਸ ਪਾਸ ਵੀ, ਹਰਿਆਣਾ ਦੇ ਵਿੱਚ ਵੀ ਜਿਹੜਾ ਉਹ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਕੁਛ ਮੌਤਾਂ ਨੇ ਜਿਹੜੀਆਂ ਉਹ ਪੰਛੀਆਂ ਦੀਆਂ ਹੋਈਆਂ ਨੇ। ਅੱਜ ਬਰਨਾਲਾ ਜ਼ਿਲ੍ਹੇ ਦੇ ਤਪਾ ਦੇ ਵਿੱਚ ਵੀ ਪਤਾ ਲੱਗਿਆ ਕਿ 33 ਤੋਤੇ ਨੇ ਜਿਹੜੇ ਉਹ ਮਰੇ ਹੋਏ ਮਿਲੇ ਨੇ। ਸੋ ਇਹ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਹਨਾਂ ਨੂੰ ਅਜੇ ਤੱਕ ਪੰਜਾਬ ਦੇ ਵਿੱਚ ਇਹ ਤਾਂ ਨਹੀਂ ਕਹਿ ਸਕਦੇ ਕਿ ਬਰਡ ਫਲੂ ਦੀ ਬਿਮਾਰੀ ਫੈਲ ਗਈ, ਲੇਕਿਨ ਇਹ ਜ਼ਿਆਦਾ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਡਰ ਜਿਹੜਾ ਇਸ ਚੀਜ਼ ਨੂੰ ਲੈ ਕੇ ਪਾਇਆ ਜਾ ਰਿਹਾ, ਕਿਉਂਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਾਅਦ ਇਹ ਇੱਕ ਵੱਡੀ ਮਹਾਂਮਾਰੀ ਦੀ ਦਸਤਕ ਜਿਹੜੀ ਆ ਉਹ ਭਾਰਤ ਦੇ ਕੁਛ ਹਿੱਸਿਆਂ ਦੇ ਵਿੱਚ ਕਹੀ ਜਾ ਰਹੀ ਆ। ਇਸ ਦੇ ਇਲਾਵਾ ਗੱਲ ਸਾਹਿਬ ਕਾਫੀ ਪਾਬੰਦੀਆਂ ਨੇ ਜਿਹੜੀਆਂ ਸਖਤੀਆਂ ਉਹ ਸਰਕਾਰ ਨੇ ਆਲਰੇਡੀ ਐਡ ਕਰ ਦਿੱਤੀਆਂ ਨੇ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੀਟ ਵੇਚਣਾ ਜਿਹੜਾ ਉਹ ਬੰਦ ਕਰਾ ਦਿੱਤਾ ਗਿਆ ਹੈਗਾ ਔਰ ਪੰਜਾਬ ਦੇ ਵਿੱਚ ਬਾਹਰੋਂ ਲਿਆਉਣ ਦੇ ਉੱਤੇ ਵੀ ਪਾਬੰਦੀ ਆ ਜਿਹੜੀ ਉਹ ਲਾ ਦਿੱਤੀ ਗਈ ਹੈਗੀ ਔਰ ਪੰਜਾਬ ਸਰਕਾਰ ਨੇ ਅੱਜ ਨਵੀਆਂ ਪਾਬੰਦੀਆਂ ਨੇ ਜਿਹੜੀਆਂ ਉਹ ਲਾਈਆਂ ਨੇ, ਜਿਹਦੇ 'ਚ 15 ਜਨਵਰੀ ਤੱਕ ਦੂਜੇ ਸੂਬਿਆਂ ਤੋਂ ਆਉਣ ਵਾਲੇ
ਜਿੰਨੇ ਵੀ ਪੋਲਟਰੀ ਪ੍ਰੋਡਕਟਸ ਨੇ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ ਔਰ ਪੰਜਾਬ ਨੂੰ ਕੰਟਰੋਲਡ ਏਰੀਆ ਜਿਹੜਾ ਉਹ ਲਾਣ ਦਿੱਤਾ ਗਿਆ। ਪੰਜਾਬ ਸਰਕਾਰ ਨੇ ਕਿਹਾ ਗਾ ਕਿ ਸਥਿਤੀ ਸਾਡੇ ਧਿਆਨ ਦੇ ਵਿੱਚ ਹੈ ਔਰ ਕੋਈ ਏਦਾਂ ਦੀ ਜਿਹੜੀ ਗੱਲ ਹੈ ਉਹ ਨਜ਼ਰ ਨਹੀਂ ਆ ਰਹੀ। ਇਹ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਬਰਡ ਫਲੂ ਦੀ ਦਸਤਕ ਦੀ ਜਿਹੜੀ ਪੁਸ਼ਟੀ ਹੈ ਉਹ ਕੱਲ ਹੋ ਗਈ ਸੀ ਕਿ ਹਰਿਆਣਾ ਦੇ ਵਿੱਚ ਕੁਛ ਜਿਹੜੇ ਸੈਂਪਲ ਨੇ ਉਹ ਪੋਜ਼ਿਟਿਵ ਪਾਏ ਗਏ ਸੀ, ਖਾਸ ਕਰਕੇ ਪੰਚਕੂਲਾ ਦੇ ਬਰਵਾਲਾ ਦੇ ਵਿੱਚ ਇੱਕ ਪੋਲਟਰੀ ਫਾਰਮ ਆ ਜਿਹੜਾ ਉੱਥੇ ਬਰਡ ਫਲੂ ਦੀ ਪੁਸ਼ਟੀ ਹੈ ਜਿਹੜੀ ਉਹ ਹੋਈ ਸੀ। ਜੀ ਗਿੱਲ ਸਾਹਿਬ, ਜੇਲ੍ਹ ਦੇ ਵਿੱਚ ਜਿੰਨੇ ਕ੍ਰਿਮੀਨਲ ਨੇ ਉਹਨਾਂ ਨੂੰ ਫੋਨ, ਉਹਨਾਂ ਨੂੰ ਬੈਰਕਾਂ ਤੋਂ ਅਲੱਗ ਰੱਖਣਾ ਅਤੇ ਉਹਨਾਂ ਨੂੰ ਸਭ ਕੁਛ ਅੰਦਰ ਮਿਲਣਾ, ਇਹ ਗੱਲਾਂ ਆਪਾਂ ਸੁਣਦੇ ਸੀ। ਮੈਂ ਤਾਂ ਜਦ ਦਾ ਡੇਰਾ ਪ੍ਰੇਮੀ ਬਿੱਟੂ ਦਾ ਕਤਲ ਹੋਇਆ ਨਾਭੇ ਜੇਲ੍ਹ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਉਹ ਕੁਛ ਦੱਸਣ ਵਾਲਾ ਸੀ ਕਿ ਜਿਹੜਾ ਵਿਵਾਦ ਸੀ ਡੇਰੇ ਦਾ ਕਿ ਜਿਹਦੇ ਲਈ ਬੇਅਦਬੀ ਅਤੇ ਬਹੁਤ ਚੀਜ਼ਾਂ ਸੀ, ਕਹਿੰਦੇ ਪਤਾ ਲੱਗ ਗਿਆ ਸੀ ਕਿ ਬਿੱਟੂ ਦੱਸਣ ਵਾਲਾ ਅਤੇ ਦੋ ਦਿਨਾਂ 'ਚ ਉਹਦਾ ਕਤਲ ਹੋ ਗਿਆ। ਸੋ ਇਹ ਜਿਹੜਾ ਹੁਣ ਕਿਹੜੀ ਜੇਲ੍ਹ ਦੇ ਵਿੱਚ ਸੁਪਰਡੈਂਟ ਆ ਜਿਹੜਾ ਫੜ ਲਿਆ, ਜਿਹੜਾ ਕੈਦੀਆਂ ਨੂੰ ਪੈਸੇ ਲੈ ਕੇ ਸਮਾਨ ਦਿੰਦਾ ਸੀ ਅੰਦਰ? ਗਿੱਲ ਸਾਹਿਬ, ਇਹ ਸੰਗਰੂਰ ਜੇਲ੍ਹ ਦੇ ਵਿੱਚ ਫੜਿਆ ਗਿਆ ਹੈਗਾ ਔਰ ਇਹ ਅਕਸਰ ਹੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਘਟਨਾ ਕਹਾਣੀਆਂ ਜਿਹੜੀਆਂ ਉਹ ਸੁਣਨ ਨੂੰ ਮਿਲਦੀਆਂ ਨੇ, ਅਕਸਰ ਹੀ ਸਾਹਮਣੇ ਆਉਂਦੀਆਂ ਨੇ ਕਿ ਗੱਲ ਇਹ ਆ ਗਿੱਲ ਸਾਹਿਬ ਵੀ ਪੈਸੇ ਵਾਲੇ ਦੀ ਜੇਲ੍ਹ ਦੇ ਵਿੱਚ ਵੀ ਜਿਹੜੀ ਹੈ ਉਹ ਜੇਲ੍ਹ ਨਹੀਂ ਹੁੰਦੀ ਔਰ ਜਿਹੜਾ ਗਰੀਬ ਬੰਦਾ ਮਾਤੜਾ ਉਹ ਜਦੋਂ ਜੇਲ੍ਹ ਦੇ ਵਿੱਚ ਚਲਿਆ ਜਾਂਦਾ ਗਾ ਤਾਂ ਉੱਥੇ ਅਸਲ ਦੇ ਵਿੱਚ ਜੇਲ੍ਹ ਉਹਨੂੰ ਹੁੰਦੀ ਹੈ, ਕਿਉਂਕਿ ਤਕੜੇ ਨੂੰ ਜੇਲ੍ਹ ਦੇ ਵਿੱਚ ਵੀ ਪੁਲਿਸ ਵਾਲੇ ਜਿਹੜੇ ਪੈਸੇ ਲੈ ਕੇ ਉਹ ਹਰ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕਰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੇ ਹਰਿਆਣੇ ਵਾਲੇ ਬਾਬਾ ਜੀ ਫੜੇ ਹੋਏ ਨੇ, ਉਹਨਾਂ ਬਾਰੇ ਵੀ ਬੜੀ ਚਰਚਾ ਚੱਲਦੀ ਹੈ ਵੀ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਸਹੂਲਤਾਂ ਨੇ ਜਿਹੜੀਆਂ ਉਹ ਪ੍ਰੋਵਾਈਡ ਹੋ ਰਹੀਆਂ, ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਨੇ। ਸੋ ਹੁਣ ਸੰਗਰੂਰ ਦਾ ਇਹ ਮਸਲਾ ਸਾਹਮਣੇ ਆਇਆ ਕਿ ਸੰਗਰੂਰ ਦੇ ਵਿੱਚ ਕੈਦੀਆਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਮੋਬਾਈਲ ਦੀ ਸਹੂਲਤ ਪ੍ਰਦਾਨ ਹੁੰਦੀ ਸੀ ਔਰ ਬੰਦੀਆਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਬਾਹਰਲਿਆਂ ਦੇ ਵਿੱਚ ਇਲਾਜ ਦੇ ਲਈ ਜਿਹੜਾ ਉਹ ਭੇਜਿਆ ਜਾਂਦਾ ਸੀ। ਚੱਕੀ ਵੀ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਵੈਸੇ ਤਾਂ ਉਹ ਕਿ ਉਹਨਾਂ ਲੋਕਾਂ ਨੂੰ ਅੱਡ ਕਮਰੇ ਚੱਕੀਆਂ ਦੇ ਨਾਂ ਦੇ ਉੱਤੇ ਪ੍ਰੋਵਾਈਡ ਕਰ ਦਿੰਦੇ ਨੇ ਜਿਹਨਾਂ ਤੋਂ ਮਹੀਨਾ ਪੁਲਿਸ ਵਾਲੇ ਜਿਹੜਾ ਉਹ ਲੈਂਦੇ ਨੇ, ਲੇਕਿਨ ਇੱਥੇ ਸੰਗਰੂਰ ਜੇਲ੍ਹ ਦੇ ਵਿੱਚ ਇੱਕ ਤਾਂ ਪੈਸੇ ਲੈ ਕੇ ਮੋਬਾਈਲ ਦੀ ਸਹੂਲਤ ਪ੍ਰਦਾਨ ਕਰਨਾ, ਦੂਜਾ ਪੈਸੇ ਲੈ ਕੇ ਬਾਹਰਲੇ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਭੇਜਣਾ ਤੇ ਗਲਤ ਰਿਪੋਰਟ ਭੇਜ ਕੇ ਜਿਹੜਾ ਮੁੱਖ ਦਫ਼ਤਰ ਹੈਗਾ ਉਹਨੂੰ ਗੁੰਮਰਾਹ ਕਰਨਾ। ਇਹਨਾਂ ਦੋਸ਼ਾਂ ਦੇ ਤਹਿਤ ਜਿਹੜਾ ਜੇਲ੍ਹ ਸੁਪਰਡੈਂਟ, ਡੈਪਟੀ ਸੁਪਰਡੈਂਟ ਤੇ ਵਾਰਡ ਤਿੰਨਾਂ ਖਿਲਾਫ਼ ਜਿਹੜਾ ਸੰਗਰੂਰ ਪੁਲਿਸ ਨੇ ਕੇਸ ਦਰਜ ਕੀਤਾ ਔਰ ਇਹ ਕੇਸ ਸੰਗਰੂਰ ਦੇ ਵਿੱਚ ਦਰਜ ਕੀਤਾ ਗਿਆ। ਗਿੱਲ ਸਾਹਿਬ, ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ, ਡੈਪਟੀ ਸੁਪਰਡੈਂਟ ਅਮਰ ਸਿੰਘ ਤੇ ਵਾਰਡਰ ਗੁਰਪ੍ਰਤਾਪ ਸਿੰਘ, ਉਹਨਾਂ ਖਿਲਾਫ਼ ਇਹ ਦੋਸ਼ ਹੈ ਕਿ ਇਹਨਾਂ ਵੱਲੋਂ ਬੰਦੀ, ਖਾਸ ਕਰਕੇ ਇੱਕ ਵਿਅਕਤੀ ਹੈ ਕਮਲ ਕੁਮਾਰ ਉਰਫ ਰੌਕੀ ਤੇ ਅਰੁਣ ਕੁਮਾਰ ਉਰਫ ਅਰੂ, ਉਹਨਾਂ ਨੂੰ ਜੇਲ੍ਹ ਅੰਦਰ ਜ਼ਿਆਦਾ ਸਮਾਂ ਰੱਖਿਆ, ਇਕਾਂਤਵਾਸ ਸਮਾਂ ਪੂਰਾ ਕਰਨ ਉਪਰੰਤ ਵੀ ਤਬਦੀਲ ਨਹੀਂ ਕੀਤਾ, ਜੇਲ੍ਹ ਅੰਦਰ ਪੈਸੇ ਲੈ ਕੇ ਮੋਬਾਈਲ ਦੀ ਸਹੂਲਤ ਦਿੱਤੀ ਔਰ ਪੈਸੇ ਲੈ ਕੇ ਬਾਹਰਲੇ ਹਸਪਤਾਲਾਂ 'ਚ ਇਲਾਜ ਦੇ ਲਈ ਭੇਜਿਆ ਗਿਆ ਔਰ ਇਹ ਸਾਰਾ ਕੁਛ ਹੋਣ ਤੋਂ ਬਾਅਦ ਉਹਨਾਂ ਦੇ ਖਿਲਾਫ਼ ਕੇਸ ਆ ਜਿਹੜਾ ਉਹ ਦਰਜ ਕੀਤਾ ਗਿਆ। ਸੋ ਇਹ ਜੇਲ੍ਹਾਂ ਦੀ ਤਸਵੀਰ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਸਹੂਲਤਾਂ ਨੇ ਉਹ ਪੈਸੇ ਲੈ ਕੇ ਦਿੱਤੀਆਂ ਜਾ ਰਹੀਆਂ, ਕਿਵੇਂ ਕਰਪਸ਼ਨ ਇੱਥੇ ਮੂੰਹ ਅੱਡੀ ਖੜੀ ਹੈ। ਜੀ, ਆਖਰੀ ਖਬਰ ਜੀ, ਇੱਕ ਸਵਾਲ ਫਿਰ ਆਇਆ ਲਿਸਨਰ ਦਾ ਕਿ ਜਗਤਾਰ ਸਿੰਘ ਜੱਗੀ ਨੂੰ, ਜੱਗੀ ਜੌਹਲ ਨੂੰ ਦਿੱਲੀ ਦੀ ਪੁਲਿਸ ਲੈ ਗਈ ਕੋਈ ਰਿਮਾਂਡ ਤੇ? ਜੀ, ਕੋਈ ਹੈ ਇਸ ਦੇ ਬਾਰੇ ਖਬਰ? ਗੱਲ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਸਾਹਮਣੇ ਆਈ ਸੀਗੀ, ਉਸ ਤੋਂ ਬਾਅਦ ਨੀ ਸਾਹਮਣੇ ਆਈ। ਵੈਸੇ ਜੱਗੀ ਜੌਹਲ ਦਾ ਮਸਲਾ ਗਾ ਜਿਹੜਾ ਉਹ ਹੁਣ ਵੱਧ ਚਰਚਾ ਦਾ ਵਿਸ਼ਾ ਬਣਨਾ ਚਾਹੀਦਾ, ਮਨੁੱਖੀ ਅਧਿਕਾਰਾਂ ਦੇ ਮਸਲੇ ਨੇ ਜਿਹੜੇ ਉਹ ਚਰਚਾ ਦਾ ਵਿਸ਼ਾ ਬਣਨੇ ਹੀ ਚਾਹੀਦੇ ਨੇ ਕਿ ਇੱਕ ਵਿਅਕਤੀ ਨੂੰ ਜਿਹੜਾ ਉਹ ਨਜਾਇਜ਼ ਹਿਰਾਸਤ ਦੇ ਵਿੱਚ ਰੱਖ ਕੇ ਉਹਦੇ ਤੇ ਝੂਠੇ ਕੇਸ ਪਾ ਕੇ ਕਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਉਹ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਹੈਗਾ। ਸੋ ਅਜੇ ਤੱਕ ਗੱਲ ਸਾਹਿਬ ਉਹਨਾਂ ਕੇਂਦਰੀ ਏਜੰਸੀਆਂ ਦੇ ਵੱਲੋਂ ਜਾਂ ਕਿਸੇ ਦਿੱਲੀ ਲਿਜਾਣ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਨਹੀਂ ਆਈ। ਜੀ ਧੰਨਵਾਦ, ਤੇ 8 ਰਾਤ 9-10 ਮੂਹਰਲੇ ਦੋ ਦਿਨਾਂ ਦੇ ਵਿੱਚ ਜਾਂ ਸੋਮਵਾਰ ਤੱਕ ਤੁਸੀਂ ਬਾਰਡਰ 'ਤੇ ਪਹੁੰਚੋਗੇ। ਸੁਣਨ ਵਾਲਿਆਂ ਦੇ ਮਨ 'ਚ ਬਹੁਤ ਉਤਸੁਕਤਾ ਹੈ ਕਿ ਉੱਥੇ ਦੀਆਂ ਸਾਨੂੰ ਖਬਰਾਂ ਮਿਲਣ, ਜਿੱਥੇ ਜਾ ਕੇ ਸਾਨੂੰ ਐਂ ਲੱਗਦਾ ਫਿਰ ਜਾਂ ਨਵਕਿਰਨ ਉੱਥੋਂ ਗੱਲ ਕਰਦਾ ਕਿ ਉੱਥੇ ਅਸੀਂ ਬੈਠੇ ਹਾਂ। ਸ਼ੁਭ ਸ਼ਾਮਾਂ, ਸਿਹਤ ਤੁਹਾਡੀ ਚੜ੍ਹਦੀ ਕਲਾ 'ਚ ਰਹੋ ਤੁਸੀਂ, ਅਤੇ ਸੋਮਵਾਰ ਜਾਂ ਮੰਗਲਵਾਰ ਫਿਰ ਤੁਸੀਂ ਉੱਥੇ ਪਹੁੰਚੋਗੇ। ਸ਼ੁਕਰੀਆ ਗੱਲ ਸਾਹਿਬ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਨਵਕਿਰਨ ਸਿੰਘ ਪੱਤੀ ਪਿੰਡ ਤੋਂ ਗੱਲਬਾਤ ਕਰ ਰਹੇ ਸੀ, ਬਰਨਾਲੇ ਦੇ ਨਾਲ ਜਮਾਂ ਹੀ। ਅਤੇ ਨਾਲ ਹੀ ਇਸ ਸੈਗਮੈਂਟ ਦੇ ਸਪੋਂਸਰ ਨੇ ਸਤਿੰਦਰਪਾਲ ਸਿੰਘ ਬਰਾੜ, 604-906-7413। ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆਉਂਦੇ ਹਾਂ। ਅਤੇ ਪਰਮਿੰਦਰ ਸਿੰਘ ਥਿੰਦ ਜਿਹੜੇ ਬਹੁਤ ਚਰਚਾ 'ਚ ਨੇ ਅੱਜ ਕੱਲ੍ਹ, ਕਹਿੰਦੇ ਵੀ ਤੈਂ ਭਾਈ ਫਾਰਮਰਸ ਪ੍ਰੋਟੈਸਟ ਦੀ ਮਦਦ ਕਿਉਂ ਕਰਤੀ, ਤੂੰ ਪੈਸੇ ਇਕੱਠੇ ਕਰਨ ਲੱਗ ਗਿਆ।
पुछदे आ उन्हां तों वी कोई की कीता इकट्ठा कि नहीं कीता कुछ। उन्होंने जरूर इस गल की पहल की सी वी मेरी एडवरटाइजमेंट दे नाल ये गल जरूर कहो भी मैं फार्मर्स प्रोटेस्ट दी हमायत करदा ते भारत सरकार नूं कहना भी भाई इन्हां दा मसले इन्हां दे हल करो। ते नाल ही जिहड़ा उन्हां दा किसान सांझा किसान मोर्चा उन्हां दी फेसबुक पेज दा उह एड्रैस दिंदे ने एडवरटाइजमेंट तुसीं सुणी आ ना उन्होंने अपना कोई गल की ना कोई इंश्योरेंस की गल की ना पैसे कट्ठे करन दी गल की। मीडिया जिहड़ियां पुठियां गल्लां करदा है ये जिहड़ी दबश है ये माड़ी है। मीडिया च बदमाशी नहीं मीडिया सर्व करता सर्व। परमिंदर सिंह थिंद थिंक इंश्योरेंस तो मेरे नाल ने 604-828-7213 नंबर है thinkinsurance.ca फेसबुक का पेज थिंक इंश्योरेंस। थिंद साहब स्वागत जी सत श्री अकाल। सत श्री अकाल गिल साहब तुहानू ते सारे श्रोताओं मेरे वालों प्यार भरी सत्कार भरी सत श्री अकाल जी। पहला सवाल जी के नवा की है इंडस्ट्री 15 दिनों च। हाँ जी पहला तो जी नवे साल दी तुहानू ते सारयां नू मेरे वालों बधाइया जी नवे साल दियां ते नाल दी नाल जी नवा है जी आपां हुण किसान मोर्चे ते जिहड़ा आपदा हुण मुहिम चक्किया होया जी ये है भी चलो अरदास करदे हां गुरु ये सफलता होवे जी आह नवा जी इंडस्ट्री दे विच नाले जी हुण कई चीज़ां आ रहियां जी जिद्दां टेक्नोलॉजी का युग तो हैगा ही है इलैक्ट्रॉनिक ही हुण सारा कुछ हो गया जी हुण तक किते भी बैठे हो ता ही आपां पिछले साल ही करता सी ऑनलाइन ही एवरीथिंग क्लिक करो कोट करो ओला ही चकता ओले वाला काम जिदा आपां कोई रखिया ही नहीं शुरू तो ही इंडस्ट्री ता ही हुण जिहड़े हुण उदों दा जदों दा आपां काम करन दा तरीका अपना हैगा बिल्कुल ही पारदर्शी है भी जिहनूं किसे दा डालर बजदा आ ते बचाओ उस करके उही चीज़ां आपां नूं हुण इत्थे लै के आई हां इत्थों तक पहुंचे हां जी आही नवां चल रहा इंडस्ट्री दे विच भाई। अच्छा प्रीमियम जिहड़ा उह आ साल च वध रहा जी मैनूं पता लग्गिया। हाँ जी बिल्कुल जी कई इंश्योरेंस कंपनियां हैगियां जी ओह आपदा जिहड़ा प्रीमियम ने इशारा कर रही जी आने वाले टाइम च उन्होंने उन्होंने आपदा जिहड़ा मंथली प्रीमियम है लाइफ इंश्योरेंस का उन्होंने वधाउणा है जी। हाँ जिहड़े हुण सोच रहे ने आपदे ये है भी चलो जे किसी ने चीज़ लैनी होई है तो लैनी तो जिहड़ी चलो चीज़ सस्ती मिलती है तो उस चीज़ का फायदा चकना चाहिए पर आने वाले टाइम च आपां नूं पता क्योंकि ये सारा रिस्क का बिजनेस हैगा जी जे हुण आपां देखदे हां जो डैथ वध रही ने हो रही ने कंपनीज उस चीज़ नूं देख रही उन्होंने फ्यूचर देखा भी हुण ये चीज़ां दा इस करके हुण प्राइस इनक्रीज होनी शुरू होगी जी। ते जिन्हां दी फिर ट्रांजिशन दे विच कागज़ पत्तर भेज रहे हो वो किते किते आपां पिछले महीने ये भी कहा भी 3 महीने कोई प्रीमियम ही है नहीं वो की है जी। हाँ जी पहली गल तो जिहड़े पेपर ट्रांजिशन चल रहे थे वो तो जो एप्लीकेशन चली गई उन्होंने तो उही रेट मिलना भावें रेट बढ़ जाने सारिया कंपनी ने बधा रही कुछ कंपनी ने जी नाल दी नाल जो 3 महीने वाला चक्कर आप कोई भी जो भी प्रमोशन आँदी आप दसते हैं पर हमेशा ही आप जी भी कुंडी होंगी नाल ये भी नाल दी नाल भी दस दें कुंडी भी कोई हैगी कि नहीं हैगी 3 महीने वाला तो यह है जी कोई भी पहली गल तो है जी 20 साल की या 65 साल तक जी लंबी टर्म है या 30 साल की टर्म वो लैणगे ता ही उसते 3 महीने का जिहड़ा प्रीमियम पहले महीने का प्रीमियम देना पैना उदो बाद 3 महीन का प्रीमियम फ्री होगा। नाल दी नाल मैं दस देना सारे वास्ते यह ढुकती नहीं क्योंकि कई सौदा बेचना तो यह कहना भी 3 महीने फ्री है जी आ जाओ पर जे आप देखते हैं तो जो पता है भी $20 किश्त महंगी है हरेक महीने जो हिसाब ला लो जे 30 साल आप जो हरेक महीने $20 वध दिते वो 3 महीने बचाते बचाते वह आपां नूं चीज़ महंगी पैगी इस करके भी यह चीज़ जरूर आप ख्याल रखनी है आप 3 महीने ना देखिए भी सानू किश्त बचती पर दूजे लोट यह भी देखिए भी सानू जो उस चीज़ की किश्त जो सानू जो $200 किश्त है तो सानू 170 च मिलती वही $200 क्यों दी है भी अज लालच के कारण सानू 3 महीने किश्त सस्ती मिलती है ये चीज़ का ख्याल रखने का बहुत जरूरी है क्योंकि जिन्हें सौदा बेचना उन्हें कहना भी 3 महीने फ्री है जी आ जाओ उधर ध्यान दूजे पासे गया ही नहीं 3 महीने वाले पासे सिर्फ ध्यान रखे पर दूजे लोट देखते हैं अपना सानू मंथली प्रीमियम किन्ना वह जरूर देखना चाहिए जी। नाल ये दसो कि जिहड़ी डिसेबिलिटी इंश्योरेंस आ ते क्रिटिकल इंश्योरेंस आ जिहड़ी दोनों का फर्क की है। हाँ जी डिसेबिलिटी है जी थोड़ा पे चैक प्रोटेक्ट करती है 24 घंटे जिथे मर्जी हो तुम 60 बज के तहत मंथली प्रीमियम जो 60 बज के जिन्नी तुम अमाउंट की कराई हुई है तहु
पैसे मिली जाते हैं, तुहाडी चॉइस है तुसीं 0 दिन तो शुरू कराई है, 14 दिनों तो कराई है, या 30 दिनों तो, जिन्ने अमाउंट की है वह पैसे आने शुरू हो गए मंथली, या कल्ली सट की है या सिकनेस की है, ना दी ना जी क्रिटिकल है जी, कोई भी वड्डी बीमारी लग जाती है वह लमसम पैसे पे कर देंगे ने। उन्हें यह ऑप्शन है भी जे किसी ने लख डॉलर की क्रिटिकल कराई है, कोई बीमारी लग गई तो उन्होंने लख डॉलर टैक्स फ्री उन्होंने देता, वो है भावें इलाज होवे भावें महीने च ठीक हो जाए पर उन्होंने तो एक बार पैसे देते, क्योंकि यह है भी जे इनकेस तुम साल काम से नहीं जाते वह भी थोड़ा लाइफ स्टाइल चेंज हो जाता, इस करके जो क्रिटिकल च पैसे लमसम मिलते जी, डिसेबिलिटी थोड़ा पेचा कवर है, किश्तां कवर है, मोर्गेज किदा जाऊगी, ट्रक दियां किश्तां जाणगियां किदा जाणगियां, इस करके डिसेबिलिटी मंथली है जी, जिहड़ी क्रिटिकल है जी वह लमसम है जी। अच्छा थिंक इंश्योरेंस का 2020 का जिहड़ा जे उसका मुलांकण करिए कहा जा रहा जी? हाँ जी भाई जी, आप हमेशा ही उदा ही काम किया शुरू चो, आप ही जिदा अज भी फोन आप ही चक्की दा, ये नहीं भी आप जदों दे काम शुरू किया उदा ही आप, मेन है भी अपना मुद्दा यह है भी जिहड़ी भी क्लाइंट नूं जरूरत ने उसे हिसाब न पॉलिसी होवे, ना कि असीं यह देखे जाइए सानू वध कमीशन किदां मिलना, सानू आपदा निजी निजी आपदा निज पासे करके यह है भी कम किदां वधिया क्लाइंट नाल कर सकदे आ, उस तों बाद परिवार साडे ने इसे करके हुण 10 साल हो गए जी, एवें हुण भावें 2020 च मंदा सीगा फिर भी आपां नूं बहुत ही वधिया परमहंगारा मिलिया, फिर भी आपां इस साल भी MDRT आपां बणे जी $1 million राउंड टेबल ते, भावें 2020 च उह भी है भी सिर्फ दुनिया दे 2% सिर्फ एडवाइजर ने उस क्वालीफाई करते हैं, 2020 च फिर आप उस क्वालीफाई, इस करके क्योंकि अपना कम नंबर वन जिदा जिस हिसाब ने जरूरत है उस हिसाब ने आप रखिया, ना कि आपका निज नहीं देखा, ना ही आप हमेशा ही कम्यूनिटी भी इनवॉल्व हाँ, कितने लौड़ है हमेशा नाले हाँ, इस करके यही नहीं भी आपका ही देखना कितने लौड़ है नाल खड़े हम, भावें हम किसान मोर्चे की गल करते हैं, भावें आप कम्यूनिटी कितने भी फंड रेजिंग हो डोनेशन हो हमेशा यह करते हैं, हम यही है भी जिते सानू निज है उधर चले गए, चाह हम देखिए जिदा तुम पहला गल करते हैं 50,000 लख हज़ार चैंपी बनाते हैं, हूँ उन्होंने भी मुहिम फड़ लिया भी जोड़ा अदारा चलता उन्होंने थले कि लैके आना वह भी पैसे लैके काम शुरू करता जी, इस करके भी अपना फोकस है सिर्फ अपना काम करना, वधिया चीज क्लाइंट नूं किदां मिलदी है ते ओला चकता इंश्योरेंस ज्यादा, इसे करके कईआं नूं इशू भी हैगा जी आपां ओला चकता, क्योंकि इस करके जे अपनी कम्यूनिटी का फायदा हुंदा साडी नाल सारे एक एक एकता हुंदी है, यह है जी 2020 वाज गुड ईयर फॉर आई थिंक इंश्योरेंस जी। बिल्कुल जब तुसीं काम सच्चे दिलों करना है उन्हूं कोई रोक नहीं सकता, एडवरटाइजमेंट करन वाले तुसीं किसानां दे हक च पहले साडे एडवरटाइजर सी वे नहीं, मेरे मैसेज तो पहला यह मैसेज दो मैं उन्हां दे नाल खड़ा ते उहदे विच कुछ नहीं एक अपनी सपोर्ट सी जिवें बाकी करदे आ इत्थे बैठे ते उहदे उहदे सुनेहे दे विच कोई पैसा धेला इकट्ठा करन दी गल नहीं सी, कोई इंश्योरेंस इंडस्ट्री दीआं गाइडलाइनस ना उह च इंश्योरेंस इंडस्ट्री नूं कहा इंश्योरेंस कराउण नूं कहा सी, सो एनीवेज़ ये ठीक है। अखीर च कुछ होर कहना चाहो जे कुछ नहीं पुछया जी? हाँ जी भाई बस यही है जी, कोई भी इंश्योरेंस बारे सोच रहे हो तुसीं कोई भी क्वेश्चन है गरंटिड हरेक चीज़ का भी कोई भी चीज़ वधिया सर्विस, क्योंकि सर्विस तो है जी, असीं कोई फर्नीचर वेचदे कोई फर्नीचर लै गया तुहानूं कहा वी फर्नीचर मिल गया, मेन चीज़ साडी सर्विस है, सर्विस से ही सारा कुछ हैगा जी, जे सर्विस वधिया नहीं हैगी क्योंकि असीं सर्विस ही असीं प्रदान कर रहे हैं जी, जे सर्विस वधिया नहीं हैगी सारा कुछ ही वधिया नहीं हैगा, सारा कुछ ही सर्विस से, इस करके कोई भी स्पैशली जो हम वर्क परमिट से भी आए हुए हैं उन्होंने मैं जरूर कहना कुछ ना कुछ कंपनी उन्होंने इंश्योरेंस हूँ वो लै सकते हैं, आपकी इंश्योरेंस जरूर लैन, कोई भी क्वेश्चन हमेशा हाजिर है जी, थिंक इंश्योरेंस BC से अल्बर्टा कितने भी 604-828-7213 ਜਾਂ ਅਲਬਰਟਾ ਚ ਕਿਤੇ ਵੀ ਤੁਸੀਂ BC ਚ ਤੁਸੀਂ ਫੋਨ ਤੇ ਵੀ ਹੁਣ ਤਾਂ ਇਹ ਵੀ ਨਹੀਂ ਅਪਾਇੰਟਮੈਂਟ ਬਣਾਉਣੀ ਹੈ ਕਿਤੇ ਵੀ ਤੁਸੀਂ ਸਾਡੀ ਇੰਸ਼ੋਰੈਂਸ ਦੀਆਂ ਸੇਵਾਵਾਂ ਦਾ ਫਾਇਦਾ ਲੈ ਸਕਦੇ ਜੀ। ਧੰਨਵਾਦ ਗਿੱਲ ਸਾਹਿਬ, ਧੰਨਵਾਦ, ਸ਼ੁਭ ਸ਼ਾਮਾ, ਥੈਂਕ ਯੂ, ਧੰਨਵਾਦ ਜੀ ਸਾਰਿਆਂ ਦਾ। ਗੈਂਗਵਾਰ ਜਿਹੜੀ ਸਾਡੇ ਮੁੰਡਿਆਂ ਦੇ ਵਿੱਚ ਹੈ ਚਾਹੇ ਗਿਣਤੀ ਬਹੁਤ ਘੱਟ ਹੈ, ਕਿਸੇ ਕਾਰਨ ਉਹ ਇਸ ਰਾਹ ਤੋਂ ਬਾਹਰ ਚਲੇ ਗਏ ਜ਼ਿੰਦਗੀ ਦੇ ਰਾਹ ਤੋਂ, ਅਤੇ ਪਰ ਜਦ ਉਹਨਾਂ ਦੀ ਮੌਤ ਹੁੰਦੀ ਹੈ ਉਹ ਦਿਲ ਨੂੰ ਬਹੁਤ ਦੁੱਖ ਹੁੰਦਾ। ਪਿਛਲੇ ਦਿਨੀ ਗੈਰੀ ਕੰਗ ਦੀ ਮੁੰਡੇ ਦੀ ਮੋਰਗਨ ਕਰੀਕ ਉਹਦੇ ਘਰ ਦੇ ਵਿੱਚ ਜਿਹੜੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, 24 ਵਰ੍ਹਿਆਂ ਦਾ ਸੀ ਇੱਕ ਭਾਈ ਰੈਂਡੀ ਕੰਗ, ਜਿਹੜਾ 2018 ਦੇ ਵਿੱਚ 17 'ਚ ਪਹਿਲਾਂ ਮਾਰ ਦਿੱਤਾ ਗਿਆ, ਇੱਕ ਭਰਾ ਜਿਹੜਾ ਸੈਮ ਕੰਗ ਹੈ
ਉਹ ਅੰਦਰ ਹੈ। ਪਿਛਲੇ ਸਾਲ ਔਰ 18 'ਚ ਜਦ ਕੰਗ ਲੈਟੀਮਰ ਗਰੁੱਪ ਜਿਹੜਾ ਉਹਦੇ ਫੜੇ ਸੀ ਅਤੇ ਬਹੁਤ ਅਤੇ ਵੈਪਨਸ ਫੜੇ ਸੀ, ਜ਼ਿਆਦਾ ਇਹ ਅੰਦਰ ਸੀ ਅਤੇ ਪਰ ਹੁਣ ਆਪਣੀਆਂ ਜਿਹੜਾ ਗਲਤੀ ਮੰਨ ਕੇ ਚਾਰਜਸ ਜਿਹੜੇ ਨੇ ਉਹ ਗਲਤੀ ਜਿਹੜੀ ਮੰਨੀ ਸੀ ਗਿਲਟੀ ਪਲੀ ਕੀਤਾ ਸੀ ਉਹਦੇ 'ਤੇ ਬਾਹਰ ਸੀ ਹੁਣ ਅਤੇ ਪਰ ਉਸਦੀ ਉਸਦਾ ਕਤਲ ਹੋ ਗਿਆ। ਗਰੇਵਾਲ ਬ੍ਰਦਰਸ ਜਿਹੜੇ ਬ੍ਰਦਰ ਕੀਪਰਸ ਦੇ ਵਿੱਚ ਨੇ ਉਹਨਾਂ ਦਾ ਵੀ ਤਿੰਨਾਂ ਭਾਈਆਂ ਦੇ ਵਿੱਚੋਂ ਮਨਦੀਪ ਗਰੇਵਾਲ ਅਤੇ ਗੈਵਨ ਗਰੇਵਾਲ ਜਿਹੜੇ ਨੇ ਉਹ ਮਾਰ ਦਿੱਤੇ ਗਏ ਨੇ ਅਤੇ ਉਹਨਾਂ ਦਾ ਇੱਕ ਬ੍ਰਦਰ ਮਨਵੀਰ ਗਰੇਵਾਲ ਹੈ ਜਿਹੜਾ ਉਹ ਇਹ ਦੋ ਕਤਲ ਜਿਹੜੇ ਹੋਏ ਨੇ ਗੈਵਨ ਗਰੇਵਾਲ ਦਾ ਉਹਦਾ ਪੈਂਟ ਹਾਊਸ ਦੇ ਵਿੱਚ ਕਤਲ ਹੋਇਆ ਸੀ ਤੁਹਾਨੂੰ ਪਤਾ ਫਰਨ ਸਟਰੀਟ ਵੈਨਕੂਵਰ ਦੇ ਵਿੱਚ ਪੈਂਟ ਹਾਊਸ ਦੇ ਵਿੱਚ ਐਕਸੈਸ ਹੈ ਜਿਹੜਾ ਉਹ ਕਾਰਡ ਦੇ ਨਾਲ ਤੁਹਾਡਾ ਐਲੀਵੇਟਰ ਉੱਥੇ ਜਾਂਦਾ ਨਹੀਂ। ਇਸੇ ਤਰ੍ਹਾਂ ਕੰਗ ਦਾ ਕਤਲ ਉਸਦੇ ਮਾਪਿਆਂ ਦੇ ਘਰ ਦੇ ਵਿੱਚ ਹੋਣਾ ਬੜਾ ਹਿਰਦੇ ਵੇਦਕ ਹੈ। ਹੁਣ ਜਿਹੜੀਆਂ ਇਹ ਹੋਰ ਇਹਨਾਂ ਦੀ ਆਪਸ ਵਿੱਚ ਇਹ ਮੁਸ਼ਕਲ ਵਧੇਗੀ ਅਤੇ ਹੋਰ ਪੁਲਿਸ ਕਹਿ ਰਹੀ ਹੈ ਕਤਲ ਹੋਣਗੇ ਦੇ। ਇਹ ਕੰਗ ਬ੍ਰਦਰਸ ਨੇ ਜਿਹੜੇ ਵੈਨਕੂਵਰ ਤੋਂ ਸ਼ੁਰੂ ਹੋਏ ਸੀ ਐਬਸਫੋਰਡ ਦੀ ਟਾਊਨ ਹਾਲ ਦੀ ਜਿਹੜੀ ਸੜਕ ਦੀ ਲੜਾਈ ਜਿਹ 'ਚ ਸਿੱਧੂ ਸੰਧੂ ਗਰੁੱਪ ਅਤੇ ਗਰੇਵਾਲ ਗਰੁੱਪ ਉਹ 'ਚੋਂ ਅਲੱਗ ਹੋ ਗਏ ਅਤੇ ਤੁਹਾਨੂੰ ਪਤਾ ਵੀ ਐਬਸਫੋਰਡ 'ਚ ਬਹੁਤ ਕਤਲ ਹੋਏ ਸੀ। ਜਦ ਤੁਸੀਂ ਨੌਂ ਲੈਂਦੇ ਹੋ ਮਾਪਿਆਂ ਦੇ ਦੁੱਖ ਫੇਰ ਦੁਬਾਰਾ ਆ ਜਾਂਦੇ ਆ। ਪਰ ਮੈਂ ਇਸ 'ਤੇ ਇੱਕੇ ਹੀ ਕਹਿ ਸਕਦਾ ਕਿ ਜੇ ਸ਼ਮੂਲੀਅਤ ਵੇਖੀ ਜਾਵੇ ਇਸ ਡਰੱਗ ਦੇ ਵਪਾਰ ਦੇ ਵਿੱਚ ਵੇਖਿਆ ਜਾਵੇ ਤਾਂ ਬਹੁਤ ਘੱਟ ਹੈ ਇਹਨਾਂ ਮੁੰਡਿਆਂ ਦੀ। ਬਹੁਤ ਵੱਡੇ ਗਰੈਂਗ ਨੇ ਜਿਹੜੇ ਜਿਹੜੇ ਇੰਟਰਨੈਸ਼ਨਲ ਗੈਂਗਸ ਨੇ ਉਹ ਸ਼ਰੇਆਮ ਫਿਰਦੇ ਨੇ ਅਤੇ ਉਹਨਾਂ ਨੂੰ ਕੋਈ ਫੜਦਾ ਨਹੀਂ। ਕੋਈ ਕੁਆਂਟਲਾਂ ਕੀ ਟਨਾਂ ਦੇ ਵਿੱਚ ਡਰੱਗ ਇਸ ਦੇਸ਼ 'ਚ ਆਉਂਦੀ ਆ ਵਿਕਦੀ ਹੈ ਅਤੇ ਇੱਥੇ ਤਾਂ ਬਹੁਤ ਘੱਟ ਬਣਦੀ ਹੈ। ਜਿਹੜੀਆਂ ਫੈਕਟਰੀਆਂ 'ਚੋਂ ਬਣ ਕੇ ਆਉਂਦੀ ਉਹ ਸਭ ਨੂੰ ਪਤਾ। ਪਰ ਕੋਈ ਵੀ ਜਾਂ ਭਾਈਚਾਰੇ 'ਚੋਂ ਕਿਸੇ ਬੱਚੇ ਦੀ ਮੌਤ ਹੁੰਦੀ ਹੈ ਕਿਸੇ ਕਾਰਨ ਹੁੰਦੀ ਹੈ ਉਹ ਭਾਈਚਾਰੇ ਲਈ ਦੁੱਖ ਦੀ ਗੱਲ ਹੈ। ਰਾਜਸਥਾਨੀ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋ ਵਿਚਾਰ ਦੇਣੇ ਜੀ ਮੈਂ ਜੀ। ਇੱਕ ਤਾਂ ਜਿਹੜਾ ਤੁਸੀਂ ਟੌਪਿਕ ਛੇੜਿਆ ਇਹਦੇ 'ਤੇ ਅਤੇ ਇੱਕ ਕਿਸਾਨਾਂ 'ਤੇ ਜੀ। ਦੇਖੋ ਇਹਦਾ ਸੋਲਿਊਸ਼ਨ ਕੀ ਹੈਗਾ, ਜਿੱਦਾਂ 30 ਸਾਲ ਸਾਨੂੰ 25 ਸਾਲ ਤਾਂ ਸਾਨੂੰ ਇੱਥੇ ਐਨ ਹੋ ਗਏ ਜੀ ਜੀ, ਵੀ ਇਹਦਾ ਕੋਈ ਸੋਲਿਊਸ਼ਨ ਨਹੀਂ ਅਜੇ ਤੱਕ ਨਿਕਲਿਆ ਜੀ। ਰੈਲੀਆਂ ਕਈ ਸੰਸਥਾ ਆਈਆਂ ਮੂਹਰੇ, ਬਹੁਤ ਪ੍ਰਚਾਰ ਹੋਇਆ, ਯੇ ਕਰੋ ਵੋ ਕਰੋ, ਬੱਚੇ ਸੰਭਾਲੋ, ਆਪਦੇ ਘਰ ਘਰ ਸਾਂਭੋ, ਕੰਟਰੋਲ ਕਰੋ, ਤੇ ਕੋਈ ਮਸਲਾ ਹੱਲ ਨਹੀਂ ਹੋਇਆ। ਜਿੱਦਾਂ ਬਈ ਅਖੀਰ ਫਿਰ ਰੈਲੀ ਹੋਈ ਇੱਥੇ ਤੁਹਾਡੇ ਆਪਣੇ ਸਰੀ ਚ, ਬਹੁਤ ਹੋਲੈਂਡ ਪਾਰਕ ਚ, ਵੀ ਪੁਲਿਸ ਬਦਲ ਦਿਓ, ਇਹਦਾ ਸੋਲੂਸ਼ਨ ਇਹ ਕੱਢਿਆ ਗਿਆ ਜੀ। ਤੇ ਹੁਣ ਪੁਲਿਸ ਵੀ ਸਮਝ ਲਾ ਲਗਭਗ ਬਦਲੀ, ਅੱਧੀ ਪਚੱਧੀ ਜਾ ਚੁੱਕੀ ਹੈਗੀ ਆ, ਪਰ ਉਦੋਂ ਬਾਵਜੂਦ ਵੀ ਫੈਂਟੀਨਲ ਵੀ ਆਉਂਦੀ ਆ, ਡਰੱਗ ਵੀ ਜਿਸ ਤਰ੍ਹਾਂ ਤੁਸੀਂ ਆਪ ਵੀ ਦੱਸਿਆ ਵੀ ਆਉਂਦੀ ਹੈਗੀ ਆ, ਕਿ ਚੋਰ ਮਰੇ ਕੁੱਤੀ ਭੌਂਕੇ। ਜੇ ਮਤਲਬ ਵੀ ਇਹਦਾ ਇਹ ਸੋਲੂਸ਼ਨ ਆ ਵੀ ਜੇ ਇਹ ਚੀਜ਼ਾਂ ਬਾਹਰੋਂ ਨਾ ਬੰਦ ਕੀਤੀਆਂ ਜਾਣ, ਇਹਦਾ ਤਾਂ ਮਸਲਾ ਤਾਂ ਇਹ ਹੋ ਸਕਦਾ ਵੀ ਜੇ ਇਹ ਚੀਜ਼ਾਂ ਆਉਣ ਹੀ ਨਾ, ਤੇ ਹੁਣ ਇਹ ਜਿਹੜਾ ਗੰਗ ਇਹਦਾ ਡਰੱਗ ਦਾ ਵਪਾਰ ਆ, ਉਹ ਕਰੋੜਾਂ ਦੇ ਹਿਸਾਬ ਨਾਲ ਬੱਚੇ ਖਰਾਬ ਹੁੰਦੇ ਹੈਗੇ, ਉਹ 'ਚ ਪੈਸਾ ਬਹੁਤ ਬਣ ਜਾਂਦਾ ਹੈਗਾ, ਤੇ ਐਸ਼ੋ ਆਰਾਮ ਤੇ ਹੋਰ ਸਾਰਾ ਬੱਚਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਹੈਗੀ ਹੈ। ਤੇ ਜੇ ਇਹ ਚੀਜ਼ਾਂ ਪੈਦਾ ਹੀ ਨਾ ਹੋਣ ਜਾਂ ਆਉਣ ਦਿੱਤੀਆਂ ਨਾ ਜਾਣ, ਤੇ ਜਦ ਪੁਲਿਸ ਨੂੰ ਪਤਾ ਹੁੰਦਾ, ਮਗਰੋਂ ਪੁਲਿਸ ਕਹਿ ਦਿੰਦੀ ਆ ਹਾਂ ਇਹ ਤਾਂ ਇਸ ਕੋਲ ਜਾਣਦੇ ਸੀ, ਜਾਣਦੇ ਸੀ ਤੁਸੀਂ ਬਚਾਇਆ ਕਿਉਂ ਨਹੀਂ ਜੀ। ਤੇ ਇਹ ਚੀਜ਼ਾਂ ਜਿਹੜੀਆਂ ਇਹਦਾ ਸੋਲੂਸ਼ਨ, ਹੁਣ ਅਸੀਂ ਤਾਂ ਸਾਰਾ ਮਾਂ ਪਿਓ ਦਾ ਜ਼ੋਰ ਪਾ ਕੇ ਬਹਿ ਗਏ, ਰੋਂਦੇ ਅਖੀਰ ਵਿਚਾਰੇ ਹੁਣ ਜਿਹਨਾਂ ਦੇ ਮਰ ਜਾਂਦੇ ਹੈਗੇ ਆ, ਬਿਲਕੁਲ ਜੀ, ਤੇ ਕੋਈ ਸੋਲੂਸ਼ਨ ਨਹੀਂ ਨਿਕਲਦਾ ਇਹਦਾ, ਇੰਨਾ ਮੈਂ ਕਹਿਣਾ ਸੀਗਾ ਜੀ। ਤੇ ਦੂਜਾ ਸੀਗਾ ਵੀ ਜਿਹੜਾ ਕਿਸਾਨ ਅੰਦੋਲਨ ਇਸ ਵੇਲੇ ਮੈਂ ਜੁੜਿਆ ਹੈ ਉਹਦੇ ਨਾਲ ਜੀ, ਮੈਨੂੰ ਜਿਹੜਾ ਜਗਿੰਦਰ ਯਾਦਵ ਆ ਨਾ ਜੀ, ਇਹਦੇ ਪਿਓ ਨੇ ਪੜਾਇਆ ਸਾਨੂੰ, ਬਿਲਕੁਲ ਜੀ, ਦੱਸਿਆ ਤੁਸੀਂ, ਦੱਸਿਆ ਸੀ ਨਾ ਤੁਹਾਨੂੰ, ਤੇ ਉਹ ਹੁਣ ਬਹੁਤ ਤਗੜਾ ਲੀਡਰ ਹੈ ਇਸ ਵੇਲੇ, ਜੇ ਕਿਤੇ ਤੁਹਾਡੀ ਉਹਦੇ ਨਾਲ ਆਪਣੇ ਰੇਡੀਓ ਤੇ ਕੋਸ਼ਿਸ਼ ਕਰ ਲੈਣੇ ਜੀ ਹਾਂਜੀ। ਦੂਜਾ ਅੱਛਾ, ਤੀਜਾ ਮੇਰਾ ਇਹ ਸਵਾਲ ਹੈਗਾ ਵੀ ਇਹ ਜਿਹੜਾ ਕਿਸਾਨ ਅੰਦੋਲਨ ਹੈਗਾ ਭਾਰਤ ਦੇ ਵਿੱਚ, ਯਾਨੀ ਸਦੀਆਂ ਤੋਂ ਪਹਿਲੀ ਵਾਰੀ ਇਹ ਮੂਵਮੈਂਟ ਚੱਲੀ ਹੈਗੀ ਹੈ ਭਾਰਤ ਦੇ ਵਿੱਚ, ਲੰਡੀ ਝੰਡੀ ਮਾੜੀ ਮੁੱਠੀਆਂ ਚੱਲਦੀਆਂ ਰਹੀਆਂ, ਪਹਿਲਾਂ ਕਿਸੇ 14 ਚਰਨ ਸੋਹਣੇ ਚਲਾਈ ਸੀ ਕਿਸਾਨ ਰੈਲੀ,
ਉਦੋਂ ਬਾਅਦ ਇਹ ਜਿਹੜਾ ਵੱਡਾ ਸੰਘਰਸ਼ ਬਣ ਚੁੱਕਿਆ ਇਸ ਵੇਲੇ ਇੰਡੀਅਨ ਲੈਵਲ ਦਾ, ਅਗਰ ਸਾਰੀਆਂ ਸਟੇਟਾਂ ਦੇ ਕਿਸਾਨ ਇੱਕ ਮੁੱਠ ਹੁੰਦੇ ਹੈਗੇ ਆ ਤੇ ਮਜ਼ਦੂਰ ਕਿਸਾਨ ਹੋਰ ਵੀ ਯੂਨੀਅਨ ਇਹ ਪੱਕੀ ਤਰ੍ਹਾਂ ਕਿਸਾਨ ਯੂਨੀਅਨ ਬਣ ਜਾਂਦੀ ਹੈਗੀ ਭਾਰਤ ਦੇ ਵਿੱਚ, ਤੇ ਫਿਰ ਇਹ ਜਿਹੜਾ ਮਸਲਾ ਹੈਗਾ ਹੱਲ ਹੋ ਸਕਦਾ ਹੈਗਾ। ਤੇ ਜੇ ਕਿਸਾਨ ਦਾ ਕਿਸਾਨਾਂ ਦੇ ਵਿੱਚ ਕੋਈ ਵਿਘਨ ਪੈ ਗਿਆ, ਇਸ ਵੇਲੇ ਜਿਹੜੀ ਸਰਕਾਰ ਹੈਗੀ ਆ ਉਹ ਹਿੱਲ ਚੁੱਕੀ ਆ, ਸਾਡੀ ਮੋਦੀ ਸਰਕਾਰ ਹਿੱਲ ਚੁੱਕੀ ਆ ਇਸ ਵੇਲੇ, ਅਫੈਂਸ ਚ ਆ ਗਈ। ਅਫੈਂਸ ਦਾ ਮਤਲਬ ਹੁੰਦਾ ਵੀ ਅਸੀਂ ਹੁਣ ਇਹ ਹੋ ਸਕਦਾ ਸਾਡੀ ਸਰਕਾਰ ਹੀ ਬਦਲ ਜਾਏਗਾ ਆਉਣ ਵਾਲੇ ਚੋਣਾਂ ਦੇ ਵਿੱਚ। ਐਸਾ ਮਸਲਾ ਇਹ ਜੇ ਕਿਸਾਨ ਜੀ ਨੇ ਮਜ਼ਬੂਤ ਹੁੰਦੀ ਜਾ ਰਹੀ ਹੈਗੀ ਆ, ਲੋਕਾਂ ਨਾਲ ਜੁੜਦੇ ਜਾ ਰਹੇ ਹੈਗੇ ਆ, ਇਹਦਾ ਸਮਰਥਨ ਵੱਧਦਾ ਜਾ ਰਿਹਾ ਹੈਗਾ ਦੇਸ਼ਾਂ ਵਿਦੇਸ਼ਾਂ ਚ, ਭਾਰਤ ਦੇ ਵਿੱਚ, ਹੋਰ ਸਟੇਟਾਂ ਦੇ ਵਿੱਚ, ਤੇ ਇਹਦਾ ਹੁਣ ਅਫੈਂਸ ਕੀ ਆ, ਉਹ ਅਫੈਂਸ ਦੇ ਵਿੱਚ ਸਰਕਾਰ ਆ ਗਈ। ਡਿਫੈਂਸ ਚ ਕਿਸਾਨਾਂ ਦਾ ਪਲੜਾ ਇਸ ਵੇਲੇ ਭਾਰੀ ਆ ਆਪਣੇ ਗਿੱਲ ਸਾਹਿਬ, ਤੇ ਸਰਕਾਰ ਹੈਗੀ ਥੱਲੇ ਤੇ ਕਿਸਾਨ ਹੈਗੇ ਉੱਤੇ। ਹੁਣ ਜਿਉਂ ਜਿਉਂ ਕਮਲੀ ਭਾਰੀ ਹੋ ਤਿਉਂ ਤਿਉਂ ਮਤਲਬ ਇਹੋ ਚੀਜ਼ ਬਣ ਗਈ ਹੈਗੀ। ਅੱਛਾ, ਮੈਂ ਤੁਹਾਨੂੰ ਟੋਕਦਾ, ਮਾਫ਼ੀ ਦੇਣਾ, ਤੁਸੀਂ ਬਹੁਤ ਚਿਰ ਦੇ ਇਸ ਪਾਰਟੀ ਨਾਲ ਜੁੜੇ ਹੋਏ ਹੋ। ਜੇ ਤੁਹਾਡੀ ਇਸ ਸਮੇਂ ਵਾਜਪਾਈ ਹੋਣੀ ਹੁੰਦੇ ਤਾਂ ਨਿਬੇੜ ਦਿੰਦੇ ਹੁਣ ਨੂੰ? ਖਾਦਾ ਹੀ ਖਾਦਾ ਜੀ, ਉਹਨੇ ਤਾਂ ਵਾਜਪੇਈ ਤਾਂ ਕਿਹਾ ਸੀ ਮੋਦੀ ਨੂੰ ਆਉਣ ਹੀ ਨਾ ਦਿਓ। ਉਹਨੇ ਤਾਂ ਇਹਨੂੰ ਜਿਸ ਵੇਲੇ ਇਹ ਅਡਵਾਣੀ ਅਡਵਾਣੀ ਨੇ ਬਚਾਤਾ ਇਹਨੂੰ, ਉਹ ਤਾਂ ਕਹਿੰਦੇ ਇਹਨੇ ਮਰਿਆਦਾ ਭੰਗ ਕੀਤੀ, ਗੁਜਰਾਤ ਦੇ ਵਿੱਚ ਬੰਦੇ ਮਰਵਾਏ ਆ, ਅਮਿਤ ਸ਼ਾਹ ਦੋਹਾਂ ਨੇ ਥੋੜਾ ਇਹਨਾਂ ਨੇ ਜ਼ੁਲਮ ਕੀਤਾ ਪੰਜਾਬ ਵਾਂਗੂ, ਤੇ ਵਾਜਪੇਈ ਨੇ ਤਾਂ ਇਹਨੂੰ ਸਜ਼ਾ ਦੇ ਦਿੱਤੀ ਸੀ ਵੀ ਇਹਨੂੰ ਮਰਿਆਦਾ ਭੰਗ ਕੀਤੀ ਹੈ, ਇਹਨੂੰ ਤੁਸੀਂ ਬਾਹਰ ਕਰੋ ਪਾਰਟੀ ਚੋਂ। ਅੱਛਾ ਜੀ, ਪਰ ਅਡਵਾਣੀ ਅੜ ਗਿਆ ਕਹਿਣ ਲੱਗਾ ਨਹੀਂ ਰਹਿਣ ਦਿਓ ਤੁਸੀਂ, ਮਿੰਤ ਮੁੰਤ ਕਰ ਲਈ ਤੇ ਇਹ ਇਹਨੂੰ ਬਚਾ ਲਿਆ ਗਿਆ। ਫਿਰ ਜਦੋਂ ਇਹਨੇ ਇਹ ਜਦੋਂ ਖੜਾ ਵੀ ਹੋਇਆ ਉਦੋਂ ਵੀ ਅਡਵਾਣੀ ਅੜ ਗਿਆ ਸੀ, ਮੇਰਾ ਨੰਬਰ ਆ, ਮੈਂ ਪ੍ਰਧਾਨ ਮੰਤਰੀ ਬਣ ਜਾਵਾਂਗਾ। ਤੇ ਉਸ ਵੇਲੇ ਫਿਰ ਜਿਹੜੀ ਆਰ ਐਸ ਐਸ ਸੀਗੀ ਉਹ ਇਹਦੇ ਨਾਲ ਖੜ ਗਈ। ਆਰ ਐਸ ਐਸ ਜਿਹੜੀ ਸੀ, ਤੈਨੂੰ ਪਤਾ ਵੀ 7-8 ਕਰੋੜ ਉਹਦਾ ਵਰਕਰ ਹੈਗਾ, ਉਹ ਇਹਦੇ ਨਾਲ ਖੜ ਗਈ, ਕਹਿਣ ਲੱਗੀ ਨਹੀਂ ਅਡਵਾਣੀ ਦੀ ਮਿੰਨਤਾਂ ਕਰਕੇ ਤੇ ਇਹ ਬੰਦਾ ਜਿਹੜਾ ਗਲਤ ਲੈ ਆਉਂਦਾ, ਹੁਣ ਇਸ ਬੰਦੇ ਨੇ ਜਿਹੜਾ ਗਲਤ ਕੋਈ ਵੀ ਲੀਡਰ ਆ ਸਕਦਾ ਤਾਂ ਉਹ ਤਾਂ ਦੇਸ਼ ਦਾ ਉਹਦੇ ਕੋਈ ਵੀ ਜਿੱਦਾਂ ਰੰਗ ਜੇ ਸੀ ਜਾਂ ਕੋਈ ਵੀ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਇੱਥੇ ਵੀ ਜਾਂ ਉੱਥੇ ਵੀ ਗਲਤ ਬੰਦਾ ਚੁਣਿਆ ਜਾਂਦਾ ਤੇ ਫਿਰ ਉਹਦਾ ਨਤੀਜਾ ਤਾਂ ਫਿਰ। ਪਰ ਲੋਕ ਬਹੁਤ ਪਸੰਦ ਕਰਦੇ ਆ ਜੀ ਉਹਦੇ ਹਿੰਦੂਤਵਾ ਦੇ ਸਲੋਗਨ ਨੂੰ ਪਸੰਦ ਕਰਦੇ ਆ। ਹੁਣ ਦੇਖੋ ਐਸੀ ਗੱਲ ਨੀ, ਹਿੰਦੂਤਵਾ ਜਗਾਇਆ ਉਹਨੇ ਮਤਲਬ ਜਿੱਦਾਂ ਕੰਟਰੋਲ ਕਰ ਲਿਆ, ਹੁਣ ਇਹਦੇ ਵੀ ਹੱਥ ਪਾਸ ਹੈ ਨੀ ਇਹ ਚੀਜ਼। ਨਤਨ ਮੈਂ ਅਸਲ ਗੱਲ ਦੱਸਦਾ, ਤੁਸੀਂ ਦੱਸੋ ਜੀ ਮੇਰੀ, ਮੈਂ ਇਸ ਪਾਰਟੀ ਦੇ ਨਾਲ ਕੰਮ ਕੀਤਾ ਜੀ, ਇਹਦੀ ਡੋਰੀ ਉਹਦੇ ਕੋਲੇ, ਭਾਗਵਤ ਕੋਲੇ, ਉੱਥੋਂ ਫੈਸਲਾ ਹੋਣਾ। ਜੇ ਅੱਜ ਮੋਦੀ ਥੋੜਾ ਜਿਹਾ ਗਲਤ ਹੋ ਜਾਏ ਨਾ, ਅੱਜ ਲਾਹ ਕੇ ਪਰੇ ਮਾਰੂ ਇਹਨੂੰ ਆਰ ਐਸ। ਅੱਛਾ, ਇੰਨਾ ਜ਼ੋਰ ਆ ਜੀ ਆਰ ਐਸ ਐਸ ਚ? ਇਹਦੇ ਤੇ ਉੱਤੇ ਆਵਾਰ ਸਾਰੀ ਜ਼ਿੰਮੇਵਾਰੀ ਦੇਣੀ ਪੈਂਦੀ ਹਰੇਕ ਐਮ ਪੀ ਨੂੰ, ਮੁੱਖ ਮੰਤਰੀ ਨੂੰ ਸਾਰੀ ਗੱਲ ਦੱਸਣੀ ਪੈਂਦੀ ਭਾਗਵਤ ਨੂੰ ਵੀ ਅਸੀਂ ਇੱਥੇ ਖੜੇ ਹੈਗੇ ਆ। ਅੱਜ ਮੋਦੀ ਕੋਈ ਗਲਤ ਫੈਸਲਾ ਲੈ ਲੇ, ਅੱਜ ਇਹਨੂੰ ਉਲਟਾ ਕੇ ਬਾਂਧਗੇ ਆਪਣੇ ਆਰ ਐਸ ਐਸ ਵਾਲੇ, ਲਾਹ ਦੇਣਗੇ ਇਹਨੂੰ ਗੱਦੀ ਤੋਂ। ਸਾਰੀ ਕੁੰਜੀ ਉਹਨਾਂ ਦੇ ਕੋਲੇ ਇਸ ਵੇਲੇ ਨਾਗਪੁਰ ਦੇ ਕੋਲੇ ਹੈਗੀ ਆ, ਤੇ ਬਾਕੀ ਹੈਗਾ ਬਈ ਠੀਕ ਆ। ਹੁਣ ਇਹ ਮਤਲਬ ਹੋ ਸਕਦਾ ਵੀ ਬਹੁਤ ਵਧੀਆ ਹੋਇਆ, ਮਤਲਬ ਤੁਸੀਂ ਇਹ ਨਾ ਘਬਰਾਓ, ਜੋ ਹੋ ਰਿਹਾ ਕੁਦਰਤ ਦੇ ਅਨੁਸਾਰ ਕਿਸਾਨ ਜਾਗਰਤ ਹੋ ਚੁੱਕਿਆ ਭਾਰਤ ਦਾ ਸਾਰਾ ਕਿਸਾਨ, ਇਹ ਚ ਸਾਨੂੰ ਫਾਇਦਾ ਹੋਊਗਾ, ਆਉਣ ਵਾਲੀਆਂ ਪੀੜੀਆਂ ਸੁਧਰਨਗੀਆਂ, ਨੌਜਵਾਨ ਮੂਹਰੇ ਆ ਗਏ ਹੈਗੇ ਆ, ਜਨ ਅੰਦੋਲਨ ਬਣ ਗਿਆ, ਇਹ ਬਣਦਾ ਜਾ ਰਿਹਾ ਹੈਗਾ, ਜਿਉਂ ਜਿਉਂ ਲੰਬਾ ਹੋਊਗਾ ਤਿਉਂ ਤਿਉਂ ਮਜ਼ਬੂਤ ਹੋਊਗਾ, ਤੇ ਇਹਨੂੰ ਫਿਰ ਗਾਹ ਆਉਣ ਵਾਲੇ ਜਿਹੜੀਆਂ ਇਲੈਕਸ਼ਨ ਹੋਊਗਾ, ਹੋ ਸਕਦਾ ਕੋਈ ਪਾਰਟੀ ਇਹਨੂੰ ਬਦਲ ਦਿੱਤਾ ਜਾਊ ਜਾਂ ਲਾ ਦਿੱਤਾ ਜਾਊਗਾ, ਇਹ ਫਿਕਰ ਪਿਆ ਖੜਾ ਇਸ ਵੇਲੇ। ਧੰਨਵਾਦ ਜੀ, ਧੰਨਵਾਦ ਬਹੁਤ। ਸਰ ਕਸ਼ਮੀਰ ਸਿੰਘ ਜੀ, ਪਰ ਮੈਂ ਇਹ ਕਹਿਣਾ ਵੀ ਤੁਹਾਡਾ ਬੜਾ ਧੰਨਵਾਦ ਜਿਹੜਾ ਤੁਸੀਂ ਇਹ ਪ੍ਰੋਗਰਾਮ ਤੇ ਗੱਲ ਕਰਦੇ ਆ, ਖੜ ਕੇ ਐਨ ਸਲਾਹ ਨਾਲ ਗੱਲ ਕਰਦੇ ਆ, ਗੱਲ ਸੁਣਦੇ ਵੀ ਅਗਲੇ ਦੀ। ਪਰ ਜਿਹੜੇ ਲੋਕ ਜਦੋਂ ਵੀ ਕੋਈ ਆਉਂਦੇ ਆ ਤੁਹਾਡੇ ਰੇਡੀਓ ਦੀ, ਮੈਂ ਹੁਣ ਗੱਲ ਕਰਦਾ ਵਿੱਚ ਰੇਡੀਓ ਹੋਰ ਵੀ ਆ, ਉਹ ਵੀ ਜੇ ਗੁਜਰਾਤ ਦੀ ਗੱਲ ਕਰਦੇ ਨਾ, ਵੀ ਗੁਜਰਾਤ ਦੇ ਵਿੱਚ ਕੁਦਰਤੀ ਮੈਨੂੰ ਇਹ ਦਿਖਾਉਂਦੇ ਨੀ ਸੀਗੇ ਕਈ ਕੁਛ ਗੱਲਾਂ, ਹੁਣ ਉਹ ਆਪਣਾ ਮੀਡੀਆ ਜਿਹੜਾ ਪੰਜਾਬੀ ਮੀਡੀਆ ਉੱਥੇ ਚਲ ਗਿਆ ਜੀ, ਪੰਜਾਬੀ ਮੀਡੀਆ ਜਾ ਕੇ ਪਿੰਡਾਂ ਚ ਘੁੰਮਣ ਲੱਗ ਪਿਆ, ਪਿੰਡਾਂ ਦੀ ਹੁਣ ਦਿਖਾਉਂਦੇ ਆ ਵੀ ਸਾਡੇ ਲੋਕਾਂ ਨੇ ਜਿਹੜਾ ਪੰਜਾਬ ਦੇ ਵਿੱਚ, ਅਸੀਂ ਤਾਂ ਬਹੁਤ ਸਾਡੇ ਬਹੁਤ ਵਧੀਆ ਹਾਲਾਤ ਵਾ, ਉੱਥੇ ਗਰਮੀ ਦੇ ਵਿੱਚ ਚਾਦਰਾਂ ਵਿੱਚ ਲੋਕ ਲੰਮੇ ਪਏ ਹੋਏ, ਚਾਦਰਾਂ ਪਾ ਕੇ ਲੋਹੇ ਦੀਆਂ ਜੀ, ਤਾਂ ਤੁਸੀਂ ਦੇਖ ਲਓ ਅਸੀਂ ਪਸ਼ੂਆਂ ਦੀ, ਜਿੱਥੇ ਪਸ਼ੂ ਬੰਨਦੇ ਨਾ ਪੰਜਾਬ ਦੇ ਵਿੱਚ, ਅਸੀਂ ਚਾਦਰਾਂ ਨੀ ਪਾਉਂਦੇ, ਕਹਿਣਾ ਵੀ ਪਸ਼ੂ ਨੂੰ ਗਰਮੀ ਲੱਗੂਗੀ, ਚਾਦਰਾਂ ਗਰਮ ਹੋ ਜਾਂਦੀਆਂ, ਬਿਲਕੁਲ ਠੀਕ। ਸਾਡੀ ਇੰਨੀ ਆ, ਮੈਂ ਆਪਣੇ ਹੁਣ ਪਾ ਕੇ ਹਟਿਆ ਸ਼ਾਇਦ, ਮੈਂ ਚਾਦਰਾਂ ਨੀ ਪਾਉਣ ਦਿੱਤੀਆਂ, ਮੈਂ ਸੀਵਰ ਦੀਆਂ ਚਾਦਰਾਂ ਪਾਈਆਂ, ਕਿਉਂਕਿ ਵੀ ਜਿਹੜਾ ਪਸ਼ੂ ਨੂੰ ਗਰਮੀ ਤੂੰ ਵੀ ਨਾ ਲੱਗੇ, ਨਾ ਗਰਮੀ ਨਾ ਠੰਡ,
ਠੀਕ ਹੈ ਜੀ, ਧੰਨਵਾਦ। ਭਲਿੰਦਰਪਾਲ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਿਆਸੀ ਗੱਲ ਤਾਂ ਅੱਜ ਕਾਹਨੂੰ ਕਰਨੀ ਆ, ਫਰਾਈਡੇ ਆ ਤੇ ਮੈਂ ਤਾਂ ਸ਼ੁਗਰ ਸਵੇਰੇ ਸਵੇਰੇ ਪਤਾ ਨੀ ਤੁਸੀਂ ਕਿਹੜਾ ਇਹੋ ਜਿਹਾ ਜੋਸ਼ ਭਰਤਾ, ਮੇਰਾ ਤਾਂ ਜੀ ਕਰੇ ਵੀ ਮੈਨੂੰ ਐਂ ਲੱਗਿਆ ਵੀ ਮੈਂ ਕਿਸੇ ਨੂੰ ਧੱਕਾ ਮਾਰਾਂ ਸਵੇਰੇ ਸਵੇਰੇ। ਮੈਨੂੰ ਤਾਂ ਇੰਨਾ ਵਧੀਆ ਲੱਗਿਆ ਪ੍ਰੋਗਰਾਮ ਤੇ ਚਾਹ ਚੜ ਗਿਆ, ਮੈਨੂੰ ਤਾਂ ਜੋਸ਼ ਭਰ ਗਿਆ, ਮੇਰਾ ਗੱਡੀ ਚ ਸਾਰਾ ਜ਼ੋਰ ਫਿਰ ਗੇਅਰ ਤੇ ਨਿਕਲਦਾ ਵਾ ਜਦੋਂ ਬੰਦਾ ਗੱਡੀ ਚ ਬੈਠਾ ਹੋਵੇ ਨਾ। ਤੇ ਬਹੁਤ ਧੰਨਵਾਦ ਜੀ, ਬਹੁਤ ਸੋਹਣੀ ਸਟਾਰਟਿੰਗ ਸੀ ਅੱਜ ਜੀ। ਤੇ ਬਾਕੀ ਇਹ ਆ ਵੀ ਅੱਗੇ ਤੁਸੀਂ ਕਮਰੇ ਚ ਬੈਠ ਕੇ ਚਲਾਉਂਦੇ ਸੀ, ਹੁਣ ਤਾਂ ਤੁਹਾਡੇ ਸਾਰੇ ਦਾ ਵੀ ਪਤਾ ਲੱਗਦਾ, ਕੰਨ ਚ ਵੀ ਸਾਹ ਲੈ ਲਿਆ, ਹੁਣ ਗਿੱਲ ਸਾਹਿਬ ਸਾਹ ਲੈ ਰਹੇ ਨੇ, ਇੰਨਾ ਕਲੀਅਰ ਆਉਂਦੀ ਆਵਾਜ਼ ਆਪਣੇ ਵੈਬਸਾਈਟ ਤੇ। ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਤਾਂ ਵੈਬਸਾਈਟ ਤੇ ਸੁਣੋ ਬਹੁਤ। ਮੈਂ ਕਹਿੰਦਾ ਮੈਨੂੰ ਤਾਂ ਲੱਗਦਾ ਤੁਸੀਂ ਕਦੇ ਕਦੇ ਵਿੱਚ ਖਾਂਦੇ ਖੂੰਦੇ ਵੀ, ਜਦੋਂ ਲਾਈਵ ਵਾਲਾ ਛੱਡ ਜਾਂਦਾ ਸਿਓ ਸਿਓ ਤੁਸੀਂ ਜਾਂਦੇ ਆ ਮੈਨੂੰ, ਚਲੋ ਵੀ ਠੀਕ ਆ। ਪਰ ਹਾਂਜੀ ਧੰਨਵਾਦ ਜੀ, ਬਹੁਤ 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 ਸੋਹਣਾ ਆਵਾਜ਼ ਪ੍ਰੋਗਰਾਮ। ਕਦੇ ਕਦੇ ਦੰਦੀ ਵੱਢ ਲਈਦੀ ਹੈ, ਬੰਦਾ ਠੀਕ ਰਹਿੰਦਾ। ਫਰੂਟ ਕੋਲ ਚਾਹੀਦੇ ਨੇ, ਜੇ ਨਾ ਖਾਧੇ ਜਾਣ ਸਟੂਡੀਓ 'ਚ ਫਿਰ ਨਹੀਂ ਖਾ ਹੁੰਦੇ, ਚੱਲ ਸੋ ਚੱਲ ਰਹਿੰਦਾ ਬੰਦਾ। ਅੱਛਾ, ਮੈਂ ਹੁਣ ਇੱਕ ਮਾੜੀ ਜਿਹੀ ਖਬਰ ਸ਼ੁਰੂ ਕਰਕੇ ਤੁਹਾਨੂੰ ਦੱਸ ਕੇ ਅਤੇ ਫਿਰ ਆਪਾਂ ਗੱਲ ਮਾਨਸਿਕ ਆਪਣੇ ਗੱਲਬਾਤ ਕਰਨੀ ਹੈ ਕਿ ਜਦ ਕੱਲ੍ਹ ਪਾਉਣਾ ਆ ਕੋਵਿਡ ਕਰਕੇ ਇਹਨੇ ਕੀ ਕੀਤਾ। ਵਾਸ਼ਿੰਗਟਨ DC 'ਚ ਕੀ ਹੋ ਰਿਹਾ, ਕੈਪੀਟਲ 'ਚ ਕੀ ਹੋ ਰਿਹਾ, ਦੁਨੀਆ ਦੀ ਸਭ ਤੋਂ ਤਾਕਤਵਰ ਰਿਹਾਇਸ਼ ਅਤੇ ਸਭ ਤੋਂ ਤਾਕਤਵਰ ਦਫ਼ਤਰਾਂ ਦੇ ਵਿੱਚ ਜਿਹੜਾ ਕੁਛ ਹੋਇਆ, ਹੁਣ ਇਹ ਸੁਣ ਲਿਓ ਬਈ, ਜਿਹੜਾ ਨਾ ਕੱਲ੍ਹ ਸਰਪੰਚ ਆ ਕੇ ਸਾਊ ਬਣ ਕੇ ਬੋਲਿਆ, ਉਹ ਪੜ੍ਹਿਆ ਲਿਖਿਆ ਹੋਇਆ ਪੜ੍ਹ ਰਿਹਾ ਸੀ। ਇੱਕ ਸ਼ਬਦ ਆ ਟੈਲੀਪ੍ਰੋਂਪਟਰ। ਟੈਲੀਪ੍ਰੋਂਪਟਰ ਕੀ ਹੈ, ਜਦ ਬੰਦੇ ਲੀਡਰ ਬੋਲਦੇ ਨੇ, ਦੋ ਮੂਹਰੇ ਸ਼ੀਸ਼ੇ ਜੇ ਪਏ ਹੁੰਦੇ ਨੇ ਸਟੈਂਡ 'ਤੇ ਲਾਏ, ਉਹਨੂੰ ਟੈਲੀਪ੍ਰੋਂਪਟਰ ਕਹਿੰਦੇ ਨੇ। ਉਹਦੇ ਵਿੱਚ ਲਾਈਨਾਂ ਚੱਲਦੀਆਂ ਨੇ, ਫਿਰ ਜਿਵੇਂ ਜਿਵੇਂ ਉਹ ਬੋਲਦੇ ਨੇ, 80-70% ਲੀਡਰ ਅਤੇ 70% ਜਿਹੜੇ ਖਬਰਾਂ ਦੇਣ ਵਾਲੇ ਨੇ TV ਵਾਲੇ, ਉਹਨਾਂ ਦੇ ਸਾਹਮਣੇ ਟੈਲੀਪ੍ਰੋਂਪਟਰ ਚੱਲਦਾ, ਟੈਲੀਪ੍ਰੋਂਪਟਰ ਤੋਂ ਪੜ੍ਹ ਪੜ੍ਹ ਕੇ ਦੱਸ ਰਹੇ ਨੇ, ਤਾਂ ਹੀ ਉਹ ਅੱਖ ਨਹੀਂ ਝਮਕਦੇ ਹੁੰਦੇ ਸਾਰੇ ਮੋਸਟਲੀ, ਕਿਉਂਕਿ ਬਈ ਖਬਰ ਦਿੰਦੇ ਦਿੰਦੇ ਕੋਈ ਲਾਈਨ ਬਾਹਰ ਨਾ ਹੋ ਜਾਵੇ। ਪ੍ਰੋਡਿਊਸਰ ਨੇ ਇੱਕ ਇੱਕ ਸ਼ੋਅ ਦੇ ਪੰਜ ਪੰਜ ਟੈਲੀਪ੍ਰੋਂਪਟਰ ਦੇ ਨਾਲ ਹੀ ਲਿਖ ਲਿਖ ਕੇ ਆ ਰਿਹਾ ਅਤੇ ਉਹ ਪੜ੍ਹ ਰਹੇ ਨੇ। ਨਾ ਉਹ ਭਾਸ਼ਾ ਸੀ ਡੋਨਲਡ ਟਰੰਪ ਦੀ, ਨਾ ਹੀ ਅੱਜ ਤੱਕ ਟੈਲੀਪ੍ਰੋਂਪਟਰ ਤੋਂ ਉਹ ਪੜ੍ਹ ਕੇ ਬੋਲਿਆ, ਉਹ ਮਰਜ਼ੀ ਨਾਲੇ ਬੋਲਦਾ। ਅਤੇ ਟੈਲੀਪ੍ਰੋਂਪਟਰ ਤੋਂ ਬਿਨਾਂ ਬਰਾਕ ਓਬਾਮਾ ਵੀ ਬੋਲਿਆ, ਬਰਾਕ ਓਬਾਮਾ ਦੀ ਸਪੀਚ। ਜੇ ਬਰਾਕ ਓਬਾਮਾ ਤੋਂ ਜ਼ਿੰਦਗੀ 'ਚ ਕਿਸੇ ਨੇ ਬੋਲਣਾ ਸਿੱਖਣਾ ਹੈ, ਬਰਾਕ ਓਬਾਮਾ ਨੂੰ ਸੁਣਿਓ, ਜਦੋਂ ਸਾਹ ਲੈਂਦਾ, ਪੌਜ਼ ਲੈਂਦਾ, ਪੌਜ਼ ਕਰਦਾ 4-5 ਸੈਕਿੰਡ ਦਾ, ਉਸ ਸਮੇਂ ਉਹ ਸੋਚਦਾ, ਗਰਦਨ ਘੁਮਾਉਂਦਾ, ਅੱਖਾਂ ਫਰਕਦੀਆਂ ਨੇ, ਚਿਹਰੇ 'ਤੇ ਬਹੁਤ ਘੱਟ ਇਮੋਸ਼ਨਸ ਨੇ, ਅਤੇ ਉਹਦਾ ਕਹਿਣਾ ਜਿਹੜਾ ਲੋਕਾਂ ਦੇ ਕਾਲ ਜੇ ਧੂ ਪਾਉਂਦਾ। ਟੈਲੀਪ੍ਰੋਂਪਟਰ ਤੋਂ ਪੜ੍ਹ ਕੇ ਬੋਲ ਤਾਂ ਸਕਦੇ ਨੇ, ਪਰ ਉਹ ਗੱਲ ਨਹੀਂ ਬਣਦੀ। ਸਰਪੰਚ ਦਾ ਟੈਲੀਪ੍ਰੋਂਪਟਰ ਤੋਂ ਬੋਲਣਾ ਹਾਰ ਮੰਨਣੀ ਬਹੁਤ ਵੱਡੀ ਗੱਲ ਸੀ। ਉਹ ਕਿਹਨੇ ਕਰਾਇਆ, ਉਹਨਾਂ ਰਿਪਬਲਿਕਨ ਨੇ ਕਰਾਇਆ ਵੀ ਤੂੰ ਸਾਡਾ ਸੱਤਿਆਨਾਸ ਨਾ ਕਰ, ਤੂੰ ਸਿੱਧਾ ਹੋ ਜਾ, ਤੂੰ ਮੰਨ ਲੈ, ਮੰਨਣਾ ਪੈਣਾ। ਲਿੰਜੇ ਗ੍ਰਹਿਮ ਵਰਗੇ ਜਿਹੜੇ ਸਭ ਤੋਂ ਬਹੁਤ ਨੇੜੇ ਦੇ ਬੰਦੇ ਸੀ, ਉਹਨਾਂ ਨੇ ਵੀ ਆਖਰੀ ਕਹਿ ਦਿੱਤਾ ਬਈ ਕਾਉਂਟ ਮੀ ਆਊਟ ਆਫ ਇਟ, ਮੈਨੂੰ ਬਾਹਰ ਆ ਮੈਂ ਤੇਤੋਂ। ਹੁਣ ਬੰਦੇ ਪਰਾਂ ਹੋ ਗਏ, ਹਾਰਡ ਕੋਰ ਰਿਪਬਲਿਕਨ ਨੇ, ਜਿਹੜੇ ਮਿਟ ਰੋਮਨੀ ਜਿਹੜਾ ਅਗੇਂਸਟ ਆ, ਟੈਡ ਕਰੂਜ਼ ਅਗੇਂਸਟ ਆ, ਸਾਰੇ ਵੱਡੇ ਬੰਦੇ ਜਿਹੜੇ ਨੇ ਉਹ ਜਿਹੜੇ ਅਗੇਂਸਟ ਹੋ ਗਏ। ਹੁਣ ਉਹਦੇ ਵਿੱਚ ਹੋਣਾ ਕੀ ਹੈ, ਦੇਖੋ ਕੁਛ ਨਹੀਂ ਹੋਣਾ, ਇੰਪੀਚ ਨਹੀਂ ਹੋਣੀ, ਪੈਂਸ ਨੇ ਅਮੈਂਡਮੈਂਟ ਜਿਹੜੀ 25 ਧਾਰਾ ਦੀ ਜ਼ਰੂਰਤ ਨਹੀਂ, ਉਹਨੇ ਵਰਤਣਾ ਨਹੀਂ, ਉਹਨੇ ਕਰਨਾ ਨਹੀਂ, ਉਹ ਤਾਂ ਜਿਵੇਂ ਜਿਵੇਂ ਟਰੰਪ ਕਹਿੰਦਾ ਤਿਉਂ ਤਿਉਂ ਉਹ ਪੈਂਸ ਕਰਦਾ ਰਿਹਾ। ਪੈਂਸ ਲਾਈਨ 'ਚ ਮੈਂ ਦੁਬਾਰਾ ਪ੍ਰੈਜੀਡੈਂਟ ਬਣ ਜਾਊ, ਪੈਂਸ ਦੇ ਕੋਲ ਉਹ ਮਾਦਾ ਨਹੀਂ, ਪੈਂਸ ਕੋਲ ਉਹ ਕੈਪੇਬਿਲਿਟੀ ਨਹੀਂ ਹੈ। ਟੈਡ ਕਰੂਜ਼ ਅੱਗੇ ਆ ਸਕਦਾ,
ਪੌਲ ਰਾਇਨ ਬਹੁਤ ਵਧੀਆ ਨਾਂ ਸੀ ਉਹ ਕਰੀਕ ਦੀ ਜਿੱਥੇ ਘਟਨਾ ਹੋਈ ਸੀ ਆਪਣੀ ਸਿੱਖਾਂ ਦੇ ਗੁਰਦੁਆਰੇ 'ਤੇ ਹਮਲਾ ਹੋਇਆ ਸੀ ਤਾਂ ਉੱਥੇ ਦਾ ਉਹ ਹਾਊਸ ਆਫ ਰੀਪ੍ਰਜੈਂਟੇਟਿਵ ਐਮ ਪੀ ਹੈ ਉਹ ਸਟੇਟਸਮੈਨ ਨਹੀਂ ਹੈ ਪੜ੍ਹ ਕੇ ਬੋਲਣ ਵਾਲਾ ਹੁਣ ਇਹਦੇ 'ਚ ਲਿੰਡਸੇ ਗ੍ਰਹਿਮ ਹੋ ਗਿਆ ਜਾਂ ਹੋਰ ਪ੍ਰੈਮ ਹੁਣ ਟਰੰਪ ਦਾ ਵਾਪਸ ਆਉਣਾ ਸੰਭਵ ਨਹੀਂ ਹੈ ਆਇਆ ਤਾਂ ਖੈਰ ਪਹਿਲਾਂ ਵੀ ਜ਼ੋਰ ਨਾਲ ਸੀ ਉਹ ਉਹਨੂੰ ਆਉਣ ਨਹੀਂ ਸੀ ਰਿਪਬਲਿਕਨ ਦਿੰਦੇ ਪੈਸਾ ਧੇਲਾ ਅਤੇ ਜ਼ੋਰ ਜਿਹੜਾ ਕੁਛ ਉਹਨੇ ਕੀਤਾ ਇੱਕ ਪੰਜਾਬੀ ਦਾ ਜਿਹੜਾ ਸ਼ਬਦ ਆ ਨਾ ਥੁੱਕ ਕੇ ਚੱਟਿਆ ਉਹਨੂੰ ਬਹੁਤ ਮਾੜਾ ਮੰਨਦੇ ਆ ਇੱਕ ਬੰਨੇ ਤੂੰ ਕਹਿ ਰਿਹਾ ਆਈਲ ਵਾਕ ਵਿਦ ਯੂ ਗਾਈਜ਼ ਟੂ ਕੈਪੀਟਲ ਅਤੇ ਉੱਥੋਂ ਹੁਣ ਤੂੰ ਕਹਿ ਰਿਹਾ ਇਹ ਕ੍ਰਿਮੀਨਲ ਨੇ ਇਹਨਾਂ ਨੇ ਆਹ ਕਰਤਾ ਕਿਵੇਂ ਐਕਸੈਪਟ ਕਰਨਗੇ ਉਹਦੇ ਕਹੇ 'ਤੇ ਜਿਨ੍ਹਾਂ ਨੇ ਸਾੜ ਫੂਕ ਕੀਤੀ ਜਿਨ੍ਹਾਂ 'ਤੇ ਚਾਰਜਿਸ ਲੱਗਣੇ ਨੇ ਉਹ ਕਿਵੇਂ ਐਕਸੈਪਟ ਕਰਨਗੇ ਇਹੋ ਜਿਹੇ ਲੀਡਰ ਨੂੰ ਜਿਹੜਾ ਕਹਿੰਦਾ ਕੁਛ ਹੈ ਕਰਦਾ ਕੁਛ ਹੈ ਇੰਪੀਚਮੈਂਟ ਨਹੀਂ ਹੋ ਸਕਦੀ ਸਵਾ ਬਹੁਤ ਘੱਟ ਹੈ ਪੈਂਸ ਨੇ ਕਹਿਣਾ ਨਹੀਂ ਇਹ ਵੀ ਪੋਸੀਬਲ ਨਹੀਂ ਪਰ ਬੇਆਬਰੂ ਹੋ ਕੇ ਨਿਕਲੂ ਬਹੁਤ ਨਾਲ ਦੇ ਬੰਦੇ ਨੇ ਜਿਹੜੇ ਉਹ ਛੱਡ ਰਹੇ ਨੇ ਛੱਡ ਕੇ ਤੁਰ ਰਹੇ ਨੇ ਬਹੁਤ ਮੰਦਾ ਹਾਲ ਹੈ ਮਲਵੈਨੀ ਜਿਹੜਾ ਉਹਦਾ ਚੀਫ ਆਫ ਸਟਾਫ ਸੀ ਉਹ ਬਹੁਤ ਉਹਦੇ ਨਾਲ ਸੀ ਜੱਟ ਸੁਭਾਅ ਦਾ ਬੰਦਾ ਹੈ ਇਹ ਅਰਕਾਂਸਾ ਦੇ ਜਿਹੜੇ ਲੋਕ ਨੇ ਉਹ ਪੰਜਾਬ ਨਾਲ ਬੜੇ ਮਿਲਦੇ ਨੇ ਅਰਕਾਂਸਾ 'ਚ ਜਿਹੜੇ ਲੋਕ ਰਹੇ ਨੇ ਜਾਂ ਅਰਕਾਂਸਾ ਦੇ ਲੋਕਾਂ ਨੂੰ ਜਾਣਦੇ ਹੈ ਉਹ ਬਹੁਤ ਇਹ ਜਿਹੜਾ ਚੀਫ ਆਫ ਸਟਾਫ ਸੀ ਉਹ ਵੀ ਕਹਿੰਦਾ ਨਾ ਮੈਂ ਇਹ ਮਤਲਬ ਦੇਸ਼ ਦੇ ਵਿੱਚ ਅਮਰੀਕਾ 'ਚ ਦੇਸ਼ ਦਾ ਪਿਆਰ ਸਿਰ 'ਤੇ ਚੜ੍ਹ ਕੇ ਬੋਲਦਾ ਝੰਡੇ ਵੇਖਿਓ ਹਰ ਦੂਜੇ ਘਰ 'ਤੇ ਲੱਗੇ ਹੋਏ ਕੈਲੀਫੋਰਨੀਆ 'ਚ ਇੱਥੇ ਆਪਾਂ ਨੂੰ ਇਹ ਦੇਸ਼ ਨੇ ਕਿੰਨਾ ਕੁਛ ਦਿੱਤਾ ਹੈ ਕਿਸੇ ਦੇ ਝੰਡਾ ਘਰ 'ਤੇ ਕੈਨੇਡਾ ਦਾ ਖਾਸ ਤੌਰ 'ਤੇ ਅਸੀਂ ਤਾਂ ਲਾਈਏ ਜਿਨ੍ਹਾਂ ਨੂੰ ਬਹੁਤ ਕੁਛ ਇਸ ਦੇਸ਼ ਨੇ ਦਿੱਤਾ ਅਤੇ ਪੈਟਰੀਓਟਿਜ਼ਮ ਅਮੈਰੀਕਾ ਦੇ ਸਿਰ 'ਤੇ ਚੜ੍ਹ ਕੇ ਬੋਲਦਾ ਹੁਣ ਉਹ ਵਿਗੜ ਗਏ ਉਹ ਕਹਿੰਦੇ ਨਾ ਨਾ ਅਸੀਂ ਤੇਰੇ ਨਾਲ ਹੀ ਬਹੁਤ ਵੱਡੀ ਗੱਲ ਹੈ ਹੱਸ ਰਹੇ ਨੇ ਚੀਨ ਵਰਗੇ ਦੇਸ਼ ਰੂਸ ਵਰਗੇ ਦੇਸ਼ ਇਰਾਨ ਵਰਗੇ ਦੇਸ਼ ਉਹ ਕਹਿੰਦੇ ਤੁਸੀਂ ਆਪਣੇ ਤੱਕ ਤੁਹਾਡੇ ਐੱਮ ਪੀ ਐੱਮ ਐੱਲ ਏ ਐੱਮ ਪੀ ਸੈਨੇਟ ਜਿੱਥੇ ਬਹਿੰਦੀਆਂ ਉਹ ਤਾਂ ਤੁਸੀਂ ਸਾਂਭ ਨਹੀਂ ਸਕੇ ਤੁਸੀਂ ਕੀ ਕਰ ਲੈਣਾ ਸਾਨੂੰ ਅੰਡਰਗਰਾਊਂਡ ਇੱਕ ਬਹੁਤ ਵੱਡਾ ਮਿਸਲ ਸਟੇਸ਼ਨ ਜਿਹੜਾ ਇਰਾਨ ਨੇ ਬਣਾ ਲਿਆ ਕਹਿੰਦਾ ਤੁਸੀਂ B-52 ਬੰਬਰ ਸਾਡੇ ਤੋਂ ਲਗਾਇਆ ਆਹ ਦੇਖੋ ਜਿਹੜੀ ਉਹਨਾਂ ਦੇ ਰੈਵੋਲਿਊਸ਼ਨਰੀ ਗਾਰਡ ਨੇ ਅਤੇ ਜਿਸ ਦੇ ਜਨਰਲ ਨੂੰ ਇਹਨਾਂ ਨੇ ਮਾਰਿਆ ਸੀ ਤਾਂ ਉਹ ਬਣਾ ਲਿਆ ਉਹਨਾਂ ਨੇ ਕਹਿੰਦੇ ਆਹ ਦੇਖ ਬਣਾਈ ਬੈਠਿਆ ਸੀ ਐਨੀਵੇਜ਼ ਆਉਣ ਵਾਲੇ ਦਿਨ ਬੜੇ ਅਲੱਗ ਦਿਨ ਹੋਣੇ ਨੇ ਅਮਰੀਕਾ ਦੇ ਵਿੱਚ ਜਿਹਦੇ ਵਿੱਚ ਵੱਡੀ ਗੜਬੜ ਹੋ ਗਈ ਅਸਲ ਜੇ ਤੁਸੀਂ ਆਪਣੇ ਸਟਾਈਲ ਤੋਂ ਵੇਖੋ ਰਾਜਨੀਤੀ ਕਿਵੇਂ ਚੱਲੀ ਹੈ ਰਾਜਨੀਤੀ ਇਹ ਸੀ ਟਰੰਪ ਦਾ ਸੁਨੇਹਾ ਆਇਆ ਸੀ ਟਰੰਪ ਨੂੰ ਆਇਆ ਸੀ ਵੀ ਲੱਖ ਬੰਦਾ ਇਕੱਠਾ ਹੋਊਗਾ ਬੰਦੇ ਨਹੀਂ ਇਕੱਠੇ ਹੋਏ ਲੱਖ ਦਾ ਇਕੱਠਾ ਹੋਣਾ ਅਤੇ ਉਹਦੇ ਬਾਅਦ ਸਟੋਰਮ ਕਰਨਾ ਕੈਪੀਟਲ ਇਹ ਪ੍ਰੀ ਪਲੈਨਿੰਗ ਸੀ ਇਹ ਨਹੀਂ ਸੀ ਹੈ ਬਈ ਮੌਕੇ 'ਤੇ ਹੋਇਆ ਜਾ ਕੇ ਸੈਨੇਟਰਸ ਦੇ ਦਫ਼ਤਰਾਂ 'ਚ ਬਹਿਣਾ ਪਲੋਸੀ ਦੇ ਦਫ਼ਤਰਾਂ 'ਚ ਬਹਿਣਾ ਇੱਕ ਸਿੰਘਾਂ ਵਾਲਾ ਵੇਖਿਓ ਕਿਵੇਂ ਭੱਜਿਆ ਫਿਰਦਾ ਸੀ ਕੱਲ੍ਹ ਵੀ ਮੈਂ ਗੱਲ ਕਰਦਾ ਸੀ ਸੋ ਇਹ ਜਿਹੜਾ ਹੋਇਆ ਡਰਾਮਾ ਬਹੁਤ ਮਾੜਾ ਹੋਇਆ ਇਹਦੇ 'ਤੇ ਜਿੰਨੇ ਵੀ ਥਿੰਕ ਟੈਂਕ ਨੇ ਉਹ ਜ਼ੋਰ ਫੜ ਰਹੇ ਨੇ ਪਰ ਜੇ ਤੁਸੀਂ ਕਹੋ ਬਾਈਡਨ ਦਾ ਸਮਾਂ ਆਉਣ ਵਾਲਾ ਉਹ ਵੀ ਇੰਨਾ ਵਧੀਆ ਨਹੀਂ ਹੈ ਕਮੈਲਾ ਹੈਰਿਸ ਮੇ ਵੀ ਕੰਮ ਕਰਦੀ ਰਹੇ ਬਾਈਡਨ ਬਜ਼ੁਰਗ ਹੋਇਆ ਹੋਇਆ ਖਲਾਰਾ ਬਹੁਤ ਪਿਆ ਹੋਇਆ ਦੇਸ਼ ਵੰਡਿਆ ਪਿਆ ਸਿਆ ਰੰਗ ਦੇ ਚਿੱਟੇ ਲੋਕਾਂ ਦੇ ਵਿੱਚ ਬਹੁਤ ਵੱਡੀ ਰਿਫਟ ਹੈ ਜਿਹੜੀ ਉਹਨੂੰ ਸਹੀ ਕਰਨਾ ਕਿਸੇ ਪ੍ਰੈਜੀਡੈਂਟ ਲਈ ਬਹੁਤ ਔਖਾ ਜਾਂ ਫਿਰ ਇੱਕ ਪਾਸੜ ਹੋਵੇ ਜਿਵੇਂ ਮੋਦੀ ਨਾਲ ਦੇਸ਼ ਖੜ੍ਹਾ ਲਿਆ ਵੇ ਲਿਆ ਕਰਦੇ ਭਗਵਾਂ ਕਰਮ 'ਤੇ ਅਸੀਂ ਤੇਰੇ ਨਾਲ ਹਾਂ ਬਦਲਦੇ ਝੰਡੇ ਬਦਲਦੇ ਇੱਥੇ ਦੇ ਰਾਸ਼ਟਰੀ ਗੀਤ ਬਦਲਦੇ ਪਾਰਲੀਮੈਂਟ ਬਿਲਡਿੰਗ ਬਣਾ ਦੇ ਪਾਰਲੀਮੈਂਟ ਬਿਲਡਿੰਗ ਧਰਮ ਦੇ ਹਿਸਾਬ ਦੇ ਨਾਲ ਨੌ ਬਦਲਦੇ ਮੁਸਲਮਾਨ ਸ਼ਹਿਰਾਂ ਦੇ ਇਹ ਬਹੁਤ ਵੱਡੀ ਬਹਿਸ ਦਾ ਇੱਕ ਹਿੱਸਾ ਵੀ ਇਹ ਲੋਕ ਤਾਕਤ ਕਿਵੇਂ ਫੜਦੇ ਨੇ ਇੰਦਰਾ ਨੇ ਕਿਵੇਂ ਤਾਕਤ ਫੜੀ ਸੀ ਲੋਕਾਂ ਨੇ ਪਤਾ ਕਿੰਨੀਆਂ ਵੋਟਾਂ ਨਾਲ ਜਿਤਾਈ 84 ਤੋਂ ਬਾਅਦ ਪਹਿਲਾਂ 78 ਤੋਂ ਬਾਅਦ ਸੋ ਇਹੀ ਜਿਹੜਾ ਇਹ ਦੇਸ਼ ਨਬਜ਼ ਪਰ ਟਰੰਪ ਦਾ ਕੰਮ ਕਰਨਾ ਬਹੁਤ ਅਲੱਗ ਹੈ ਉਹਦਾ ਰਾਜਨੀਤਿਕ ਜਿਹੜਾ ਸਫ਼ਰ ਹੈ ਉਹਨੇ ਕਿਹਾ ਤਾਂ ਹੈ ਮੇਰਾ ਸ਼ੁਰੂ ਹੋਇਆ ਹੁਣ ਪਰ ਉਹ ਖਤਮ ਹੋ ਗਿਆ ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਆ ਕੇ ਤੁਹਾਡੇ ਨਾਲ ਗੱਲ ਮੈਂ ਕਰਦਾ ਇੱਕ ਜਿਹੜਾ ਕੋਵਿਡ ਦੇ ਵਿੱਚ ਜਦ ਆਲੇ ਦੁਆਲੇ ਦੀ ਦੁਨੀਆ ਤੋਂ ਤੁਸੀਂ ਟੁੱਟ ਗਏ ਉਹਨੇ ਤੁਹਾਡੇ 'ਤੇ ਫਰਕ ਕਿੰਨਾ ਪਾਇਆ ਘਰਾਂ ਦੇ ਕਲੇਸ਼ ਅਤੇ ਘਰ ਟੁੱਟਣ ਅਤੇ ਸੈਪਰੇਟ ਹੋਣ ਦੀਆਂ ਇੰਨੇ ਅੰਕੜੇ ਨੇ ਛੱਡ ਇਹ ਗੱਲ ਦਿਓ ਜਿਉਂ ਹੀ ਕੋਵਿਡ ਨੇ ਸਾਡੇ ਇਸ ਜ਼ਿੰਦਗੀਆਂ 'ਚ ਦਸਤਕ ਦਿੱਤੀ ਪਹਿਲੀ ਵਾਰ ਹੋਇਆ
तो अड अड देशों के 100 तो यूके 122% के करीब डिवोर्स रेट होए। कैनेडा दे विच भी कैनेडा दियां खबरां CBC वर्गे मीडिया आउटलेट ने पेंडेमिक प्रेशर कुकर कहा कि यह जिहड़ा सैपरेशन डिवोर्स लई बहुत वड्डा जिहड़ा यह काम हो रहा। की कर दिता अपने अपने धार्मिक अकीदियां दे विच जा प्रपोज करके छल्ला पा के ते चीकां पैंदियां ने, जिहदे छल्ला पैंदा है वह भी रोंदा है, जिहड़ा पाउंदा है वह भी रोंदा है, आले दुआले आले च मारदे ने चिंगियाड़ा, पंज पंज छे छे साल सत सत साल मिल के डेट करके कीता ब्याह, ककड़ियां करेले किवें हो गया, यह किवें हो जांदा, इहदा कारण की है? इहदा मतलब जिहड़ियां गल्लां साडियां चल रहियां सी बाहर, मर जाएंगे, साथ नहीं छड़दे, बाँह नहीं छड़दे, ये तो मर्दां दा गहना है, वो किधर चले गई, कारण की होया? उहदा कारण वड्डा पता की होया कि जिंदगी दी आज़ादी मुक गई। जिंदगी दी आज़ादी इको ही छत थले सारा दिन, उस तो बाद जिम बंद हो गए, एक्सरसाइज भी घर ही, ग्रोसरी करन वीक च एक दिन जाते सी मियाँ बीबी रल के, वो तो जाना ही जाना है। 6 दिनों के अपनी जिंदगी का जोड़ा समा सी जोड़ा टुट गया, उन्हें टुटन ने कान तो इन्नी लिया दिती, वो जोड़े आपस में टुटन लग गए। खैर अपन तो यह खबर नहीं, खबर तो मेन स्ट्रीम दिया ही ने, अंकड़े मेन स्ट्रीम के ने, साडे तो फरके नहीं, पहला भी खड़कती हुई है, इन्हें की खड़कानी है, तो साडे काम घर वाले बहुत घट से जोड़े घरों बह के करने से, साडे तो थौड़िया की गल है, तरपालों की गल है, लंबर की गल है, तो बाहर निकलन की वो गल है, तैयार होना ही होना। ये लोगों के इस जिंदगी इस महामारी ने इन्ना फर्क पा दिता कि ये फिर गल ही झूठ सी, यदा मतलब इन्ह दोट से ये ने पे यूगो वाली गल होगी कि जिंदगी चलती चलती है। एक इन्ह का जोड़ा तरीका यह वो चंगा भी है, साढ़े तो वह कहते भी एक बार थोड़ी आह बनती गठ तुरन वेले उत्थे हूँ तो कहो हट गए, कह तो देंदे ने लुकमी कह देंगे, जे धी मापियां नू कहे मैं तंग हाँ, जिहड़ा तुसी सहेड़िया तंग करदा ओह मेरे नाल बोलदा नहीं, मैनू गालां कढ़दा है, अद्धी रात कुटदा है, दारू पी के आउंदा है, अकल नहीं, बोलण दी गलती है, जद बोलदा गलत बोलदा, ना भाई घर नू ना झाकी, कमाई पता किन्नी करदा, मापे ये कहिंदे ने ना, हुण औखा सौखा सार चार जवाक हो गए पुत, इन्हां नू पाल, तेरे दो धीआं ने दो पुत ने, इन्हां नू देख, चल बस जिद्दण तू इन्हां तों वेहली होगी फिर तेरे कोल समां आजू, जानू की जानू तां 60 साल हो जाने ने, जानू निबड़ जाना। इहदे च प्लस भी है माइनस भी है, ये गल निभणी है जिहड़ी, ओह यह गल भी बहुत है वड्डी कि जद एक बार जुट गई गल तां ओह उहदे थ्रू जाणा। दूसरी इहदे च यह है कि यार जिंदगी इत्थे किहड़ा 200 साल 300 साल रहना भी चल पहला 25-30 साल कलेश च कट लै फिर जिंदगी दे विच 100 साल अगले आराम दे कट लीं, ये तो है नहीं, है तो 70-75 ने, ये लोग इस तरह ही जीते ने। पहली तो गल जिद्दण ब्याह कराउंदे ने पहला तो दस्तखत हुंदे ने बिजनेस ते, प्री नैपच्यून जिहड़ा वह साइन हुंदा वी भाई मेरे पैसे मेरे, तेरे पैसे तेरे, अज तो बाद जिहड़े जोड़ांगे अद्धे अद्धे सांझा हो अकाउंट उहदे चों खर्चांगे, मेरा पहला 5 लाख आ तेरा 4 लाख आ तेरा, इहो जिहे करदे ने अमीर जिहड़े 30-30 साल छोटियां नाल ब्याह कराई फिरदे ने, राष्ट्रपति ट्रंप पर गए वह इहो जिहे दस्तखत कराउंदे ने, होर बिलियनज़ ऑफ डॉलर दे विचों जे कहे हुण घरवाली भी उहनू मिलजू जूनियर आउणी इवांका आउणी तैयारक आउणी नेड़े लगन देणगे, हाँ पुत नू करके भावें कुछ मिल जाए थोड़ा बहुता। मेरे कहण दा मतलब है ये जिहड़ा बहुत वड्डा इशू है जिसने एक तो है माड़ा जिहा, ये तो वक्ती तौर पर 5-7 महीने घरों ही नहीं निकले, इन्ना ही काम सी, इहने त्रेड़ पाती, बंदा कहिंदा मेरे कोल समा नहीं है। एक इहदे चों जिहड़ा निकल के आई गल ਉਹ ਮੈਂ ਕਹਿਣੀ ਚਾਹੁੰਦਾ ਭਾਈਚਾਰੇ ਨਾਲ ਕਿ ਕਿਰਪਾ ਕਰਕੇ ਪਲੀਜ਼ 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 ਕਿਰਪਾ ਕਰਕੇ ਕਿਰਪਾ ਕਰਕੇ ਕਿਰਪਾ ਕਰਕੇ ਆਪਣੀ ਜ਼ਿੰਦਗੀ ਦਾ ਸਮਾਂ ਆਪਣੇ ਲਈ ਜ਼ਰੂਰ ਕੱਢੋ, ਹਫ਼ਤੇ 'ਚ 2-3 ਘੰਟੇ
ਜਿਹੜਾ ਤੁਹਾਡਾ ਹੋਵੇ ਉਹ ਦੋ ਤਿੰਨ ਘੰਟੇ ਜਿਹੜਾ ਮੈਂ ਕੱਢਣ ਦਾ ਟਾਈਮ ਦਿੰਦਾ ਉਹ ਇਕੱਲੇ ਮਰਦਾਂ ਨੂੰ ਨਹੀਂ ਮੈਂ ਕਹਿੰਦਾ ਬੀਬੀਆਂ ਨੂੰ ਵੀ ਬੇਨਤੀ ਕਰਦਾ ਨਿਕਲੋ ਚੁੱਲ੍ਹਿਆਂ ਦੇ ਵਿੱਚੋਂ ਨਿਕਲੋ ਬੈਕਵਾਂ ਦੇ ਵਿੱਚੋਂ ਨਿਕਲੋ ਮੌਪਸ ਦੇ ਵਿੱਚੋਂ ਬਾਹਰ ਨਿਕਲੋ ਆਪਣੀ ਜ਼ਿੰਦਗੀ ਦੇ ਵਿੱਚ ਦੋ ਢਾਈ ਘੰਟੇ ਕਿਤੇ ਗੁਜ਼ਾਰੋ ਕੋਈ ਕਾਲਜ ਦੀ ਤੁਹਾਡੀ ਸਹੇਲੀ ਹੋਏਗੀ ਕੋਈ ਇੱਥੇ ਦੀ ਸਹੇਲੀ ਬਣੀ ਹੋਏਗੀ ਆ ਕੇ ਜਾਂ ਰਿਸ਼ਤੇਦਾਰ ਹੋਣਗੇ ਉਹਨਾਂ ਨੂੰ ਵਿਜ਼ਿਟ ਕਰੋ ਉਹਨਾਂ ਨੂੰ ਮਿਲੋ ਰਿਸ਼ਤੇਦਾਰਾਂ ਨੂੰ ਤਾਂ ਫਿਰ ਵੀ ਚਲੋ ਔਖਾ ਲੱਗਦਾ ਉੱਥੇ ਜਾ ਕੇ ਫਿਰ ਸਾਡੀ ਉਹੀ ਗੱਲ ਸ਼ੁਰੂ ਹੋ ਜਾਣੀ ਹੈ ਦੋਸਤ ਮਿੱਤਰ ਜਿਹੜਾ ਹੋਵੇ ਦੋਸਤ ਜਿਹੜੀ ਕੋਈ ਕਾਲਜ ਦੇ ਨੇੜੇ ਦੇ ਸਮੇਂ ਦੀ ਹੋਸਟਲ ਦੀ ਉਹਦੇ ਨਾਲ ਦੋ ਘੰਟੇ ਗੁਜ਼ਾਰ ਲਓ ਚਾਹ ਪੀ ਲਓ ਪਰ ਘਰ 'ਚੋਂ ਨਿਕਲ ਕੇ ਕਿਤੇ ਬੈਠੋ ਬਹੁਤ ਘੱਟ ਮੈਂ ਵੇਖਦਾ ਆਪਣੀਆਂ ਬੀਬੀਆਂ ਜਿਹੜੀਆਂ ਉਹ ਕਿਤੇ ਕੋਮਨ ਪਲੇਸ 'ਤੇ ਬੈਠੀਆਂ ਕੌਫੀ 'ਤੇ ਚਾਹ 'ਤੇ ਕਿਸੇ ਰੈਸਟੋਰੈਂਟ 'ਚ ਬਹੁਤ ਘੱਟ ਨੇ ਬਹੁਤ ਘੱਟ ਜਾਂਦੀਆਂ ਬੰਦੇ ਵੀ ਨਹੀਂ ਜਾਂਦੇ ਬੰਦੇ ਕਿਹੜਾ ਜਾਂਦੇ ਆ ਜੇ ਕਹਾਂ ਵੀ ਬੰਦੇ ਜਾਂਦੇ ਆ ਬਿਜ਼ਨਸ ਮੀਟਿੰਗ ਲਈ ਕਹਿੰਦੇ ਨੇ ਆ ਜੀ ਸਟਾਰਬਕਸ 'ਤੇ ਆ ਜੀ ਟਿਮ ਹੋਰਟਨ 'ਤੇ ਇਉਂ ਨਹੀਂ ਹੈ ਵੀ ਬਿਨਾਂ ਕੰਮ ਤੋਂ ਮਿਲੀਏ ਦੋ ਘੰਟੇ ਕਦੇ ਕਿਹਾ ਕਿਸੇ ਦੋਸਤ ਨੇ ਯਾਰ ਆ ਜਾ ਦੋ ਘੰਟੇ ਗੱਲਾਂ ਤਾਂ ਕਰ ਲਈਏ ਬਹੁਤ ਘੱਟ ਹੈ ਕੰਮ ਲਈ ਆ ਜਾ ਕੰਮ ਸੀ ਆਪਾਂ ਮਿਲ ਲੈਂਦੇ ਮਾੜੀ ਜੀ ਮੀਟਿੰਗ ਕਰ ਲੈਂਦੇ ਪੈਸਾ ਹੀ ਪੈਸਾ ਲੈ ਲਈ ਲੋਟ ਛੱਡਤੀ ਲੋਟ ਕਰਤੀ ਫਲਿੱਪ ਲੋਟ ਉਹ ਲੋਟ ਜੇ ਨਾ ਵੇਚਦਾ ਛੇ ਸਾਲ ਪਹਿਲਾਂ ਅੱਜ ਪੈਸੇ ਕਿੰਨੇ ਹੁੰਦੇ ਯਾਰ ਅੱਜ ਤਾਂ ਨਹੀਂ ਸੀ ਮੁੱਕਦੇ ਫਿਰ ਆਪਣੇ ਕੋਲ ਹਾਂ ਯਾਰ ਬਹੁਤ ਔਖਾ ਹੋ ਗਿਆ ਲੈ ਗਏ ਠੱਗ ਕੇ ਲੈ ਗਏ ਪੱਟ ਕੇ ਜਿਹੜੇ ਉਹ ਦੋ ਘੰਟੇ ਬਹਿਣਾ ਉਹ ਨਹੀਂ ਫਿਰ ਗੇੜਾ ਜਾ ਦੇਣਾ ਬਾਦਲ ਲੈ ਲੈਣਾ ਬਾਦਲ ਕਦ ਕਮਰੂ ਯਾਰ ਗੱਲ ਇੱਥੋਂ ਤੋਰਨਗੇ ਜਿਵੇਂ ਆਪ ਸੀ ਐਮ ਬਣਨਾ ਕਾਹਦੇ ਲਈ ਮਾਰਨਾ ਕਿਸੇ ਬਜ਼ੁਰਗ ਨੂੰ ਉਹਨੇ 50 ਸਾਲ ਸਰਵ ਕੀਤਾ ਆਪਣੇ ਕਿਸੇ ਲਈ ਉਹ ਚੰਗਾ ਕਿਸੇ ਲਈ ਮਾੜਾ ਪਰ ਇਹ ਗੱਲ ਕਿਉਂ ਕਹਿੰਦੇ ਹਾਂ ਅਸੀਂ ਕਿਉਂ ਪੋਜ਼ੀਟਿਵ ਨਹੀਂ ਸੋਚਦੇ ਉਹ ਦੋ ਢਾਈ ਘੰਟੇ ਵੀ ਅਸੀਂ ਇਹਦੇ 'ਚ ਲੰਘਣਾ ਜਾਂ ਕਿਸੇ ਦਾ ਵਿਸ਼ਲੇਸ਼ਣ ਕਿਸੇ 'ਤੇ ਤਵਾ ਕਿਸੇ ਦੇ ਖਿਲਾਫ਼ ਸਾਜਿਸ਼ ਇਹ ਨਹੀਂ ਕੰਮ ਹੈ ਇਹ ਲੋਕ ਕਿਉਂ ਡਿਵੋਰਸ ਕਰ ਗਏ ਇਹਨਾਂ ਨੂੰ ਇਹ ਸੀ ਵੀ ਸਾਡੀ ਪਰਸਨਲ ਜ਼ਿੰਦਗੀ ਦਾ ਸਲੋਟ ਮੁੱਕ ਗਿਆ ਫਰਾਈਡੇ ਈਵਨਿੰਗ ਜਿਨ੍ਹਾਂ ਨੇ ਜਾਣਾ ਬਾਹਰ ਸੈਟਰਡੇ ਈਵਨਿੰਗ ਦੇਖੋ ਜਿਹੜੀ ਈਵਨਿੰਗ ਜਾਣ ਦੀ ਗੱਲ ਇਹ ਨਹੀਂ ਹੈ ਵੀ ਤੁਸੀਂ ਖਰਮਸਤੀ ਕਰਨ ਜਾਣੀ ਹੈ ਤੁਸੀਂ ਕੁਛ ਗਲਤ ਕਰਨ ਜਾਣਾ ਇਹ ਘਰ ਦੇ ਵਿੱਚ ਤੁਹਾਡਾ ਇੰਨਾ ਸਿਸਟਮ ਚਾਹੀਦਾ ਇਹ ਮੈਂ ਬਹੁਤ ਪਸੰਦ ਕੀਤਾ ਇੰਗਲੈਂਡ ਦੇ ਵਿੱਚ ਦੋਸਤ ਬਹੁਤ ਵੱਸਦੇ ਆ ਬਲੈਚ 'ਚ ਲੰਡਨ 'ਚ ਉਹ ਕਹਿੰਦੇ ਸਾਨੂੰ ਤਾਂ 5 ਵਜੇ ਘਰ ਵਾਲੀਆਂ ਕਹਿਣ ਲੱਗ ਜਾਂਦੀਆਂ ਨੇ ਤੁਸੀਂ ਜਾਣਾ ਨਹੀਂ ਬੀਅਰ ਬਾਰ 'ਤੇ ਅੱਜ ਤੁਸੀਂ ਜਾਣਾ ਨਹੀਂ ਪੱਬ 'ਤੇ ਉੱਥੇ ਦਾ ਟ੍ਰੈਡੀਸ਼ਨ ਆਵੇ ਅਗਲੇ 4 ਘੰਟੇ 3 ਘੰਟੇ ਪੱਬ 'ਤੇ ਜਾਂਦੇ ਆ ਉਹ ਕਹਿੰਦੀਆਂ ਅਸੀਂ 3 ਘੰਟੇ ਆਪਣਾ ਦੁੱਖ ਸੁੱਖ ਕਰ ਲਾਂਗੇ ਉਹ ਕਹਿੰਦਾ ਕਹਿੰਦੀਆਂ ਉੱਥੇ ਪਰ ਚਲੋ ਮੈਂ ਇਸ ਨਹੀਂ ਪ੍ਰਮੋਟ ਕਰਦਾ ਵੀ ਤੁਸੀਂ ਸ਼ਰਾਬ ਪੀਣੀ ਆ ਯਾਰ ਚਾਹ ਪਾਣੀ ਰੋਟੀ ਕੋਈ ਈਵਨਿੰਗ ਦੀ ਘਰ ਦੇ ਪ੍ਰਸ਼ਾਦੇ ਪਾਣੀ ਦਾਲਾਂ ਸਬਜ਼ੀਆਂ ਤਾਂ ਘਰੇ ਹੀ ਰਹਿਣੀਆਂ ਨੇ ਕਈ ਕਹਿੰਦੇ ਨੇ ਕਿ ਮੈਂ ਜੇ ਘਰੇ ਰੋਟੀ ਨਹੀਂ ਖਾਂਦਾ ਤਾਂ ਮੈਂ ਪਤਨੀ ਵਰਤਾ ਨਹੀਂ ਹੁੰਦਾ ਪਤਨੀ ਕਹਿੰਦੀ ਜੇ ਘਰ ਵਾਲਾ ਘਰੇ ਰੋਟੀ ਨਹੀਂ ਖੜਦਾ ਇਹ ਪਤੀ ਵਰਤਾ ਨਹੀਂ ਮੈਂ ਰਹਿੰਦੀ ਦੱਸੋ ਕਿਹੜਾ ਮਾਪਦੰਡ ਹੈ ਚਾਹੇ ਉਹ ਰੱਜ ਕੇ ਆ ਕੇ ਢਿੱਡ ਫਟ ਜਾਵੇ ਉਹਦਾ 2 ਰੋਟੀਆਂ ਕਹਿੰਦਾ ਖਾ ਕੇ ਫਿਰ ਮੈਂ ਮਹਿਸੂਸ ਕਰਾਉਂਦਾ ਮੈਂ ਬਾਹਰ ਨਹੀਂ ਖਾ ਕੇ ਆਇਆ ਮਤਲਬ ਬਾਹਰ ਖਾਣਾ ਹੀ ਰੋਟੀ ਇਹ ਹੋ ਗਈ ਵੀ ਕਿਹਦੇ ਨਾਲ ਖਾ ਕੇ ਆਇਆ ਨੈਕਸਟ ਇਹ ਆਉਣੀ ਹੈ ਖਾਂਦਾ ਤਾਂ ਆਪਣੇ ਮੂੰਹ ਨਾਲ ਹੀ ਆ ਬੰਦਾ ਕਿਹਦੇ ਨਾਲ ਕੀ ਖਾ ਕੇ ਆਇਆ ਇਹ ਘਰਾਂ 'ਚ ਆਪਣੇ ਪਲੀਜ਼ ਲਾਜ਼ਮ ਕਰੀਏ ਆਪਾਂ ਆਹ ਜਿਹੜਾ ਪਹਿਲੇ ਪੈਨਡੈਮਿਕ ਦਾ ਕੁਝ ਲੈਸਨ ਹੈ ਸਾਡੇ ਲਈ ਜਿਹੜਾ 130-140% ਇਹ ਇਹਨਾਂ ਦੇ ਡਾਇਵੋਰਸ ਦੇ ਸੈਪਰੇਸ਼ਨ ਦੇ ਰੇਟ ਵਧੇ ਨੇ ਉਹਦਾ ਕਾਰਨ ਇਹ ਹੈ ਕਿ ਇਹਨਾਂ ਦਾ ਨਿੱਜੀ ਜ਼ਿੰਦਗੀ ਦਾ ਆਪਣਾ ਸਮਾਂ ਹਫ਼ਤੇ ਦਾ ਉਹ ਮਨਫੀ ਹੋ ਗਿਆ ਰਾਜਸਥਾਨੀ ਸਾਹਿਬ ਕੀ ਕਹਿਣਾ ਚਾਹੁੰਦੇ ਹਾਂਜੀ ਇੱਕ ਪੁਆਇੰਟ ਰਹਿ ਗਿਆ ਸੀਗਾ ਹਾਂਜੀ ਤੁਸੀਂ ਮੇਰੇ ਤੇ ਪੁੱਛਿਆ ਮੈਨੂੰ ਵੀ ਇਹਦੇ ਬਾਰੇ ਮੋਦੀ ਬਾਰੇ ਹਾਂਜੀ ਜਦੋਂ ਮੋਦੀ ਨੂੰ ਖੜਾ ਕੀਤਾ ਗਿਆ ਜੀ ਜਿਹੜਾ ਲੈਂਡ ਐਕਟ ਬਣਾ ਗਿਆ ਮਨਮੋਹਨ ਸਿੰਘ ਲੈਂਡ ਐਕਟ ਮਤਲਬ ਪਾਸ ਕਰ ਗਈ ਸੀ ਜਿਹੜੀ ਆਪਣੀ ਕਾਂਗਰਸ ਸਰਕਾਰ ਉਹਦੇ 'ਚ ਉਹ ਪਾਸ ਕਿਉਂ ਕੀਤਾ ਵੀ ਹੜਕੰਮ ਮਚ ਗਿਆ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਗਈ ਵੀ ਬਿਲਡਰਾਂ ਨੇ ਅਰਬਾਂ ਖਰਬਾਂ ਪੈਸਾ ਕਮਾ ਲਿਆ ਜ਼ਮੀਨਾਂ ਲੋਕਾਂ ਦੀਆਂ ਧੱਕੇ ਨਾਲ ਜ਼ਿਮੀਂਦਾਰਾਂ ਦੀਆਂ ਤੇ ਇੱਕ ਚੰਗਾ ਕੰਮ ਕਰ ਗਿਆ ਸੀ ਮਨਮੋਹਨ ਸਿੰਘ ਇਹ ਸੋਨੀਆ ਗਿਣ ਲਓ ਜਾਂ ਕਾਂਗਰਸ ਗਿਣ ਲਓ ਉਸ ਵੇਲੇ ਵਾਅਦਾ ਸੀਗਾ ਵੀ ਇਸ ਐਕਟ ਨੂੰ ਤੋੜਨਾ ਹੋਊਗਾ ਇਹਨੂੰ ਭੰਗ ਕਰਨਾ ਹੋਊਗਾ ਜੇ ਤੂੰ ਪ੍ਰਧਾਨ ਮੰਤਰੀ ਬਣ ਗਿਆ ਦੂਜੀ ਸਾਡੀ ਸ਼ਰਤ ਇਹ ਹੈਗੀ ਆ ਵੀ ਅਡਮਾਨੀ ਜਿਹੜੀਆਂ ਕਾਰਪੋਰੇਸ਼ਨ ਸੀਗੀਆਂ ਇਹਨਾਂ ਨੇ ਇਹ ਸ਼ਰਤ ਜੇ ਤੂੰ ਨਹੀਂ ਤੋੜਦਾ ਇਹ ਨਾ ਟੁੱਟਿਆ ਇਹ ਤਾਂ ਫਿਰ ਤੁਸੀਂ ਇਹ ਜਿਹੜੇ ਬਿੱਲ ਹੁਣ ਲਿਆਂਦੇ ਨਾ ਇਹ ਬਿੱਲ ਪਾਸ ਕਰਨੇ ਪੈਣਗੇ ਦੇਖੋ ਕਿੰਨੀ ਦੂਰ ਅੰਦਾਜ਼ੀ ਹੈਗੀ ਆ ਜਿੱਦਾਂ ਅੱਗੋਂ ਬੁੱਧੀ ਬਾਣੀ ਆ ਮਤਲਬ ਬੜੀ ਲੰਮੀ ਸੋਚ ਆ ਭਗਵਾ ਕਰਨ ਦੀ ਹਜ਼ਾਰਾਂ ਸਾਲਾਂ ਦੀ ਜਿੱਦਾਂ ਵੀ ਦੇਸ਼ ਨੂੰ ਭਗਵਾ ਕਰਨ ਕਰਨਾ ਹੈਗਾ ਤੇ ਇਹ ਫਿਰ ਤਿੰਨ ਉਹਨਾਂ ਵਾਸਤੇ ਇਹ ਕਾਨੂੰਨ ਲਿਆਂਦੇ ਉਹ ਐਕਟ ਤਾਂ ਟੁੱਟਿਆ ਨਹੀਂ ਕਿਉਂਕਿ ਰਾਜ ਸਭਾ 'ਚ ਬਹੁਮਤ ਹੈ ਨਹੀਂ ਸੀਗਾ
ਦੇਖੋ ਹੁਣ ਤੁਸੀਂ ਇੱਥੋਂ ਦਾ ਹਾਈਵੇ ਕੱਢਣਾ, ਤੁਸੀਂ ਕਾਰਪੋਰੇਸ਼ਨ ਨੇ ਤੁਹਾਨੂੰ ਠੇਕਾ ਦੇ ਤਾ, ਤੇ ਰਾਹ 'ਚ ਜ਼ਮੀਨਾਂ ਵੀ ਤਾਂ ਆਉਣੀਆਂ ਨਾ, ਧੱਕੇ ਨੇ ਥੋੜ੍ਹੀ ਜ਼ਮੀਨ ਕਿਸੇ ਦੀ ਲੈ ਲਓਗੇ, ਤਾਂ ਉਹ ਤੇ ਤੁਹਾਨੂੰ ਪੈਸਾ ਉਹ ਲੈਂਡ ਐਕਟ ਦੇ ਵਿੱਚ ਪਾਸ ਹੋ ਗਿਆ ਵੀ ਜੇ ਤਾਂ ਸਰਕਾਰ ਦੀ ਕੋਈ ਰਕਸ਼ਾ ਸੰਬੰਧੀ ਮਸਲਾ, ਫਿਰ ਤਾਂ ਤੁਸੀਂ ਧੱਕੇ ਨਾਲ ਉੱਥੋਂ ਦੀ ਜਾਂ ਅਕਵਾਇਰ ਕਰ ਲਓ ਤੇ ਉਹਦੇ ਵੀ ਪੈਸੇ ਦਿਓ, ਯਾਨੀ ਮੁਫ਼ਤ ਜ਼ਮੀਨ ਮਾਰਕੀਟ ਵੈਲਿਊ ਲਾ ਕੇ ਤੇ ਫਿਰ ਤੁਸੀਂ ਇਹ ਲੈਂਡ ਐਕਟ ਦਾ ਪਾਸ ਜਿਹੜਾ ਕੀਤਾ ਇਹਦੇ ਹਿਸਾਬ ਨਾਲ ਇਹ ਪਾਬੰਦੀ ਲਾ ਗਈ। ਉਦੋਂ ਬਾਅਦ ਜਿਹੜੇ ਬਿਲਡਰ ਸੀ ਉਹ ਫੇਲ ਹੋ ਗਏ ਇੰਡੀਆ ਦੇ ਇਸ ਐਕਟ ਤੋਂ ਬਾਅਦ। ਹੁਣ ਇਹ ਇਹ ਜਿਹੜੇ ਕਾਨੂੰਨ ਹੈਗੇ ਆ ਉਸ ਹਿਸਾਬ ਨਾਲ ਹੁਣ ਵਾਅਦਾ ਉਹਨਾਂ ਦਾ ਪੂਰਾ ਕੀਤਾ ਇਹਨੇ ਆਪਣੇ ਮੋਦੀ ਨੇ, ਉਹਨਾਂ ਦਾ ਆਪਣੇ ਦਾ ਕਾਰਪੋਰੇਸ਼ਨ ਅਡਵਾਨੀ ਅਡਾਨੀ ਜਿਸ ਤਰ੍ਹਾਂ ਆਪਾਂ ਹੋਰ ਵੀ ਬਹੁਤ ਹੈਗੇ, ਇਹ ਇਕੱਲੇ ਥੋੜੋ ਇਹ ਥੋੜੋ ਬਹੁਤ ਹੈਗੇ ਆ, 25,000 ਦੇ ਹਿਸਾਬ ਨਾਲ ਹੁਣ ਹਿੰਦੁਸਤਾਨ ਚ ਕਾਰਪੋਰੇਸ਼ਨ ਬਣ ਗਈਆਂ। ਠੀਕ ਹੈ ਜੀ, ਠੀਕ, ਤੋ ਇਹਦਾ ਇਹ ਹਿਸਾਬ ਸੀ ਜੀ। ਧੰਨਵਾਦ ਜੀ, ਧੰਨਵਾਦ। ਸੋ ਬੇਨਤੀ ਮੈਂ ਕਰਦਾ ਕਿ ਆਪਾਂ ਜ਼ਿੰਦਗੀ ਦੇ ਵਿੱਚ, ਭਾਈ ਸਾਹਿਬ ਨੇ ਵੱਡੇ ਹਰਜੀਤ ਸਿੰਘ ਸਿਵੀਆ ਅਸੀਂ ਮਸਕਟ ਰਹੇ ਹਾਂ ਇਕੱਠੇ ਇੱਕੋ ਹੀ ਕਮਰੇ 'ਚ, ਕਹਿੰਦੇ ਮੈਂ ਕਿੰਨਾ ਚਿਰ ਦਾ ਕਹਿਣਾ ਮੈਨੂੰ ਨਹੀਂ ਮਿਲਣ ਆਇਆ ਤੂੰ। ਕਈ ਵਾਰ ਧਾਰਮਿਕ ਬੰਦੇ ਕੋਲ ਜਾਣ ਨੂੰ ਵੀ ਡਰ ਲੱਗਦਾ ਹੈ ਕਿ ਤਵਾ ਲਾਓ, ਇਹ ਵੀ ਕਹਾਣੀ ਹੈ। ਜਿੱਥੇ ਬਰਾਬਰ ਦਾ ਹੋਵੇ ਖਰਮਸਤੀ ਵਾਲਾ ਕਹਿੰਦਾ ਉੱਥੇ ਬੈਠ, ਕੋਈ ਲੁੱਚੀ ਗੱਲ ਤਾਂ ਚੱਲੂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਰੈਜ਼ੋਲਿਊਸ਼ਨ ਬਣਾ ਲਾਂਗੇ, ਢਿੱਡ ਘਟਾ ਲਾਂਗੇ, ਕੱਪੜੇ ਪਾ ਲਾਂਗੇ, ਆਹ ਪਾ ਲਾ, ਇਹ ਛੱਡੋ, ਰੈਜ਼ੋਲਿਊਸ਼ਨ ਕਰੋ ਇਹ ਦੇਸ਼ ਇਸ ਸਾਲ ਦਾ ਕਿ ਆਪਣੇ ਦੋ ਜਿੱਥੇ ਮਨ ਨੂੰ ਸਕੂਨ ਮਿਲਦਾ। ਦੇਖੋ ਫੋਰਮੈਲਿਟੀ ਨਹੀਂ ਕਰਨੀ, ਜਿੱਥੇ ਹੱਥ 'ਤੇ ਹੱਥ ਵੱਜ ਕੇ ਹੱਸੇ ਬੰਦਾ, ਔਰ ਉੱਥੇ ਦਾ ਅਸੂਲ ਬਣਾਓ। ਜਿੱਥੇ ਤਿੰਨ ਦੋਸਤਾਂ ਨੇ ਮਿਲਣਾ, ਚਾਰ ਨਵੇਂ ਹੋ ਪਿਆ ਬਾਈ ਜੀ ਛਾਬਾ ਰੋਟੀਆਂ ਵਾਲਾ, ਉਹ 'ਚ ਫੋਨ ਰੱਖ ਅਤੇ ਫੋਨ ਕਰਦੇ ਡੂ ਨੋਟ ਡਿਸਟਰਬ 'ਤੇ, ਫਿਰ ਆ ਕੇ ਬੈਠੀ ਪੱਟਾਂ 'ਚ ਫੋਨ ਪਿਆ, ਗੱਲਾਂ ਮੂਹਰੇ ਕਰਦਾ ਅਤੇ ਪੱਟਾਂ 'ਚ ਝਾਕੀ ਜਾਂਦਾ ਅਤੇ ਮੁੜ ਮੁੜ ਕੇ ਮੈਸੇਜ ਪੜ੍ਹੀ ਜਾਂਦਾ। ਇਹ ਜੇ ਮੈਂ ਕਹਾਂ ਆਪਣੀ ਅਤੇ ਜਿੱਥੇ ਜਾ ਕੇ ਬੈਠੇ ਹੋ ਉਹਨਾਂ ਦੀ ਬੇਇੱਜ਼ਤੀ ਆ, ਸਭ ਤੋਂ ਵੱਡੀ ਬੇਇੱਜ਼ਤੀ ਆ ਇਹ। ਜੇ ਤੁਸੀਂ ਦੋਸਤ ਕੋਲ ਬੈਠੇ ਆਪਣਾ ਫੋਨ ਚੱਕ ਦਿਓ, ਪਰਿਵਾਰ 'ਚ ਵੀ, ਮੈਂ ਕੱਲ੍ਹ ਵੀ ਦੂਜੇ ਪ੍ਰੋਗਰਾਮ 'ਚ ਕਿਹਾ ਸੀ ਫੈਮਿਲੀ ਰੂਮ 'ਚ ਬੈਠ ਕੇ ਜੇ ਪਰਿਵਾਰ ਦੇ ਜੀ ਫੋਨ ਲਈ ਬੈਠੇ ਆ ਤਾਂ ਇੱਕ ਦੂਜੇ ਦੀ ਸਭ ਤੋਂ ਵੱਡੀ ਬੇਇੱਜ਼ਤੀ ਤੁਸੀਂ ਕਰ ਰਹੇ ਹੋ। ਸੋ ਇਹ ਇਹ ਇਹਦੇ 'ਚੋਂ ਇੱਕ ਸੁਨੇਹਾ ਪੈਨਡੈਮਿਕ ਦੇ ਵਿੱਚੋਂ ਇੱਕ ਹੈ ਕਿ ਰੱਬ ਨਾ ਕਰੇ ਕਿ ਦੂਜੇ ਮਹਾਂਮਾਰੀ ਦੇ ਵਿੱਚ ਅਤੇ ਇਹੋ ਜਿਹਾ ਕੁਛ ਹੋਵੇ ਵੀ ਆਪਣੇ ਪਰਿਵਾਰ ਟੁੱਟਣ ਲੱਗਣ, ਰੱਬ ਕਰੇ ਸ਼ੁਕਰ ਕਿ ਨਾ ਹੋਵੇ, ਕਿਉਂਕਿ ਇਹ ਤਾਂ ਹੁਣ ਹਰ ਸਾਲ ਹੀ ਆਇਆ ਕਰਨਾ 2-3 ਮਹੀਨੇ ਦਾ ਟਾਈਮ। ਆਪਾਂ ਆਪਣੇ ਲਈ ਸਮਾਂ, ਕੋਈ ਬੌਧਿਕ ਵਾਰਤਾ, ਕੋਈ ਧਰਮ ਦੀ ਵਾਰਤਾ, ਕੁਛ ਵੀ ਜਿੱਥੇ ਤੁਸੀਂ ਬੈਠੋ 2-4 ਘੰਟੇ 3 ਘੰਟੇ, ਤੁਹਾਡਾ ਨਾ ਘਰ ਉੱਡ ਜਾਣਾ, ਨਾ ਤੁਹਾਡਾ ਬਿਜ਼ਨਸ ਉੱਡ ਜਾਣਾ, ਨਾ ਧਰਤੀ ਗਰਕ ਜਾਣੀ ਹੈ ਜੇ ਤੁਸੀਂ ਹਫ਼ਤੇ 'ਚ ਇੱਕ ਦਿਨ ਕੱਢ ਲਉਂਗੇ ਕਿਸੇ ਲਈ। ਫੋਨ 'ਤੇ ਨਹੀਂ ਗੱਲ ਹੁੰਦੀ, ਫੋਨ 'ਤੇ ਤਾਂ ਮੈਸੇਜ ਤਾਂ ਸਿਆਪਾ ਹੈ, ਉਹ ਤੁਹਾਡੀ ਭਾਵਨਾ ਹੀ ਨਹੀਂ ਪ੍ਰਗਟਾਉਂਦਾ, ਮੈਸੇਜ ਲਿਖਿਆ ਹੋਇਆ, ਲੜਾਈ ਹੁੰਦੀ ਹੈ। ਫੋਨ 'ਤੇ ਗੱਲ ਕਰੋ, ਫੋਨ ਦੇ ਵਿੱਚ ਉੱਚੀ ਗੱਲ ਹੁੰਦੀ ਹੈ, ਅਗਲਾ ਕਹਿੰਦਾ ਮੈਨੂੰ ਉੱਚੀ ਬੋਲਦਾ ਜਾ ਰਿਹਾ, ਮੇਰੇ ਅੱਗੇ ਟੋਨ ਇਹੋ ਜਿਹੀ ਹੁੰਦੀ ਹੈ, ਉਹ ਕਹਿੰਦਾ ਯਾਰ ਤੂੰ ਤਾਂ ਲੜਦਾ ਹੈ ਮੇਰੇ ਨਾਲ। ਸੋ ਇਹਨੂੰ ਜ਼ਰੂਰ ਆਪਾਂ ਕੋਸ਼ਿਸ਼ ਕਰੀਏ ਕਿ ਜ਼ਿੰਦਗੀ 'ਚ ਆਪਣੇ ਲਈ ਸਮਾਂ ਜ਼ਰੂਰ ਨਿਕਲੀ, ਇਹ ਇਹ ਬਹੁਤ ਜ਼ਰੂਰੀ ਹੈ। ਲਾਈਨ ਨੰਬਰ 1 ਤੁਸੀਂ ਏਅਰ 'ਤੇ ਹੋ ਜੀ, 250 ਏਰੀਆ ਕੋਡ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਜੁਗ ਜੁਗ ਜੀ ਹੋ ਜੀ, ਪਹਿਲਾਂ ਤਾਂ ਜਦੋਂ ਤੁਸੀਂ ਸਵੇਰੇ 9 ਵਜੇ ਤੋਂ ਆਉਂਦੇ ਆ ਤੇ 11 ਵਜੇ ਤੱਕ ਬਹੁਤ ਸੋਹਣਾ ਸਮਾਂ ਨਿਕਲਦਾ ਹੈ। ਧੰਨਵਾਦ ਵੀਰ ਜੀ, ਜਾਣਕਾਰੀ ਤੁਹਾਡੇ ਕੋਲ ਲਈ ਦੀ ਹੈ। ਔਰ ਚਲੋ ਅਸੀਂ ਖਰੇ ਤਾਂ ਪੂਰੇ ਨਹੀਂ ਹੈ ਨਾ ਗੱਲਾਂ ਦੇ ਉੱਤੇ ਉੱਤਰ ਦੇ ਜਿਹੜੀਆਂ ਤੁਸੀਂ ਕੀਤੀਆਂ ਆ, ਪਰ ਕੋਸ਼ਿਸ਼ ਕਰੀ ਦੀ ਹੈ ਜੀ। ਦੂਸਰੇ ਨੰਬਰ ਤੇ ਗੱਲ ਇਹ ਤਾਂ ਕਿਸੇ ਦਿਨ ਫੋਨ ਤੇ ਵੀ ਜ਼ਰੂਰ ਪ੍ਰੋਗਰਾਮ ਲੈ ਆਇਓ, ਆ ਜਿਹੜਾ ਫੋਨ ਕੀਤਾ ਨਾ ਵੀ ਥੱਲੇ ਪੱਟਾਂ 'ਚ ਰੱਖ ਕੇ ਫੋਨ ਤੇ ਮੈਸੇਜ ਹੁੰਦੇ ਆ ਜਿਹੜੇ, ਪੱਕਾ ਇਹਦੇ ਬਾਰੇ ਜ਼ਰੂਰ ਗੱਲ ਕਰਿਓ। ਤੇ ਦੂਸਰੀ ਗੱਲ ਕਹਿਣੀ ਜਿਹੜਾ ਸਮਾਂ ਕੱਢਣ ਦੀ ਗੱਲ ਆ ਨਾ, ਸਮਾਂ ਕੱਢਣ ਦੀ ਗੱਲ ਏਦਾਂ ਵੀ ਤੁਸੀਂ ਹਸਬੈਂਡ ਵਾਈਫ ਆ ਜਾਏ, ਤੁਸੀਂ ਆਪ ਹੀ ਕਾਫੀ ਤੇ ਜਾਣ ਜਾਓ, ਕੋਈ ਗੱਲ ਨੀ, ਘਰੇ ਬਿਲਕੁਲ ਬਾਹਰ ਜਾ ਕੇ ਕਿਤੇ ਕਾਫੀ ਕਰਿਆ, ਉਹ ਥੋੜਾ ਜਿਹਾ ਤੁਹਾਡਾ ਮਾਹੌਲ ਬਦਲ ਜਾਂਦਾ ਆ, ਵੱਖਰੀ ਜਗ੍ਹਾ ਚੂਸ ਕਰ ਲਓ। ਮੈਂ ਗੱਲ ਕਰਾਂਗਾ ਜੀ, ਮੈਂ ਕੋਈ ਬਹੁਤ ਖਿਡਾਰੀ ਨਹੀਂ ਆ, ਸਾਡੇ ਸੱਜਣ ਬੜੇ ਪਿਆਰੇ ਖੇਡਦੇ ਆ, ਸੌਖਰ ਸਾਡੇ ਨਾਲ ਬੜੇ ਤਗੜੇ ਤਗੜੇ ਪਲੇਅਰ ਆ, ਤੇ ਅਸੀਂ ਤਾਂ ਚਲੋ ਕੁਛ ਮੰਤਰ ਹੀ ਆ। ਬਾਕੀ ਉੱਥੇ ਮੈਂ ਗੱਲ ਕਰਦਾ ਵੀ ਸਾਡੇ ਨਾਲ ਪੈਂਡੈਮਿਕ ਤੋਂ ਜਦੋਂ ਸ਼ੁਰੂ ਹੀ ਹੋਇਆ ਆ, ਉੱਥੇ ਨਾ ਬਜ਼ੁਰਗ ਖੇਡਣ ਆਉਂਦੇ ਹੁੰਦੇ ਸੀਗੇ ਆਫਟਰਨੂਨ, ਬਜ਼ੁਰਗ ਮੈਂ ਤਦ ਕਿਹਾ ਵੀ ਉਹ ਸੀਨੀਅਰ ਸੀਗੇ ਮੋਸਟਲੀ ਸਾਰੇ, ਉਹ ਕਹਿੰਦੇ ਕੋਈ 80ਆਂ ਦਾ ਸੀਗਾ, ਕੋਈ 75ਆਂ ਦਾ ਸੀਗਾ, ਤੇ ਜਦੋਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਸਾਡੀ ਰੂਟੀਨ ਆ ਇਹ, ਗਰੁੱਪ ਸੀਗਾ ਉਹ ਇਕੱਠਾ ਆ ਗਿਆ, ਉਹਨਾਂ ਨੇ ਪਹਿਲਾਂ ਖੇਡਣਾ, ਖੇਡਣ ਤੋਂ ਬਾਅਦ ਚੇਹਰਾਂ ਲਿਆਉਂਦੀਆਂ ਹੁੰਦੀਆਂ ਸੀ, ਉਹਨੇ ਆਪਣੀਆਂ ਗੱਡੀਆਂ 'ਚੋਂ ਕੱਢ ਕੇ ਉੱਥੇ ਬਹਿ ਜਾਣਾ ਚੇਹਰਾਂ ਲਾ ਕੇ, ਤੇ ਫਿਰ ਉਹਨਾਂ ਨੂੰ ਪੁੱਛਣਾ ਹੁਣ ਕੀ ਰੂਟੀਨ ਆ, ਉਹਨੇ ਕਿਹਾ ਵੀ ਹੁਣ ਅਸੀਂ ਇਕੱਠੇ ਹੋ ਗਏ ਆ ਵੀ ਹੁਣ ਅਸੀਂ ਜਾਣਾ ਹੈਗਾ ਆ ਕਾਫੀ ਸ਼ਾਪ ਤੇ, ਤੇ ਸਾਡੀਆਂ ਜਿਹੜੀਆਂ ਵਾਈਫਾਂ ਆ ਉਹਨਾਂ ਦਾ ਆਪਣਾ ਮਤਲਬ ਸਰਕਲ ਆ, ਤੇ ਅਸੀਂ ਮਤਲਬ ਦਿਹਾੜੀ ਦਾ ਸਾਡਾ ਸਕੈਜੂਲ ਆ, ਉਹ ਪਹਿਲਾਂ ਖੇਡੇ ਆ ਸਾਰੇ ਇਕੱਠੇ ਹੋ ਗਏ, ਫਿਰ ਇੱਥੇ ਬੈਠੇ ਆ ਘੰਟਾ ਅੱਧਾ ਘੰਟਾ ਬਹਿਣਾ, ਫਿਰ ਅਸੀਂ ਕਾਫੀ ਸ਼ਾਪ ਤੇ ਜਾਣਾ ਆ।
ਏਦਾਂ ਹੀ ਸਾਡੇ ਮਾਮਾ ਜੀ ਉਹਨਾਂ ਦਾ ਗਰੁੱਪ ਆ ਤੇ ਉਹ ਕਾਫੀ ਕਰਦੇ ਆ ਉਹ ਪੰਜ ਸੱਤ ਜਾਣੇ ਰਲ ਕੇ ਨਾ ਮੈਂ ਉਹਨਾਂ ਮੈਂ ਉਹਨੂੰ ਗੱਲ ਬੜੀ ਮੇਰੀ ਉਹਨਾਂ ਦੀ ਪਸੰਦ ਆਈ ਹੈ ਵੀ ਉਹ ਹਫ਼ਤੇ 'ਚ ਇੱਕ ਦੋ ਵਾਰੀ ਕਾਫੀ ਕਰ ਲੈਂਦੇ ਆ ਟਾਈਮ ਹੋਟਲ 'ਤੇ ਜਾਂ ਵੱਖਰੇ ਵੱਖਰੇ ਥਾਵਾਂ 'ਤੇ ਉਹ ਗੈਦਰ ਹੋ ਜਾਂਦੇ ਆ ਗੱਲਾਂ ਬਾਤਾਂ ਹੋਰ ਕਰ ਲੈਂਦੇ ਆ ਫੋਨ ਤੋਂ ਥੋੜ੍ਹਾ ਤੁਹਾਡਾ ਛੁਟਕਾਰਾ ਮਿਲ ਜਾਂਦਾ ਆ ਸੋ ਪਲੀਜ਼ ਜ਼ਰੂਰ ਸਾਨੂੰ ਕਰਨਾ ਚਾਹੀਦਾ ਆ ਆਪਣੇ ਸੱਜਣ ਮਿੱਤਰਾਂ ਦੇ ਨਾਲ ਆ ਪ੍ਰੋਪਰਟੀ ਦੀਆਂ ਗੱਲਾਂ ਪੈਸੇ ਦੀਆਂ ਗੱਲਾਂ ਇਹ ਮਤਲਬ ਚਾਹੀਦੀ ਆ ਜ਼ਰੂਰਤ ਆ ਸਾਡੀ ਇਹਨੂੰ ਮਜ਼ਬੂਰੀ ਨਹੀਂ ਬਣਾਉਣਾ ਚਾਹੀਦਾ ਜ਼ਰੂਰਤ ਜ਼ਰੂਰ ਹੈਗੀ ਆ ਇਹਦੇ ਨਾਲ ਕੰਮ ਚੱਲਦੇ ਆ ਪਰ ਜਦੋਂ ਇਹਨੂੰ ਮਜ਼ਬੂਰੀ ਬਣਾ ਲੈਂਦੇ ਆ ਵੀ ਇਹ ਤੋਂ ਬਿਨਾਂ ਸਰਨਾ ਹੀ ਨਹੀਂਗਾ ਫਿਰ ਬੜਾ ਔਖਾ ਹੋ ਜਾਂਦਾ ਆ ਇੰਨਾ ਕੁ ਕਰ ਲਓ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਖੁਸ਼ਹਾਲ ਰੱਖ ਸਕੋ ਜੀ ਬਾਈ ਜੀ ਧੰਨਵਾਦ ਜੋ ਦੇ ਵਾਸਤੇ ਰਹੋ ਆ ਫੋਨ ਵਾਲਾ ਕੰਮ ਜ਼ਰੂਰ ਕਰਿਓ ਜੀ ਕਿਸੇ ਦਾ ਕਰਦੇ ਆ ਜੀ ਅਗਲੇ ਹਫ਼ਤੇ ਸਾਹਿਬ ਪਰਮਵੀਰ ਸਿੰਘ ਗਰੇਵਾਲ ਹੈਲੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਇੱਕ ਚੀਜ਼ ਅਸੀਂ ਮਾਈ ਕਜ਼ਨਸ ਨੇ ਕੀਤੀ ਆ ਸਾਰਿਆਂ ਨੇ ਜਦੋਂ ਪੈਂਡੇਮਿਕ ਸ਼ੁਰੂ ਹੋਇਆ ਵੀ ਸ਼ਾਮ ਨੂੰ 4 ਵਜਦੇ ਨੂੰ ਨਾ ਟੋਰਾਂਟੋ ਵਾਲੇ ਵੀ ਵਿਹਲੇ ਹੋ ਜਾਂਦੇ ਸੀ ਤੇ ਇਧਰੋਂ ਅਸੀਂ ਵੀ ਤੇ ਆਸਟ੍ਰੇਲੀਆ ਵਾਲੇ ਵੀ ਤੇ ਨਿਊਜ਼ੀਲੈਂਡ ਵਾਲੇ ਵੀ ਵਾਹ ਉਹ ਸਾਰਿਆਂ ਨੇ ਵੀਡੀਓ ਕਾਲ ਤੇ ਗੱਲ ਕਰ ਲੈਣੀ ਅੱਛਾ ਹਰ ਤੀਜੇ ਚੌਥੇ ਦਿਨ ਉਹਦੇ ਨਾਲ ਇੱਕ ਜਿਹੜਾ ਲਿੰਕ ਟੁੱਟਦਾ ਪਿਆ ਸੀ ਉਹ ਵੀ ਜੁੜ ਗਿਆ ਦੁਬਾਰੇ ਕਮਾਲ ਕਰਤੀ ਤੇ ਫਿਰ ਇਹੀ ਫੰਡਾ ਅਪਣਾਇਆ ਫਿਰ ਇੰਡੀਆ ਵਾਲੇ ਯਾਰ ਬੇਲੀ ਆ ਉਹਨਾਂ ਨਾਲ ਕਾਮਨ ਜਿਹਾ ਦਿਨ ਰੱਖ ਲਿਆ ਵੀ ਇਸ ਟਾਈਮ ਕਰਾਂਗੇ ਹੁਣ ਦੁਬਈ ਵਾਲੇ ਮੈਂ ਦੁਬਈ ਰਹਿ ਕੇ ਆਇਆ ਉੱਥੋਂ ਦੇ ਜਿਹੜੇ ਪੁਰਾਣੇ ਯਾਰ ਬੇਲੀ ਆ ਉਹਨਾਂ ਨੂੰ ਸੈਚਰਡੇ ਨੂੰ ਜੁੰਮੇ ਵਾਲੇ ਰਾਤ ਨੂੰ ਕਰੀਦਾ ਫੋਨ ਤੇ ਮੇਰਾ ਸਵੇਰਾ ਹੁੰਦਾ ਵੀ ਆਪਾਂ ਫੋਨ ਤੇ ਗੱਲ ਹੋ ਜਾਂਦੀ ਆ ਪਰ ਜਿਹੜੀ ਚੀਜ਼ ਮੈਨੂੰ ਕੈਨੇਡਾ ਵਾਲਿਆਂ ਤੋਂ ਸ਼ਿਕਾਇਤ ਆ ਕਿਸੇ ਨੂੰ ਮੈਂ ਫੋਨ ਕੀਤਾ ਮੈਂ ਵੀ ਆਪਾਂ ਵੀ ਮਿਲਦੇ ਗਿਲਦੇ ਆ ਵੀ ਉਦੋਂ ਹਲੇ ਆਹ ਨੀ ਸੀ ਆਪਾਂ ਮਿਲ ਨੀ ਸਕਦੇ ਸੋਸ਼ਲ ਡਿਸਟੈਂਸਿੰਗ ਦੇ ਇੰਨੇ ਰੂਲ ਹਾਰਡ ਨੀ ਸੀ ਉਹਨੇ ਆਪਦੇ ਵੱਲੋਂ ਤਾਂ ਫੋਨ ਕੱਟਤਾ ਪਰ ਮੈਨੂੰ ਸੁਣਦਾ ਸੀ ਨਾਲ ਦੋ ਬੰਦੇ ਹੋਰ ਬੈਠੇ ਸੀ ਕਹਿੰਦੇ ਯਾਰ ਇਹ ਤਾਂ ਬਿੱਲ ਆ ਹੀ ਆ ਮੈਂ ਕਿਹਾ ਮਿੱਤਰਾ ਮੈਂ ਟਾਈਮ ਕੱਢ ਰਿਹਾ ਰਿਲੇਸ਼ਨਸ਼ਿਪ ਲਈ ਤੈਨੂੰ ਵੀ ਕੱਢਣਾ ਪੈਣਾ ਨਹੀਂ ਫਿਰ ਬਾਅਦ ਚ ਕਹਿੰਦਾ ਨਾ 6 ਮਹੀਨੇ ਮਗਰੋਂ ਕਹਿੰਦੇ ਯਾਰ ਉਹ ਤਾਂ ਬੁਲਾਉਂਦਾ ਨੀ ਸਾਨੂੰ ਉਹ ਤਾਂ ਆਪਦੀ ਹਵਾ ਚ ਉਹ ਦੋਹੇ ਪਾਸੇ ਐਫਰਟ ਕਰਨੇ ਪੈਂਦੇ ਆ ਬਾਈ ਜੀ ਬਿਲਕੁਲ ਜੀ ਜੇ ਇੱਕ ਬੰਦਾ ਕੱਢ ਰਿਹਾ ਤਾਂ ਦੂਜਾ ਵੀ ਕੱਢੂਗਾ ਫਿਰ ਕਹਿੰਦੇ ਵੀ ਰਿਲੇਸ਼ਨਸ਼ਿਪ ਖਰਾਬ ਹੋਏ ਇਹੀ ਮੀਆਂ ਬੀਵੀ ਚ ਜੇ ਤੁਸੀਂ ਟਾਈਮ ਨਹੀਂ ਦਿੰਦੇ ਫਿਰ ਉਹ ਟਾਈਮ ਕਿਤੇ ਹੋਰ ਚੱਲ ਜਾਂਦਾ ਫਿਰ ਤੁਸੀਂ ਬੈਠਦੇ ਹੋ ਅੱਖਾਂ ਚ ਘਸੁੰਨ ਦੇ ਰੋਂਦੇ ਹੋ ਧੰਨਵਾਦ ਬਾਈ ਜੀ ਮੈਨੂੰ ਮਨਜੀ ਕੱਲ ਮਨਦੀਪ ਨੇ ਕਿਹਾ ਕਹਿੰਦਾ ਅਸੀਂ ਤਾਂ ਜਦ ਭਾਈ ਮਿਲਦੇ ਹਾਂ ਅਸੀਂ ਕਹਿੰਦਾ ਵੀ ਫੋਨ ਹਾਂ ਉੱਥੇ ਛਾਬੇ 'ਚ ਰੱਖ ਬਈ ਮਨਦੀਪ ਗਰੇਵਾਲ ਉਹਨਾਂ ਨੇ ਮੈਨੂੰ ਕੱਲ੍ਹ ਲਿਖਿਆ ਕਹਿੰਦਾ ਬਾਈ ਜੀ ਅਸੀਂ ਨਹੀਂ ਫੋਨ ਅੰਦਰ ਬਣ ਦਿੰਦੇ ਦੂਜੇ ਸ਼ੋਅ 'ਚ ਇਹ ਸੀ ਜੀ ਤੁਹਾਡੇ ਲਈ ਅੱਜ ਦਾ ਪ੍ਰੋਗਰਾਮ ਅਤੇ ਸੋਮਵਾਰ ਨੂੰ ਮੁੜਦਿਆਂ ਫਿਰ ਰੱਬ ਰੱਖ